ਮਾਲਟਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਸਾਡੇ ਅਤੇ ਤੁਹਾਡੇ ਰੂਬਰੂ ਕੀਤੇ ਨੇ, ਲੈਫਟਨੈਂਟ ਕਰਨਲ ਰਿਟਾਇਰਡ ਸੁਰਜੀਤ ਸਿੰਘ ਨਿਸ਼ਾਨ, ਇਹ MSc ਨੇ ਮੈਥਮੈਟਿਕਸ ਦੇ ਵਿੱਚ ਐਂਡ ਐਸਟ੍ਰੋਨੋਮੀ, ਅਤੇ ਡਿਪਟੀ ਡਾਇਰੈਕਟਰ ਰਿਟਾਇਰਡ ਇਸ ਸਰਵੇ ਆਫ ਇੰਡੀਆ, ਉਹਦੇ ਵਿੱਚ ਇਹਨਾਂ ਨੇ ਆਪਣੀ ਕਾਰਗੁਜ਼ਾਰੀ ਕੀਤੀ ਹੈ, ਅਤੇ ਸਪੈਸ਼ਲੀ ਖਾਸ ਤੌਰ 'ਤੇ ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਬਾਰੇ ਵੀ ਮੈਂ ਦੱਸਣਾ ਚਾਹਾਂਗਾ ਕਿ ਉਹ ਸੰਤ ਤੇਜਾ ਸਿੰਘ ਜੀ ਨਾਲ ਰਲ ਕੇ, ਸਰਦਾਰ ਵਰਿਆਮ ਸਿੰਘ ਜੀ, ਉਹ ਡਿਫਰੈਂਟ ਕੰਟਰੀਜ਼ ਦੇ ਵਿੱਚ ਟੂਰ ਕਰਦੇ ਰਹੇ ਨੇ, ਪ੍ਰਚਾਰ ਵਾਸਤੇ ਵੀ, ਸਿੱਖੀ ਦੇ ਪ੍ਰਸਾਰ ਵਾਸਤੇ ਵੀ, ਅਤੇ ਨਾਲ ਦੀ ਨਾਲ ਇੱਕ ਸਿੱਖ ਇੰਸਟੀਟਿਊਸ਼ਨ ਜਿਹੜਾ ਬਰੁੱਡ ਸਾਹਿਬ ਬਣਾਇਆ ਗਿਆ ਉਹਦੇ ਵਾਸਤੇ ਕੁਲੈਕਸ਼ਨ ਵਗੈਰਾ ਵੀ ਇਕੱਠੀ ਕੀਤੀ ਆ, ਅਤੇ ਇਹਨਾਂ ਦੀ ਸੇਵਾ 1954 ਤੋਂ ਲੈ ਕੇ 1990 ਤੱਕ ਉਹ ਜਿਹੜੀ ਸੀ ਸੇਵਾ ਚੱਲਦੀ ਰਹੀ ਹੈ। ਸੋ ਸਾਨੂੰ ਆਲਮੋਸਟ ਸਾਰਿਆਂ ਨੂੰ ਪਤਾ ਕਿ ਕੈਲੰਡਰ ਬਾਰੇ ਬੜਾ ਵਾਦ ਵੱਧ ਰਿਹਾ। ਅਸੀਂ ਆਮ ਤੌਰ 'ਤੇ, ਮੈਂ ਵੀ ਤੁਹਾਡੇ ਵਿੱਚ ਆਉਣਾ, ਇਹ ਸਾਡੇ ਵੱਸ ਦਾ ਰੋਗ ਨਹੀਂ, ਇਹ ਖਾਸ ਤੌਰ 'ਤੇ ਸਾਡੇ ਇੰਟਲੈਕਚੁਅਲ ਜਿਨ੍ਹਾਂ ਨੂੰ ਕੈਲਕੂਲੇਸ਼ਨਾਂ ਕਰਨੀਆਂ ਆਉਂਦੀਆਂ ਨੇ, ਜਿਨ੍ਹਾਂ ਨੇ ਮੈਥ ਦੀ ਸਟੱਡੀ ਕੀਤੀ ਆ, ਅਤੇ ਖਾਸ ਤੌਰ 'ਤੇ ਕੈਲੰਡਰ ਦੇ ਹਿਸਾਬ ਨਾਲ ਵੇਖਿਆ ਜਾਵੇ, ਜਿੰਨਾ ਕੁ ਸਾਨੂੰ ਪਤਾ ਲੱਗਦਾ, ਇੱਕ ਲੂਨਰ ਸਿਸਟਮ, ਇੱਕ ਸੂਰਜ ਸਿਸਟਮ ਦੇ ਹਿਸਾਬ ਨਾਲ ਕੈਲੰਡਰਸ ਬਣੇ ਨੇ, ਅਤੇ ਕਈ ਵਾਰੀ ਡੇਟਸ ਦੀ ਵਾਧ ਘੱਟ ਆਉਂਦੀ ਆ ਅਤੇ ਉਹਦੇ ਬਾਰੇ ਬੜਾ ਕਨਫਿਊਜ਼ਨ ਜਿਹਾ ਹੋ ਜਾਂਦਾ। ਅਤੇ ਆਮ ਤੌਰ 'ਤੇ ਅਸੀਂ ਤਾਂ ਇਹੋ ਚਾਹੁੰਦੇ ਹਾਂ ਕਿ ਜਿਵੇਂ ਜੋ ਡੇਟ ਨੇ ਉਹ ਆਲਮੋਸਟ ਫਿਕਸ ਹੋਣੀ ਚਾਹੀਦੀ ਆ, ਚਾਹੇ 2 ਆ, 4 ਆ, 5 ਆ, 6 ਆ, ਪਰ ਉਹ ਕਿਉਂ ਨਹੀਂ ਹੁੰਦੀਆਂ ਉਹਦੇ ਬਾਰੇ ਸਾਨੂੰ ਨਹੀਂ ਪਤਾ। ਅਤੇ ਖਾਸ ਤੌਰ 'ਤੇ ਕਰਨਲ ਸਾਹਿਬ ਉਹ ਤੁਹਾਨੂੰ ਐਕਸਪਲੇਨ ਕਰਨਗੇ ਕੁਝ ਗੱਲਾਂ। ਅਤੇ ਜੇ ਹੋਰ ਕਿਸੇ ਮੇਰੇ ਵੀਰ ਨੂੰ ਵੀ ਕੋਈ ਸਵਾਲ ਹੋਵੇ ਇਹਨਾਂ ਚੀਜ਼ਾਂ ਬਾਬਤ, ਤਾਂ ਆਪਾਂ ਬੜੇ ਰਿਸਪੈਕਟਫੁਲ ਤਰੀਕੇ ਦੇ ਨਾਲ ਸਵਾਲ ਵੀ ਪੁੱਛ ਸਕਦੇ ਹਾਂ। ਅਤੇ ਇਹ ਜਿੰਨੀਆਂ ਵੀ ਮੀਟਿੰਗਸ ਉੱਥੇ ਕੈਲੰਡਰ ਬਾਰੇ ਹੋਈਆਂ ਨੇ ਅਕਾਲ ਤਖਤ, ਸ੍ਰੀ ਅਕਾਲ ਤਖਤ ਸਾਹਿਬ 'ਤੇ, ਉਹਨਾਂ ਦੇ ਵਿੱਚ ਇਹ ਹਾਜ਼ਰ ਹੁੰਦੇ ਸੀਗੇ। ਅਤੇ ਉੱਥੇ ਇਹਨਾਂ ਦਾ ਕੀ ਤਜਰਬਾ ਰਿਹਾ, ਅਤੇ ਮੈਂ ਇਹਨਾਂ ਨੂੰ ਬੇਨਤੀ ਕਰਨ ਲਿਆ ਸਾਂ ਕਿ ਵੀ ਉਹਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ, ਕਿਉਂਕਿ ਅਸੀਂ ਲੋਕ ਤਾਂ ਬਾਹਰ ਜਾ ਅਖਬਾਰਾਂ 'ਚ ਪੜ੍ਹ ਲਿਆ ਜਾਂ ਕਿਤੇ ਸੁਣੀ ਸੁਣਾਈ ਗੱਲ ਸੁਣ ਲਈ, ਅਤੇ ਜਿਹੜੇ ਬੰਦੇ ਉੱਥੇ ਵਾਕਿਆ ਹਾਜ਼ਰੀਨ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਪਤਾ, ਉਹ ਜ਼ਿਆਦਾ ਰਿਐਲਿਟੀ ਤੁਹਾਨੂੰ ਦੱਸ ਸਕਦੇ ਨੇ। ਸੋ ਬਹੁਤਾ ਸਮਾਂ ਮੈਂ ਨਾ ਲੈਂਦਾ ਹੋਇਆ, ਸੋ ਮੈਂ ਆਪਣਾ ਕਰਨਲ ਸਾਹਿਬ ਨੂੰ ਰਿਕੁਐਸਟ ਕਰੂੰਗਾ, ਪਲੀਜ਼ ਦੇ ਸ਼ੁੱਡ ਕਮ ਔਨ ਦਾ ਸਟੇਜ ਐਂਡ ਐਟਲੀਸਟ ਕੈਲੰਡਰ ਬਾਰੇ ਜਿਹੜੇ ਖਾਸ ਤੌਰ 'ਤੇ ਕੁਝ ਇੱਕ ਗੱਲਾਂ, ਕਿਉਂਕਿ ਕੈਲੰਡਰ ਦਾ ਸਬਜੈਕਟ ਇੰਨਾ ਵਾਸਟ ਆ ਮੇਰੇ ਖਿਆਲ ਦੇ ਵਿੱਚ, ਤੁਸੀਂ ਭਾਵੇਂ ਜਿੰਨਾ ਚਿਰ ਮਰਜ਼ੀ ਭਾਵੇਂ 2, 3, 4 ਹਫ਼ਤੇ ਕਰ ਦਿਓ ਤਾਂ ਵੀ ਗੱਲ ਨਹੀਂ ਬਣਦੀ ਹੁੰਦੀ। ਸੋ ਜੋ ਕੁਛ ਵੀ ਜਿਹੜੇ ਖਾਸ ਤੌਰ 'ਤੇ ਮੇਨ ਕੁਸ਼ਚਨ ਜਿਹੜੇ ਸਾਨੂੰ ਬਾਦਰ ਕਰਦੇ ਨੇ ਆਮ ਪਬਲਿਕ ਨੂੰ, ਆਪ ਸੰਗਤ ਨੂੰ, ਉਹਦੇ ਬਾਰੇ ਐਕਸਪਲੇਨ ਕਰਨਗੇ। ਅਤੇ ਕੁਝ ਇੱਕ ਜੋ ਉਹਨਾਂ ਦੇ ਉੱਥੇ ਅਕਾਲ ਤਖਤ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਇਕੱਠੇ ਹੁੰਦੇ ਰਹੇ ਨੇ ਉਹਦੇ ਵਿੱਚ ਕੀ ਫੈਸਲੇ ਹੋਏ, ਕਿਵੇਂ ਹੁੰਦੇ ਨੇ, ਸਰ ਜਥੇ ਸਾਹਿਬ ਦਾ ਕੀ ਰੋਲ ਸੀਗਾ, ਅਤੇ ਕਿਵੇਂ ਉਹਨਾਂ ਨੇ ਕਮੇਟੀ ਬਣਾਈ, ਪ੍ਰਮੋਟ ਕੀਤੀ, ਕੈਲੰਡਰ ਲਾਗੂ ਕੀਤਾ, ਮੁੜ ਕੇ ਬਾਅਦ ਦੇ ਵਿੱਚ ਫਿਰ ਨਵੇਂ ਸਿਰੇ ਉਹਨੂੰ ਸੋਧ ਕੀਤੀ, ਅਤੇ ਜਿਹੜਾ ਕਈ ਆਂਦੇ ਨੇ ਸੋਧ ਨਹੀਂ ਕੀਤੀ ਉਹ ਦੁਬਾਰਾ ਫਿਰ ਨਵਾਂ ਬਿਕਰਮੀ ਕੈਲੰਡਰ ਐਡ ਕਰਤਾ। ਸੋ ਇਹਦੇ ਬਾਰੇ ਕੁਝ ਇੱਕ ਸ਼ੰਕੇ ਨੇ। ਸੋ ਇਫ ਸ਼ੀ ਸ਼ੁੱਡ ਕਮ ਦ ਸਟੇਜ ਐਂਡ ਸੇ ਫਿਊ ਥਿੰਗ। ਕਰਨਲ ਸਾਹਿਬ, ਸਤਿਕਾਰਯੋਗ ਗੁਰਰੂਪ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਕ ਬੜੇ ਗੰਭੀਰ ਮਸਲੇ ਦੇ ਉੱਤੇ ਕੁਝ ਵਿਚਾਰ ਸਾਂਝੇ ਕਰਨ ਵਾਸਤੇ ਇੱਥੇ ਬੈਠੇ ਹਾਂ, ਔਰ ਇਹ ਮਸਲਾ ਜਿਵੇਂ ਤੁਹਾਨੂੰ ਦੱਸਿਆ ਗਿਆ
ਕਿ ਬੜਾ ਗੰਭੀਰ ਹੈ ਔਰ ਦੂਜਾ ਇਹਦੇ ਵਾਸਤੇ ਬੜੀ ਡੂੰਘੀ ਐਸਟਰੋਨੋਮੀ ਦੀ ਔਰ ਮੈਥਮੈਟਿਕਸ ਦੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੁੰਦੀ ਹੈ ਜਿਹੜੀ ਕਿ ਆਮ ਸੰਗਤਾਂ ਦੇ ਵਿੱਚ ਜਾਂ ਆਮ ਸਟੂਡੈਂਟਸ ਦੇ ਵਿੱਚ ਉਹ ਨਾ ਹੋਣ ਕਰਕੇ ਸਾਡੇ ਵਿੱਚ ਬੜੇ ਪਰਮ ਭੁਲੇਖੇ ਪਾਏ ਗਏ ਨੇ। ਸਾਨੂੰ ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਪੁਰੇਵਾਲ ਇੰਡੀਆ ਗਿਆ ਅਤੇ ਤਿੰਨ ਚਾਰ ਸਵਾਲ ਜਿਹੜੇ ਕਿ ਆਮ ਲੋਕਾਂ ਨੂੰ ਹਿੱਟ ਕਰਦੇ ਨੇ ਉਹ ਉਭਾਰੇ ਗਏ ਕਿ ਵੇਖੋ ਖਾਲਸਾ ਜੀ ਅਸੀਂ ਸਾਰੇ ਬਾਹਰ ਰਹਿੰਦੇ ਹੈਗੇ ਹਾਂ ਅਤੇ ਸਾਡੇ ਬੱਚਿਆਂ ਨੂੰ ਅਤੇ ਚੇਤਰ ਵਿਸਾਖ ਮਹੀਨਾ ਦੇ ਨਾਮ ਹੀ ਨਹੀਂ ਆਉਂਦੇ ਇੱਕ, ਔਰ ਦੂਜਾ ਉਹ ਬੱਚੇ ਇਹ ਪੁੱਛਦੇ ਨੇ ਕਿ ਵੇਖੋ ਪਾਪਾ ਅੰਗਰੇਜ਼ ਕਿੱਡੇ ਸਿਆਣੇ ਨੇ ਉਹਨਾਂ ਦਾ ਈਸਾ ਮਸੀਹ ਦਾ ਜਨਮਦਿਨ ਹਮੇਸ਼ਾ 25 ਤਰੀਕ ਨੂੰ ਆਉਂਦਾ ਹੈ, ਕਦੀ 26 ਜਾਂ 27 ਨੂੰ ਨਹੀਂ ਹੋਇਆ, ਕਦੀ ਬਦਲਦਾ ਨਹੀਂ ਹੈਗਾ। ਔਰ ਉਹਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੁਰਬ ਜਿਹੜਾ ਹੈ ਕਦੀ ਦਸੰਬਰ ਵਿੱਚ ਆ ਜਾਂਦਾ, ਕਦੀ ਜਨਵਰੀ ਵਿੱਚ ਆ ਜਾਂਦਾ, ਕਦੀ ਸਾਲ 'ਚ ਇੱਕ ਵਾਰੀ ਆ ਜਾਂਦਾ, ਕਦੀ ਦੋ ਵਾਰੀ ਆਉਂਦਾ, ਕਦੀ ਆਉਂਦਾ ਹੀ ਨਹੀਂ ਹੈਗਾ। ਔਰ ਪੁਰੇਵਾਲ ਦੱਸਦਾ ਹੈ ਕਿ ਵੀ ਅਸਲ ਵਿੱਚ ਗੱਲ ਇਹ ਵੇ ਕਿਉਂਕਿ ਅਸੀਂ ਹਿੰਦੂ ਕੈਲੰਡਰ ਦੇ ਅਨੁਸਾਰ ਚੱਲ ਰਹੇ ਹਾਂ ਔਰ ਉਹਨਾਂ ਦੀਆਂ ਥਿੱਤਾਂ ਅਗਾਂਹ ਪਿੱਛਾਂ ਹੁੰਦੀਆਂ ਰਹਿੰਦੀਆਂ ਨੇ, ਇਸ ਲਈ ਗੁਰੂ ਸਾਹਿਬ ਦਾ ਜਨਮ ਪ੍ਰਕਾਸ਼ ਪੁਰਬ ਅਗਾਂਹ ਪਿੱਛਾਂ ਹੁੰਦਾ ਰਹਿੰਦਾ। ਔਰ ਗੁਰੂ ਸਾਹਿਬ ਕਿਉਂਕਿ ਸਾਨੂੰ ਬ੍ਰਾਹਮਣਾਂ ਦੇ ਭਰਮਜਾਲ 'ਚੋਂ ਬਾਹਰ ਕੱਢ ਗਏ ਨੇ ਅਤੇ ਇਸ ਲਈ ਥਿੱਤਾਂ ਦੇ ਜਨਮ ਭਰਮਜਾਲ 'ਚੋਂ ਸਾਨੂੰ ਬਾਹਰ ਨਿਕਲਣਾ ਚਾਹੀਦਾ ਕਿਉਂਕਿ ਸਾਨੂੰ ਥਿੱਤਾਂ ਦਾ ਪਤਾ ਹੀ ਨਹੀਂ ਹੈਗਾ ਕਿਵੇਂ ਬਣਦੀਆਂ ਨੇ, ਕੀ ਹੁੰਦਾ ਕੀ ਨਹੀਂ ਹੁੰਦਾ ਹੈਗਾ। ਸੋ ਇਹਨਾਂ ਵਿਚਾਰਾਂ ਨੂੰ ਲੈ ਕੇ ਮੈਂ ਇੱਕ ਨਵਾਂ ਕੈਲੰਡਰ ਬਣਾਇਆ ਜਿਹਦੇ ਵਿੱਚ ਸਾਰੇ ਗੁਰੂ ਸਾਹਿਬਾਂ ਦੀਆਂ ਤਰੀਕਾਂ ਫਿਕਸ ਕਰ ਦਿੱਤੀਆਂ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪ੍ਰਕਾਸ਼ ਹਮੇਸ਼ਾ ਵਾਸਤੇ ਫਿਕਸ ਕਰ ਦਿੱਤਾ ਕਿ ਉਹ 5 ਤਰੀਕ ਨੂੰ ਆਵੇਗਾ, ਅਗਾਂਹ ਪਿੱਛਾਂ ਨਹੀਂ ਹੋਵੇਗਾ। ਸੋ ਮੈਂ ਕਿਉਂਕਿ ਸਬਜੈਕਟ ਪੜ੍ਹਿਆ ਸੀਗਾ ਅਤੇ ਉਦੋਂ ਹੀ ਧਿਆਨ ਕੀਤਾ ਕਿ ਵੀ ਇਹ ਤਰੀਕਾਂ ਫਿਕਸ ਕੀਤੀਆਂ ਨੇ, ਪਹਿਲਾਂ ਮੇਰੇ ਦਿਮਾਗ 'ਚ ਵੀ ਗੱਲ ਠੀਕ ਕੀਤੀ ਇਹਨੇ, 35 ਫਿਕਸ ਕਰ ਦਿੱਤੀ ਹੈ, ਹਮੇਸ਼ਾ 'ਚ ਗੁਰਪੁਰਬ ਫਿਕਸ ਹੋ ਗਿਆ ਆਮ ਲੋਕਾਂ ਵਾਂਗਰ। ਪਰ ਘਰ ਬਹਿ ਕੇ ਜਦੋਂ ਕੈਲਕੂਲੇਸ਼ਨਾਂ ਕੀਤੀਆਂ ਤਾਂ ਵੇਖਿਆ ਕਿ ਪਹਿਲੀ ਗੱਲ ਤਾਂ ਇਹ ਵੇ ਕਿ ਜਿੰਨੀਆਂ ਅੰਗਰੇਜ਼ੀ ਤਰੀਕਾਂ ਫਿਕਸ ਕੀਤੀਆਂ ਨੇ ਇਹਨੇ ਉਹੀ ਗਲਤ ਨੇ, ਕਿ ਪਹਿਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁਰਬ ਜਿਹੜਾ ਹੈ ਅਗਰ ਅੰਗਰੇਜ਼ੀ ਤਰੀਕਾਂ ਹਿਸਾਬ ਨਾਲ ਹੀ ਮਨਾਉਣਾ ਹੈ ਤਾਂ ਜਦੋਂ ਗੁਰੂ ਸਾਹਿਬਾਂ ਦਾ ਪ੍ਰਕਾਸ਼ ਹੋਇਆ 1660 ਦੇ ਵਿੱਚ ਉਸ ਦਿਨ 1 ਜਨਵਰੀ ਸੀਗੀ, 22 ਦਸੰਬਰ ਜੂਲੀਅਨ ਦੀ ਸੀਗੀ, ਜਦ ਜਿਹੜੇ ਨਵਾਂ ਸਮੇਂ 'ਤੇ ਗਰਗੋਰੀਅਨ ਉਹਦੇ ਸਾਹਮਣੇ 1 ਜਨਵਰੀ ਬਣਦੀ ਹੈ। ਸੋ ਉਹ ਜੋ ਚੀਜ਼ ਵੇਖੀ ਤਾਂ ਮੈਂ ਹੋਰ ਡਿਟੇਲ ਚਲਾ ਗਿਆ। ਜਾਣ ਤੋਂ ਬਾਅਦ ਇਹ ਦਿਮਾਗ 'ਚ ਗੱਲ ਆਈ ਕਿ ਅਗਰ ਇਹ ਕੈਲੰਡਰ ਚੱਲਦਾ ਰਹਿੰਦਾ ਹੈ ਜਿਹੜਾ ਪੁਰੇਵਾਲ ਨੇ ਬਣਾ ਦਿੱਤਾ ਹੈ ਤਾਂ ਸਿੱਖ ਇਤਿਹਾਸ ਜੇ ਤੁਸੀਂ ਜਿੰਨਾ ਮਾਣ ਕਰੀਏ ਥੋੜ੍ਹਾ, ਜਿਵੇਂ ਕੱਲ੍ਹ ਗੱਲ ਕੀਤੀ ਸੀ ਕਿ ਸਾਰੇ ਧਰਮਾਂ ਦੇ ਵਿੱਚੋਂ ਸਿੱਖ ਧਰਮ ਨੂੰ ਇਸ ਗੱਲ ਦਾ ਮਾਣ ਹੈ ਕਿ ਸਾਡਾ ਇਤਿਹਾਸ ਰਿਕਾਰਡਡ ਹੈ, ਸਾਡੀ ਹਿਸਟਰੀ ਰਿਕਾਰਡਡ ਹੈ, ਹੋਰ ਕਿਸੇ ਧਰਮ ਦੇ ਕੋਲ ਆਪਣੀ ਰਿਕਾਰਡਡ ਹਿਸਟਰੀ ਨਹੀਂ। ਠੀਕ ਹੈ ਸਾਖੀਆਂ ਜ਼ਰੂਰ ਹੈਗੀਆਂ ਨੇ ਪਰ ਰਿਕਾਰਡਡ ਡੇਟਸ ਵਾਈਜ਼ ਹਿਸਟਰੀ ਨਹੀਂ। ਸਾਡੀ ਹਿਸਟਰੀ ਨੂੰ ਅੰਗਰੇਜ਼ਾਂ ਨੇ ਵੀ ਰਿਕਾਰਡ ਕੀਤਾ, ਹਿੰਦੂਆਂ ਨੇ ਲਿਖਾਰੀਆਂ ਨੇ ਵੀ ਰਿਕਾਰਡ ਕੀਤਾ, ਮੁਸਲਮਾਨ ਲਿਖਾਰੀਆਂ ਨੇ ਵੀ ਰਿਕਾਰਡ ਕੀਤਾ, ਸਾਡੇ ਸਿੱਖ ਲਿਖਾਰੀ ਨੇ ਵੀ ਰਿਕਾਰਡ ਕੀਤਾ, ਸਾਡੇ ਕੋਲ ਡੇਟਾਂ ਹੈਗੀਆਂ ਨੇ। ਹਾਂ ਕਈਆਂ ਦੇ ਆਪਸ ਵਿੱਚ ਡੇਟਾਂ ਦੇ ਵਿੱਚ ਫਰਕ ਹੋ ਸਕਦੇ ਨੇ ਪਰ ਉਹਨਾਂ ਫਰਕਾਂ ਨੂੰ ਬਹਿ ਕੇ ਨਜਿੱਠਿਆ ਜਾ ਸਕਦਾ ਕਿ ਵੀ ਇੱਕ ਲਿਖਾਰੀ ਕੁਝ ਲਿਖ ਰਿਹਾ ਦੂਜਾ ਲਿਖਾਰੀ ਕੁਝ ਲਿਖ ਰਿਹਾ, ਹਿਸਟੋਰੀਅਨ ਬਹਿ ਕੇ ਰਿਸਰਚ ਕਰ ਸਕਦੇ ਨੇ ਪਰ ਸਾਡੀਆਂ ਤਰੀਕਾਂ ਸਾਰੀਆਂ ਰਿਕਾਰਡਡ ਨੇ। ਅਤੇ ਜੇ ਇਹ ਕੈਲੰਡਰ ਚੱਲਦਾ ਤਾਂ ਸਾਡਾ ਇਤਿਹਾਸ ਜਿਹੜਾ
ਉਹਦੀਆਂ ਤਰੀਖਾਂ ਗਲਤ ਹੋਣ ਕਰਕੇ ਮਿਥਿਹਾਸ ਬਣ ਜਾਏਗਾ। ਕਿਉਂਕਿ ਮਿਥਿਹਾਸ ਉਹਨੂੰ ਕਹਿੰਦੇ ਨੇ ਕਿ ਜਿਹਦੀਆਂ ਤਰੀਖਾਂ ਦਰੁਸਤ ਨਾ ਹੋਣ, ਮਿਥ ਹੋਵੇ। ਔਰ 5 ਦਸੰਬਰ ਦੀ ਜਿਹੜੀ ਡੇਟ ਹੈ ਉਹ ਇਤਿਹਾਸਿਕ ਡੇਟ ਨਹੀਂ, ਉਹ ਮਿਥ ਹੈ। ਕਿਉਂਕਿ ਕੋਈ ਵੀ ਦੁਨੀਆ ਦਾ ਐਨਸਾਈਕਲੋਪੀਡੀਆ ਪੜ੍ਹੋ ਤਾਂ ਦੱਸਦੇ ਨੇ ਕਿ ਟਿਲ ਟੂਡੇ ਕ੍ਰਿਸਚੈਨਿਟੀ ਡਜ਼ ਨਾਟ ਨੋ ਦੀ ਐਗਜੈਕਟ ਡੇਟ ਆਫ ਬਰਥ ਆਫ ਕ੍ਰਾਈਸਟ, ਨਹੀਂ ਪਤਾ। ਅਤੇ ਜਦੋਂ ਈਸਾਈਅਤ ਦਾ ਪ੍ਰਚਾਰ ਯੂਰਪ ਦੇ ਵਿੱਚ ਹੋਇਆ ਤਾਂ ਉਦੋਂ ਉਸ ਵੇਲੇ ਦੇ ਲੋਕਲ ਲੋਕ ਜਿਨ੍ਹਾਂ ਨੂੰ ਐਨਸਾਈਕਲੋਪੀਡੀਆ ਪੈਗਾਨ ਕਰਕੇ ਬਿਆਨ ਕਰਦਾ ਹੈ, PAGAN, ਉਹ 5 ਦਸੰਬਰ ਨੂੰ ਸੂਰਜ ਦੇਵਤੇ ਦੀ ਪੂਜਾ ਕਰਦੇ ਸਨ, ਸਨ ਗਾਡ ਦੀ ਪੂਜਾ ਕਰਦੇ ਸਨ। ਕ੍ਰਿਸਚੈਨਿਟੀ ਨੇ ਬੜਾ ਜ਼ੋਰ ਲਾਇਆ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਲੇ ਮਾਨਸੋ, ਸੂਰਜ ਕੋਈ ਦੇਵਤਾ ਨਹੀਂ, ਇਸ ਲਈ ਤਾਂ ਪੂਜਾ ਕਰਨ ਦੀ ਲੋੜ ਨਹੀਂ। ਅਤੇ ਐਨਸਾਈਕਲੋਪੀਡੀਆ ਫਿਰ ਰਿਕਾਰਡ ਕਰਦਾ ਕਿ ਵੈਨ ਦੇ ਫੇਲ ਟੂ ਕਨਵਿੰਸ ਦਮ, ਅਤੇ ਇਹਨਾਂ ਕਿਹਾ ਵੀ ਇਹ ਇਹਨੂੰ ਸਨ ਗਾਡ ਦੀ ਪੂਜਾ ਕਰਦੇ ਨੇ ਅਤੇ ਅਸੀਂ ਈਸਾ ਮਸੀਹ ਨੂੰ ਸਨ ਆਫ ਗਾਡ ਕਹਿੰਦੇ ਹੈਗੇ ਹਾਂ, ਇਹਨੂੰ 5 ਤਰੀਕ ਨੂੰ ਫਿਕਸ ਕਰ ਦਿਓ। ਸੋ ਇਟ ਵਾਜ਼ ਏ ਮਿਥ, ਪਤਾ ਨਹੀਂ, ਉਹਦਾ ਫਿਕਸ ਕਰ ਦਿੱਤੀ। ਜਦਕਿ ਕ੍ਰਿਸਚੈਨਿਟੀ ਦਾ ਜਿਹੜਾ ਧਾਰਮਿਕ ਕੈਲੰਡਰ ਹੈ ਉਹ ਗੁਰਗ੍ਰੰਥ ਕੈਲੰਡਰ ਨੂੰ ਨਹੀਂ ਮੰਨਦਾ। ਇਹ ਧੱਕੇ ਨਾਲ ਕਹੀ ਜਾਂਦੀ ਕਿ ਗੁਰਗ੍ਰੰਥ ਕੈਲੰਡਰ ਕ੍ਰਿਸਚਨ ਕੈਲੰਡਰ ਹੈਗਾ। ਕ੍ਰਿਸਚੈਨਿਟੀ ਦਾ ਧਾਰਮਿਕ ਕੈਲੰਡਰ ਪੂਰਨਮਾਸ਼ੀ 'ਤੇ ਬੇਸਡ ਹੈ। ਉਹ ਗੁਰਗ੍ਰੰਥ ਕੈਲੰਡਰ ਨੂੰ ਆਪਣੇ ਧਰਮ ਦੇ ਕੰਮਾਂ ਵਾਸਤੇ ਨਹੀਂ ਮੰਨਦੇ। ਔਰ ਉਹਨਾਂ ਆਪਣਾ ਧਾਰਮਿਕ ਕੈਲੰਡਰ ਕਿਵੇਂ ਫਿਕਸ ਕੀਤਾ, ਉਹਨਾਂ ਸਾਰਾ ਧਾਰਮਿਕ ਕੈਲੰਡਰ ਈਸਟਰ ਦੇ ਉੱਤੇ ਬੇਸਡ ਹੈ। ਕ੍ਰਿਸਚੈਨਿਟੀ ਦਾ ਸਾਰਾ ਧਾਰਮਿਕ ਕੈਲੰਡਰ ਈਸਟਰ 'ਤੇ ਬੇਸਡ ਹੈ। ਔਰ ਈਸਟ ਨੂੰ ਕਿਵੇਂ ਫਿਕਸ ਕਰਦੇ ਨੇ, ਉਹ ਕਹਿੰਦੇ ਜੀ ਇਕੁਇਨਾਕਸ, ਜਿੱਦਾਂ ਦੁਨੀਆ 'ਤੇ ਦਿਨ ਅਤੇ ਰਾਤ ਬਰਾਬਰ ਹੋ ਜਾਂਦੇ ਨੇ, ਤਕਰੀਬਨ 20-21 ਮਾਰਚ ਨੂੰ ਆਉਂਦਾ ਹੈਗਾ ਕਿ 21 ਉਸ ਇਕੁਇਨਾਕਸ ਵਾਲੇ ਦਿਨ ਜਾਂ ਉਸ ਤੋਂ ਬਾਅਦ ਇਮੀਡੀਏਟਲੀ ਜਿਹੜੀ ਪੂਰਨਮਾਸ਼ੀ ਆਉਂਦੀ ਹੈ ਅਤੇ ਪੂਰਨਮਾਸ਼ੀ ਤੋਂ ਬਾਅਦ ਪਹਿਲਾ ਜਿਹੜਾ ਸੰਡੇ ਆਉਂਦਾ ਹੈ ਉਹ ਈਸਟਰ ਹੈ। ਈਸਟਰ ਦੀ ਡੈਫੀਨੇਸ਼ਨ ਇਹ ਵੇ ਕਿ ਇਕੁਇਨਾਕਸ ਤੋਂ ਬਾਅਦ ਜਿਹੜੀ ਪਹਿਲੀ ਪੂਰਨਮਾਸ਼ੀ ਆਉਂਦੀ ਹੈ ਅਤੇ ਪੂਰਨਮਾਸ਼ੀ ਤੋਂ ਬਾਅਦ ਜਿਹੜਾ ਪਹਿਲਾ ਸੰਡੇ ਆਉਂਦਾ ਹੈ ਦੈਟ ਇਜ਼ ਈਸਟਰ, ਅਤੇ ਬਾਕੀ ਜਿੰਨੇ ਉਹਨਾਂ ਦੇ ਤਿਉਹਾਰ ਹੈਗੇ ਨੇ, ਚਾਹੇ ਗੁੱਡ ਫਰਾਈਡੇ ਹੈਗਾ, ਚਾਹੇ ਟ੍ਰਿਨਿਟੀ ਡੇ ਹੈਗਾ, ਜਾਂ ਕਾਰਪਸ ਡੇ ਹੈ, ਕਿੰਨੇ 11-12 ਤਿਉਹਾਰ ਨੇ, ਉਹ ਸਾਰੇ ਲਿੰਕ ਨੇ ਈਸਟਰ ਦੇ ਨਾਲ ਕਿ ਵੀ ਆਹ ਤਿਉਹਾਰ ਜਿਹੜਾ ਈਸਟਰ ਤੋਂ 60 ਦਿਨ ਬਾਅਦ ਆਉਣਾ, ਆਹ ਤਿਉਹਾਰ ਈਸਟਰ ਤੋਂ 46 ਦਿਨ ਪਹਿਲਾਂ ਆਉਣਾ, ਗੁੱਡ ਫਰਾਈਡੇ ਈਸਟਰ ਤੋਂ 2 ਦਿਨ ਪਹਿਲਾਂ ਆਉਣਾ। ਸੋ ਜਿਸ ਤਰ੍ਹਾਂ ਪੂਰਨਮਾਸ਼ੀ ਦੇ ਅਗਾਂਹ ਪਿਛਾਂ ਹੋਣ ਕਰਕੇ ਈਸਟਰ ਬਦਲੇਗਾ ਅਤੇ ਈਸਟਰ ਦੇ ਨਾਲ ਬਾਕੀ ਸਾਰੇ ਤਿਉਹਾਰ ਬਦਲਣਗੇ। ਸੋ ਉਹਨਾਂ ਦਾ ਧਾਰਮਿਕ ਕੈਲੰਡਰ ਜਿਹੜਾ ਉਹ ਲੂਨਰ ਬੇਸਡ ਹੈ, ਪੂਰਨਮਾਸ਼ੀ 'ਤੇ ਬੇਸਡ ਹੈਗਾ। ਇਸੇ ਤਰ੍ਹਾਂ ਹੀ ਬਾਕੀ ਦੇ ਜਿਹੜੇ ਦੁਨੀਆ ਦੇ ਮੁੱਖ ਧਰਮ ਨੇ, ਹਿੰਦੂ ਧਰਮ ਹੈਗਾ, ਇਸਲਾਮ ਹੈਗਾ, ਬੁੱਧ ਧਰਮ ਹੈਗਾ, ਸਿੱਖ ਧਰਮ ਹੈਗਾ, ਇਹਨਾਂ ਦੇ ਵੀ ਸਾਰੇ ਧਾਰਮਿਕ ਕੈਲੰਡਰ ਨੇ ਉਹ ਲੂਨਰ ਬੇਸਡ ਨੇ, ਚੰਦਰਮਾ ਦੀ ਪੂਰਨਮਾਸ਼ੀ ਜਾਂ ਚੰਦਰਮਾ ਦੀ ਮੱਸਿਆ 'ਤੇ ਆਧਾਰਿਤ ਨੇ। ਸੋ ਜਦੋਂ ਇਹ ਗੱਲਾਂ ਮੈਂ ਸਾਰੀਆਂ ਪੜ੍ਹੀਆਂ, ਧਿਆਨ ਵਿੱਚ ਲਿਆਂਦੀਆਂ, ਤਾਂ ਸੋਚਿਆ ਕਿ ਵੀ ਅਸੀਂ ਇੱਕ ਬੜੀ ਉਲਟੇ ਚੱਕਰ ਵਿੱਚ ਪੈ ਰਹੇ ਹੈਗੇ ਹਾਂ। ਇਹਦਾ ਅਕਾਲ ਤਖ਼ਤ ਜਥੇਦਾਰ ਨੂੰ ਇਨਫੋਰਮ ਕਰਨਾ ਚਾਹੀਦਾ। ਸੋ ਮੈਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਤਕਰੀਬਨ 9 ਜੂਨ 1999 ਵਿੱਚ ਮਿਲਿਆ ਸੀ ਅਤੇ ਉਹਨਾਂ ਵਾਅਦਾ ਕੀਤਾ ਕਿ ਅਸੀਂ ਨਿਸ਼ਾਨ ਸਾਹਿਬ ਜਲਦੀ ਹੀ ਇੱਕ ਮੀਟਿੰਗ ਬੁਲਾਵਾਂਗੇ। ਸੋ ਤਕਰੀਬਨ ਸਤੰਬਰ 1999 ਦੇ ਵਿੱਚ ਜਥੇਦਾਰ ਅਕਾਲ ਤਖ਼ਤ ਨੇ ਇੱਕ ਮੀਟਿੰਗ ਬੁਲਾਈ ਜਿਹਦੇ ਵਿੱਚ
ਤਕਰੀਬਨ ਜਿੰਨੀਆਂ ਵੀ ਮੋਟੀਆਂ ਮੋਟੀਆਂ ਆਪਣੀਆਂ ਮੁੱਖ ਸਿੱਖ ਜਥੇਬੰਦੀਆਂ ਸਨ ਉਹਨਾਂ ਨੂੰ ਸੱਦੇ ਪੱਤਰ ਦਿੱਤੇ ਗਏ। ਤਾਂ ਕਾਫ਼ੀ ਜਥੇਬੰਦੀਆਂ ਨੇ ਭਾਵਕ ਤੌਰ 'ਤੇ, ਕਿਉਂਕਿ ਅਸੀਂ ਪਿਛਲੇ 300 ਸਾਲਾਂ 'ਤੇ ਉਸੇ ਕੈਲੰਡਰ ਪੁਰਾਤਨ ਕੈਲੰਡਰ ਚੱਲ ਰਹੇ ਸੀਗੇ, ਭਾਵਕ ਮਿਲੇ ਜੁੜੇ ਹੋਏ ਸਨ। ਸੋ ਉਹਨਾਂ ਨੇ ਕਾਫ਼ੀ ਨੇ ਪੁਰਾਤਨ ਕੈਲੰਡਰ ਦੀ ਸਪੋਰਟ ਕੀਤੀ। ਕੁਝ ਜਿਹੜੇ ਨਵੇਂ ਨਵੇਂ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀ ਬਣੇ ਸਨ, ਕੁਝ ਨੇ ਉਹਦੀ ਸਪੋਰਟ ਵੀ ਕੀਤੀ। ਮੈਨੂੰ ਕਿਉਂਕਿ ਸੱਦਾ ਗਿਆ ਸੀ, ਮੈਂ ਵੀ ਉੱਥੇ ਸੀਗਾ ਹਾਜ਼ਰ, ਤਾਂ ਮੈਂ ਅਪੋਜ਼ ਕੀਤਾ ਉਸ ਕੈਲੰਡਰ ਨੂੰ। ਅਤੇ ਜਥੇਦਾਰ ਪੂਰਨ ਸਿੰਘ ਜੀ ਜਿਹੜੇ ਉਸ ਵੇਲੇ ਕਾਲ ਸੀ ਜਥੇਦਾਰ ਸਨ, ਉਹਨਾਂ ਅਖੀਰ 'ਤੇ ਬੜਾ ਸੁਲਝਿਆ ਹੋਇਆ ਇਹ ਫੈਸਲਾ ਦਿੱਤਾ ਕਿ ਖਾਲਸਾ ਜੀ, ਅੱਜ ਦੀ ਇਸ ਮੀਟਿੰਗ ਦੇ ਵਿੱਚ, ਇਸ ਇਕੱਤਰਤਾ ਦੇ ਵਿੱਚ ਕਈ ਸੱਜਣਾਂ ਨੇ ਕੈਲੰਡਰ ਨੂੰ ਅਪੋਜ਼ ਕੀਤਾ, ਕਈਆਂ ਨੇ ਸਪੋਰਟ ਕੀਤਾ, ਅਤੇ ਜਿੱਥੇ ਤੱਕ ਮੇਰਾ ਤੁਹਾਡਾ ਕਿ ਜਥੇਦਾਰ ਕਾਲ ਤੱਕ ਕਹਿੰਦੇ ਨੇ, ਮੈਨੂੰ ਇਹਦੇ ਬਾਰੇ ਗਿਆਨ ਨਹੀਂ। ਸੋ ਮੈਂ ਇਹ ਫੈਸਲਾ ਨਹੀਂ ਦੇ ਸਕਦਾ ਕਿ ਠੀਕ ਕੌਣ ਹੈ ਅਤੇ ਗਲਤ ਕੌਣ ਹੈ। ਅਤੇ ਪਾਲ ਸਿੰਘ ਪੁਰੇਵਾਲ ਜੀ ਨੇ ਕੈਲੰਡਰ ਬਣਾਇਆ, ਕਿਉਂਕਿ ਪਹਿਲਾਂ ਕੈਲੰਡਰ 1999 ਵਿਸਾਖੀ 'ਤੇ ਰਿਲੀਜ਼ ਹੋਇਆ ਸੀਗਾ, ਜਿਹਨੇ ਬਣਾਇਆ ਉਹ ਅੱਜ ਆਉਣਾ ਸੀ ਕੈਨੇਡਾ ਤੋਂ, ਉਸਨੇ ਸ਼ਾਇਦ ਉਹਨੂੰ ਟਿਕਟ ਨਹੀਂ ਮਿਲੀ ਜਾਂ ਕੋਈ ਕਾਰਨ ਬਣ ਗਿਆ, ਉਹ ਨਹੀਂ ਆ ਸਕਿਆ। ਸੋ ਉਹਨੂੰ ਆ ਲੈਣ ਦਿਓ, ਉਹਦੇ ਆਉਣ ਤੋਂ ਬਾਅਦ ਮੈਂ ਫਿਰ ਮੀਟਿੰਗ ਕਾਲ ਕਰਾਂਗਾ ਅਤੇ ਉਹਦੇ ਸਾਹਮਣੇ ਬਹਿ ਕੇ ਫੈਸਲਾ ਕਰਾਂਗੇ ਠੀਕ ਕੌਣ ਹੈ ਅਤੇ ਗਲਤ ਕੌਣ। ਪਾਲ ਸਿੰਘ ਪੁਰੇਵਾਲ ਦਸੰਬਰ 1999 ਵਿੱਚ ਇੰਡੀਆ ਗਿਆ ਹੈ, ਅਤੇ ਉਸ ਤੋਂ ਬਾਅਦ 23 ਦਸੰਬਰ 1999 ਨੂੰ ਅਕਾਲ ਤਖ਼ਤ ਫਿਰ ਮੀਟਿੰਗ ਬੁਲਾਈ ਗਈ, ਜਥੇਬੰਦੀਆਂ ਕਾਫ਼ੀ ਪਹੁੰਚੀਆਂ, ਮਾਹੌਲ ਕਾਫ਼ੀ ਗਰਮ ਸੀ। ਅਤੇ ਬੀਬੀ ਜਗੀਰ ਕੌਰ ਜਿਹੜੇ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ, ਉਹਨਾਂ ਨੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕੀਤੀ ਕਿ ਖਾਲਸਾ ਜੀ, ਇਹ ਮੁੱਦਾ ਬੜਾ ਗੰਭੀਰ ਹੈ ਅਤੇ ਅਸੀਂ ਇਸ ਤਰ੍ਹਾਂ ਸੰਗਤ ਦੇ ਵਿੱਚ ਬਹਿ ਕੇ ਇਹਦਾ ਵਿਚਾਰ ਨਹੀਂ ਕਰ ਸਕਦੇ, ਚੰਗਾ ਹੋਵੇ ਜਥੇਬੰਦੀਆਂ ਆਪਣਾ ਇੱਕ ਇੱਕ ਨੁਮਾਇੰਦਾ ਸਾਨੂੰ ਦੇ ਦੇਣ ਅਤੇ ਅਸੀਂ ਅਕਾਲ ਤਖ਼ਤ ਸੈਕਟਰੀ ਦੇ ਥੱਲੇ ਬੈਠ ਕੇ ਇਸ ਦਾ ਫੈਸਲਾ ਕਰ ਲੈਂਦੇ ਹਾਂ। ਸੋ ਉਸ ਤੋਂ ਬਾਅਦ ਜਥੇਬੰਦੀਆਂ ਦੇ ਕੁਝ ਨੁਮਾਇੰਦੇ, ਪਾਲ ਸਿੰਘ ਪੁਰੇਵਾਲ, ਉਹਦੇ ਨਾਲ ਕੋਈ ਦੋ ਕੁ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਨ, 5 ਜਥੇਦਾਰ, ਪ੍ਰਧਾਨ ਸ਼੍ਰੋਮਣੀ ਕਮੇਟੀ ਬੀਬੀ ਜਗੀਰ ਕੌਰ, ਬੀਬੀ ਕਿਰਨਜੀਤ ਕੌਰ, ਮੈਨੂੰ ਸੱਦਾ ਮਿਲਿਆ ਸੀ, ਮੈਂ ਵੀ ਉੱਥੇ ਗਿਆ ਸੀਗਾ। ਸੋ ਅਸੀਂ ਸਾਰੇ ਅੰਦਰ ਬੈਠ ਗਏ ਹਾਂ ਅਕਾਲ ਤਖ਼ਤ ਦੇ ਸੈਕਟਰ 'ਚ। ਮੀਟਿੰਗ ਸ਼ੁਰੂ ਹੋਣ 'ਤੇ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਜਥੇਦਾਰ ਕੇਸਗੜ੍ਹ ਸਾਹਿਬ ਸਨ, ਉਹ ਇਹਨਾਂ ਜਥੇਦਾਰਾਂ ਦੇ ਕਿਸਮ ਦੇ ਸਪੋਕਸਮੈਨ ਦਾ ਕੰਮ ਕਰ ਰਹੇ ਸਨ। ਸੋ ਉਹਨਾਂ ਨੇ ਮੀਟਿੰਗ ਸ਼ੁਰੂ ਹੋਣ 'ਤੇ ਇਹ ਗੱਲ ਕੀਤੀ ਕਿ ਖਾਲਸਾ ਜੀ, ਤੁਸੀਂ ਸਾਰੇ ਆਏ ਹੈਗੇ ਹੋ, ਸਾਰੇ ਜਥੇਬੰਦੀ ਨੁਮਾਇੰਦੇ ਹੈਗੇ ਹੋ, ਅਸੀਂ ਤੁਹਾਡੀ ਗੱਲਾਂ ਵੀ ਸੁਣਾਂਗੇ, ਪਰ ਕਰਨਲ ਸਾਹਿਬ ਆਏ ਨੇ, ਇਹ ਕੁਝ ਹਿਸਾਬ ਕਿਤਾਬ ਦੀ ਗੱਲ ਕਰਦੇ ਨੇ, ਦੋ ਦੋ ਚਾਰ ਦੀ ਗੱਲ ਕਰਦੇ ਹੈਗੇ ਨੇ, ਅਤੇ ਚੰਗਾ ਹੋਵੇ ਅਸੀਂ ਇਹਨਾਂ ਦੀ ਗੱਲ ਪਹਿਲਾਂ ਸੁਣ ਲਈਏ, ਪੂਰੇ ਵਾਲ ਕੋਲ ਜਵਾਬ ਲੈ ਲਈਏ, ਉਸ ਤੋਂ ਬਾਅਦ ਅਸੀਂ ਕੁਝ ਫੈਸਲਾ ਕਰਾਂਗੇ। ਸੋ ਮੈਨੂੰ ਕਹਿੰਦੇ ਨਿਸ਼ਾਨ ਸਾਹਿਬ, ਆਪਣਾ ਤੁਹਾਡਾ ਜਿਹੜਾ ਸਵਾਲ ਹੈਗਾ ਪੂਰੇ ਵਾਲ ਤੁਹਾਡੇ ਸਾਹਮਣੇ ਬੈਠਾ ਨੂੰ ਪੁੱਛ ਲਓ। ਸੋ ਮੇਰਾ ਸਾਰਿਆਂ ਨੂੰ ਪਹਿਲਾਂ ਸਵਾਲ ਇਹ ਸੀਗਾ, ਕਿਉਂਕਿ ਆਮ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ, ਕਿਉਂਕਿ ਅਸੀਂ ਸਾਰੇ ਇਹ ਸੋਚ ਸ਼ੁਰੂ ਤੋਂ ਹੈਗੀ ਹੈ ਕਿ ਧਰਤੀ ਸੂਰਜ ਵਾਲੇ ਚੱਕਰ ਲਾਉਂਦੀ ਹੈ ਅਤੇ ਜਦੋਂ ਇੱਕ ਚੱਕਰ ਪੂਰਾ ਹੁੰਦਾ ਤਾਂ ਇੱਕ ਸਾਲ ਬਣ ਜਾਂਦਾ, ਇਹ ਬੇਸਿਕ ਡੈਫੀਨੇਸ਼ਨ ਸਾਰਿਆਂ ਨੂੰ ਇੰਨੀ ਗੱਲ ਦੀ ਪਤਾ ਹੈ। ਪਰ ਜਿਹੜੇ ਸਾਇੰਟਿਸਟ ਹੈਗੇ ਨੇ ਉਹਨਾਂ ਨੇ ਇਹ ਸਾਲ ਨੂੰ ਮੁੱਖ ਤੌਰ ਦੇ ਉੱਤੇ ਦੋ ਕਿਸਮਾਂ 'ਚ ਵੰਡਿਆ, ਦੋ ਕਿਸਮ ਦੇ ਸਾਲ ਨੇ। ਇੱਕ ਸਾਲ ਇਹ ਜਿਹਨੂੰ ਅਸੀਂ ਜਿਹਦੇ ਹਿਸਾਬ ਨਾਲ ਸਾਡੇ ਦੇਸ਼ੀ ਕੈਲੰਡਰ ਚੱਲਦਾ, ਉਹਦੇ ਵਿੱਚ ਧਰਤੀ ਇੱਕ ਪੁਆਇੰਟ ਤੋਂ ਚੱਲਦੀ ਹੈ, ਪੂਰਾ ਚੱਕਰ ਲਾ ਕੇ ਫਿਰ ਉਸੇ ਪੁਆਇੰਟ 'ਤੇ ਵਾਪਸ ਆਉਂਦੀ ਹੈ, ਇੱਕ ਪੂਰੇ 360 ਡਿਗਰੀ ਦਾ ਚੱਕਰ ਪੂਰਾ ਕਰਦੀ ਹੈ। ਇਹਨੂੰ ਸਾਇੰਸਦਾਨ ਸਾਈਡੀਰੀਅਲ ਜੇਰ ਕਹਿੰਦੇ ਨੇ। ਔਰ ਉਸ ਤੋਂ ਇਲਾਵਾ ਹੁਣ ਆਹ ਚੀਜ਼ ਇੱਕ ਬੜੀ ਵੇਖਣ ਵਾਲੀ ਹੈ
ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਧਰਤੀ ਆਪਣੇ ਧੁਰੇ 'ਤੇ ਗੋਲ ਘੁੰਮਦੀ ਹੈ, ਜਿਸ ਕਰਕੇ ਦਿਨ ਅਤੇ ਰਾਤ ਬਣ ਜਾਂਦੇ ਨੇ। ਅਤੇ ਦੂਜਾ ਤੱਕ ਸਾਨੂੰ ਇਹ ਵੀ ਪਤਾ ਕਿ ਜੋ ਜ਼ਮੀਨ ਸੂਰਜ ਦੇ ਦੁਆਲੇ ਘੁੰਮਦੀ ਹੈ ਤਾਂ ਸਾਲ ਬਣਦਾ ਹੈਗਾ। ਹੁਣ ਉਹਦਾ ਤੀਜਾ ਇਹਦੀ ਮੂਵਮੈਂਟ ਹੈ ਕਿ ਇਹਦਾ ਜਿਹੜਾ ਧੁਰਾ ਹੈ ਉਹ ਵੀ ਬੜੀ ਸਲੋਅ ਸਪੀਡ ਨਾਲ, ਪਰ ਉਹ ਵੀ ਘੁੰਮਦਾ ਹਿੱਲਦਾ ਹੈ। ਔਰ ਇਹ ਜਿਹੜਾ ਪਹਿਲਾਂ ਮੈਂ ਦੱਸਿਆ ਇਹ ਜਿਹੜਾ ਹਿੱਲਦਾ ਹੈ ਇਹ ਤਕਰੀਬਨ ਇੱਕ ਚੱਕਰ 36,000 ਸਾਲਾਂ ਵਿੱਚ ਲਾਉਂਦਾ, 26,000 ਸਾਲਾਂ ਵਿੱਚ ਇੱਕ ਪੂਰਾ ਚੱਕਰ ਲਾਉਂਦਾ। ਔਰ ਇਹ ਪੂਰਾ ਚੱਕਰ ਲਾਉਣ ਕਰਕੇ ਕੀ ਹੁੰਦਾ ਕਿ ਧਰਤੀ ਉਹ ਰੈੱਡ ਪੁਆਇੰਟ ਤੋਂ ਚੱਲ ਕੇ ਇਸ ਪਾਸੇ ਚੱਲਦੀ ਹੈ ਇੰਝ ਕਰਕੇ, ਔਰ ਉਹ ਜਿਹੜਾ ਇਕੁਇਨਾਕਸ ਵਾਲਾ ਪੁਆਇੰਟ ਹੈ ਉਹ ਇੱਧਰ ਨੂੰ ਘੁੰਮ ਰਿਹਾ ਜਿੱਧਰ ਰੈੱਡ ਐਰੋ ਜਾ ਰਿਹਾ। ਸੋ ਨਤੀਜਾ ਕੀ ਹੁੰਦਾ ਕਿ ਧਰਤੀ ਜਦੋਂ ਵਾਪਸ ਪਹੁੰਚਦੀ ਹੈ ਤਾਂ ਉਹ ਰੈੱਡ ਐਰੋ ਸ਼ਿਫਟ ਕਰਕੇ ਅੱਗੇ ਚਲਾ ਜਾਂਦਾ। ਇਹ ਹੁਣ ਚੱਕਰ ਪੂਰਾ ਨਹੀਂ ਹੋਇਆ, ਇਹਨੂੰ ਮੈਂ ਕਹਿੰਦਾ ਕਿ ਅਧੂਰਾ ਚੱਕਰ ਹੈ। ਹੁਣ ਇਸ ਚੱਕਰ ਦੇ ਹਿਸਾਬ ਨਾਲ ਜਿਹੜੇ ਦਿਨ ਔਰ ਮਹੀਨੇ ਔਰ ਘੰਟੇ ਬਣਦੇ ਨੇ ਉਹਦੇ ਹਿਸਾਬ ਨਾਲ ਤੁਹਾਡਾ ਟ੍ਰੋਪੀਕਲ ਈਅਰ ਬਣਦਾ, ਔਰ ਉਹਦੇ 'ਤੇ ਤੁਹਾਡਾ ਬੇਸਡ ਹੈਗਾ ਗ੍ਰਿਗੋਰੀਅਨ ਕੈਲੰਡਰ। ਸੋ ਮਤਲਬ ਗ੍ਰਿਗੋਰੀਅਨ ਕੈਲੰਡਰ ਜਿਹੜਾ ਉਹ ਇੰਨਾ ਡਿਸਟੈਂਸ ਘੱਟ ਹੈ, ਔਰ ਇਹ ਡਿਸਟੈਂਸ ਕਵਰ ਕਰਨ ਵਾਸਤੇ ਸਾਡੀ ਧਰਤੀ ਨੂੰ ਤਕਰੀਬਨ 20 ਮਿੰਟ ਅਤੇ 10 ਘੰਟੇ ਲਗਾਉਣੇ ਪੈਂਦੇ ਨੇ। ਇਸ ਲਈ ਜਿਹੜਾ ਦੇਸੀ ਕੈਲੰਡਰ ਹੈ ਉਹਨੂੰ ਕਹਿ ਜਾਂਦੇ ਜੀ ਤਰੁੱਟੀਆਂ ਨੇ, ਤਰੁੱਟੀ ਨਹੀਂ ਹੈਗੀ, ਉਹ 360 ਡਿਗਰੀ ਦਾ ਪੂਰਾ ਹੈ। ਤੁਹਾਡਾ ਕੈਲੰਡਰ ਜਿਹੜਾ ਅੰਗਰੇਜ਼ੀ ਕੈਲੰਡਰ ਹੈ ਉਹ 20 ਮਿੰਟ ਅਤੇ 10 ਘੰਟੇ ਛੋਟਾ ਹੈ। ਹੁਣ ਦੱਸਿਆ ਜਾਂਦਾ ਕਿ ਉਹ ਲੰਮਾ, ਗੱਲ ਇੱਕੋ ਹੀ ਹੈ ਤਾਂ ਉਹਨੂੰ ਲੰਮਾ ਕਹਿ ਲਓ ਜਾਂ ਛੋਟਾ ਕਹਿ ਲਓ, ਕਿ ਅਸਲ ਵਿੱਚ ਗ੍ਰਿਗੋਰੀਅਨ ਕੈਲੰਡਰ ਜਿਹੜਾ ਟ੍ਰੋਪੀਕਲ ਈਅਰ ਕੈਲੰਡਰ ਹੈਗਾ ਉਹ ਅਸਲੀ ਚੱਕਰ ਤੋਂ 360 ਡਿਗਰੀ ਤੋਂ 20 ਮਿੰਟ ਘੱਟ ਹੈ। ਇਹ ਤਕਰੀਬਨ ਡਿਸਟੈਂਸ ਅਗਰ ਕਿਲੋਮੀਟਰ ਹਿਸਾਬ ਨਾਲ ਲਈਏ ਤਾਂ ਤਕਰੀਬਨ 32,000-33,000 ਕਿਲੋਮੀਟਰ ਬਣਦਾ। ਕਿਉਂ ਕਿ ਧਰਤੀ ਜਿਹੜੀ ਹੈ ਜੋ ਸੂਰਜ ਦੁਆਲੇ ਘੁੰਮਦੀ ਹੈ ਅਤੇ ਸਾਇੰਸਦਾਨਾਂ ਨੇ ਜਿਹੜੀ ਤਰੀਖ ਦੀ ਉਹਦੇ ਸਪੀਡ ਨਾਪੀ ਹੈ ਉਹ ਕਹਿੰਦੇ ਤਕਰੀਬਨ 1,00,000 ਕਿਲੋਮੀਟਰ ਪਰ ਆਵਰ ਦੇ ਹਿਸਾਬ ਨਾਲ ਧਰਤੀ ਜਿਹੜੀ ਸੂਰਜ ਦੇ ਦੁਆਲੇ ਘੁੰਮਦੀ ਹੈ। ਅਤੇ ਉਹ ਤਕਰੀਬਨ 20 ਮਿੰਟਾਂ ਦੇ ਫਰਕ ਕਰਕੇ 32,000-33,000 ਕਿਲੋਮੀਟਰ ਉਹਦਾ ਡਿਸਟੈਂਸ ਸਰੀਰੀ ਈਅਰ ਨਾਲੋਂ ਜਾਂ ਦੇਸੀ ਸਾਲ ਨਾਲੋਂ ਘੱਟ ਹੈ। ਔਰ ਇਹ ਡਿਸਟੈਂਸ ਜਿਹੜਾ ਇਹ ਤਕਰੀਬਨ ਹਰ ਸਾਲ 20 ਮਿੰਟ ਵੱਧਦਾ ਜਾਂਦਾ। ਨਤੀਜਾ ਕੀ ਹੁੰਦਾ ਕਿ ਤਕਰੀਬਨ 17 ਕੁ ਸਾਲਾਂ ਦੇ ਬਾਅਦ ਜਾ ਕੇ ਉਹ 20 ਮਿੰਟ ਰਲ ਕੇ ਇੱਕ ਦਿਨ ਬਣ ਜਾਂਦਾ। ਸੋ ਮੈਂ ਜਦੋਂ ਇਹ ਗੱਲ ਜਥੇਦਾਰ ਸਾਹਿਬ ਨੂੰ ਸਮਝਾਈ ਕਿ ਆਹ ਗੱਲ ਹੈ ਅਤੇ 20-20 ਮਿੰਟ ਦਾ ਫਰਕ ਪੈ ਰਿਹਾ ਅਤੇ ਸਾਡਾ ਪਿਛਲਾ ਕੈਲੰਡਰ ਜਾਂ ਦੇਸੀ ਕੈਲੰਡਰ ਸਾਹਿਬ ਨਾਲ ਅਸੀਂ ਸਾਰੇ ਗੁਰਪੁਰਬ ਮਨਾ ਰਹੇ ਹੈਗੇ ਹਾਂ 1469 ਤੋਂ ਲੈ ਕੇ 1999 ਤੱਕ, ਅਤੇ ਅਸੀਂ ਪੁਰਾਤਨ ਕੈਲੰਡਰ ਦੇ ਹਿਸਾਬ ਨਾਲ ਆਏ ਹਾਂ। ਹੁਣ 1999 ਵਿੱਚ ਅਸੀਂ ਇਹਨੇ ਇਮੀਡੀਏਟਲੀ ਸ਼ਿਫਟ ਔਰ ਕਰ ਰਹੇ ਹਾਂ ਟ੍ਰੋਪੀਕਲ ਕੈਲੰਡਰ 'ਤੇ, ਛੋਟੇ ਕੈਲੰਡਰ ਦੇ ਉੱਤੇ। ਸੋ ਪਿਛਲੇ 500 ਸਾਲਾਂ ਦੇ ਵਿੱਚ ਜਿਹੜੀ 20-20 ਮਿੰਟ ਦੀ ਕੁਰੈਕਸ਼ਨ ਬਣਦੀ ਹੈ ਕੀ ਇਹ ਪੁਰੇਵਾਲ ਨੇ ਲਾਈ ਹੈ? ਸੁਰਜਿਤ ਸਾਹਿਬ ਪੁੱਛਦੇ ਨੇ ਪੁਰੇਵਾਲ ਨੂੰ ਕਿ ਪੁਰੇਵਾਲ ਉਹ 20-20 ਮਿੰਟ ਦੀ ਕੁਰੈਕਸ਼ਨ ਬਣਦੀ ਹੈ ਨਾ, ਸ਼ਾਨ ਸਾਹਿਬ ਕਹਿਣਗੇ ਪਿਛਲੇ 500 ਸਾਲਾਂ ਦੀ ਉਹ ਤੋਂ ਕੁਰੈਕਸ਼ਨ ਲਾਈ ਹੈ? ਕਹਿੰਦਾ ਜੀ ਮੈਂ ਕੋਈ ਕੁਰੈਕਸ਼ਨ ਨਹੀਂ ਲਾਈ। ਸੁਰਜਿਤ ਸਾਹਿਬ ਦੂਜਾ ਸਵਾਲ ਸੀ, ਕਹਿੰਦਾ ਨਿਸ਼ਾਨ ਸਾਹਿਬ ਮੰਨ ਲਓ ਕੁਰੈਕਸ਼ਨ ਨਹੀਂ ਲਾਈ, ਸਾਨੂੰ ਫਰਕ ਕੀ ਪੈਂਦਾ? ਕੁਰੈਕਸ਼ਨ ਨਹੀਂ ਲਾਈ ਫਰਕ ਕੀ ਪੈਂਦਾ? ਮੈਂ ਜੀ ਫਰਕ ਇਹ ਪੈਂਦਾ, ਮੋਟੀ ਜਿਹੀ ਮਿਸਾਲ ਹੈਗੀ ਹੈ ਕਿ ਅਗਰ ਫਰਜ਼ ਕਰੋ ਸੜਕ ਦੇ ਉੱਤੇ ਮੀਲ ਲੱਗੇ ਨੇ, ਪੁਰਾਤਨ ਕਿਉਂ ਮੀਲ ਹੁੰਦੇ ਸਨ, 20-25 ਮੀਲ ਲੱਗੇ ਨੇ, ਤਾਂ ਉਹ ਕਹਿੰਦਾ ਜੀ ਅੱਗੇ ਅੱਜ ਕੱਲ੍ਹ ਜ਼ਮਾਨਾ ਕਿਲੋਮੀਟਰ ਕਿਲੋਮੀਟਰ ਲਾ ਦਿਓ। ਮੈਂ ਕਿਹਾ ਜੀ ਅਸੀਂ ਕੀ ਕਰਾਂਗੇ, 25 ਕਿਲੋ ਮੀਲ ਨੇ ਅਤੇ ਉਹਨਾਂ ਨੂੰ ਅਸੀਂ ਕਨਵਰਟ ਕਰ ਦਿਆਂਗੇ, 40 ਕਿਲੋਮੀਟਰ ਬਣ ਜਾਣਗੇ, ਅਗਲਾ ਕਿਲੋਮੀਟਰ 41 ਲਾਵਾਂਗੇ। ਪਰ ਜੇ ਤੁਸੀਂ ਇਹ ਕਹਿੰਦੇ ਜੇ ਪਿਛਲੇ ਮੀਲ ਆ ਰਹੇ ਨੇ 25 ਆ ਰਹੇ ਨੇ ਤੁਸੀਂ ਅਗਲਾ 26 ਲਾ ਦਿਓ ਕਿਲੋਮੀਟਰ, ਮੈਂ ਜੇ ਅਗਲਾ 26 ਲਾਓਗੇ ਤਾਂ ਸਾਰੇ ਕਿਲੋਮੀਟਰ ਗਲਤ ਹੋਣਗੇ। ਅਤੇ ਮੈਂ ਪੁਰੇਵਾਲ ਇਹ ਕਹਿ ਰਿਹਾ ਕਿ ਜੀ ਪਿਛਲੇ 23 ਪੋ ਆ ਰਹੀ ਹੈਗੀ ਹੈ, ਹੁਣ 23 ਪੋ ਕਿਉਂਕਿ 5 ਜਨਵਰੀ ਨੂੰ ਬਣਦੀ ਹੈ ਸਿਰਫ 5 ਜਨਵਰੀ ਫਿਕਸ ਕਰ ਦਿਓ। ਮੈਂ ਗੱਲ ਤਾਂ ਇਹ ਵੇ ਕਿ ਅਗਰ ਤੁਸੀਂ ਡੇਟ ਫਿਕਸ ਕਰਨੀ ਹੈ ਤਾਂ ਪਿਛਲੀ ਕੁਰੈਕਸ਼ਨ ਲਾਓ, ਉਹਨੂੰ ਕਨਵਰਟ ਕਰੋ, ਕਨਵਰਟ ਨਹੀਂ ਕੀਤਾ ਤਾਂ ਤੁਹਾਡੀਆਂ ਤਰੀਖਾਂ ਸਾਰੀਆਂ ਗਲਤ ਨੇ। ਹੁਣ ਕੋਈ ਜਵਾਬ ਨਾ ਹੋਣ ਕਰਕੇ
ਬੀਬੀ ਜਗੀਰ ਕੌਰ ਰੇ ਕਹਿੰਦੇ ਨੇ ਨਿਸ਼ਾਨ ਸਾਹਿਬ ਹੁਣ ਅਸੀਂ ਕੀ ਕਰੀਏ। ਮੈਂ ਜੀ ਹੁਣ ਇੱਕੋ ਹੀ ਤਰੀਕਾ ਹੈਗਾ ਕਿ ਤੁਸੀਂ ਇੱਕ ਕਮੇਟੀ ਬਣਾ ਦਿਓ ਅਤੇ ਉਹਨਾਂ ਨੂੰ ਇਹ ਮੁੱਦਾ ਦੇ ਦਿਓ ਕਿ ਸਾਡੇ ਵਾਸਤੇ ਨਵਾਂ ਕੈਲੰਡਰ ਬਣਾਓ। ਅਤੇ ਬੀਬੀ ਜੀ ਉਹਨਾਂ ਦਾ ਪਹਿਲਾ ਸੁਜੈਸ਼ਨ ਇਹ ਸੀਗਾ, ਨਿਸ਼ਾਨ ਸਾਹਿਬ ਤੁਸੀਂ ਅਤੇ ਪੁਰੇਵਾਲ ਦੋਵੇਂ ਜਣੇ ਬਹਿ ਜਾਓ, ਹਰਗੋਬਿੰਦ ਸਾਹਿਬ ਨਿਵਾਸ ਬੈਠ ਜਾਓ, 10 ਦਿਨ ਲਾਓ, ਕੈਲੰਡਰ ਨਵਾਂ ਬਣਾ ਲਓ। ਅਸੀਂ 1999 'ਚ 1,00,000 ਕਾਪੀ ਜਿਹੜੀ ਛਾਪੀਆਂ ਨੇ ਅਸੀਂ ਬੋਰੀਆਂ ਬੰਦ ਕਰ ਦਿੰਦੇ ਹਾਂ, ਨਵਾਂ ਕੈਲੰਡਰ ਤੁਸੀਂ ਬਣਾ ਦਿਓ 10 ਦਿਨਾਂ 'ਚ ਅਸੀਂ ਲਾਗੂ ਕਰ ਦਿਆਂਗੇ। ਸੋ ਮੈਂ ਫਿਰ ਬੇਨਤੀ ਕੀਤੀ ਬੀਬੀ ਜੀ ਨੂੰ, ਮੈਂ ਕਿਹਾ ਜੀ ਇਹ ਕੰਮ 10 ਦਿਨਾਂ ਦਾ ਨਹੀਂ, ਇਹਦੇ ਵਿੱਚ 10 ਸਾਲ ਵੀ ਲੱਗ ਜਾਂਦਾ ਅਤੇ ਉਹ ਚੰਗੇ ਹੋਣਗੇ। ਕਹਿੰਦੇ ਨਹੀਂ, ਇੰਨਾ ਟਾਈਮ 'ਤੇ ਨਹੀਂ ਲੱਗਣਾ ਚਾਹੀਦਾ, ਕਿਉਂਕਿ ਆਮ ਦਿਮਾਗ ਵਿੱਚ ਇਹ ਗੱਲ ਹੈਗੀ ਹੈ ਕਿ ਕੈਲੰਡਰ ਦਾ ਮਤਲਬ ਹੈ ਕਾਗਜ਼ ਦੇ ਉੱਤੇ 12 ਖਾਨੇ ਬਣਾਓ, 1, 2, 3, 4 ਤਰੀਕਾਂ ਪਾ ਕੇ 365 ਦਿਨ ਪੂਰੇ ਕਰ ਦਿਓ, ਕੈਲੰਡਰ ਬਣ ਗਿਆ। ਮੈਂ ਜੀ ਕੈਲੰਡਰ ਇਸ ਤਰ੍ਹਾਂ ਨਹੀਂ ਬਣਦਾ। ਮਿਸਾਲ ਦਿੱਤੀ ਉਹਨਾਂ ਨੂੰ ਕਿ ਦੇਖੋ 1947 ਦੇ ਵਿੱਚ ਹਿੰਦੁਸਤਾਨ ਆਜ਼ਾਦ ਹੋਇਆ ਅਤੇ 1950 ਵਿੱਚ ਸਾਡਾ ਕਾਨਸਟੀਟਿਊਸ਼ਨ ਬਣਿਆ। ਕਾਨਸਟੀਟਿਊਸ਼ਨ ਬਣਨ ਤੋਂ ਬਾਅਦ ਨਹਿਰੂ ਗਵਰਨਮੈਂਟ ਦੀ ਸਾਰਿਆਂ ਨਾਲੋਂ ਪਹਿਲੀ ਸੁਜੈਸ਼ਨ ਇਹ ਸੀਗੀ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਬੜੀ ਕਿਸਮ ਦੇ ਕੈਲੰਡਰ ਚੱਲਦੇ ਨੇ, ਉੜੀਸਾ 'ਚ ਹੋਰ ਚੱਲਦੇ ਆ, ਪੰਜਾਬ ਵਿੱਚ ਹੋਰ ਚੱਲਦੇ ਆ, ਸੌਥ 'ਚ ਹੋਰ ਚੱਲਦੇ ਆ, ਕਿ ਅਸੀਂ ਸਾਡੇ ਆਜ਼ਾਦ ਹਿੰਦੁਸਤਾਨ ਦਾ ਇੱਕ ਨਵਾਂ ਕੈਲੰਡਰ ਚਾਹੀਦਾ। ਹੁਣ ਜਿਹੜੇ ਪੁਰਾਣੇ ਲੋਕ ਨੇ ਜਾਣਦੇ ਨੇ ਕਿ ਉਹਨਾਂ ਦਿਨਾਂ ਦੇ ਵਿੱਚ ਮੇਗਾਨੰਦ ਸ਼ਾਹ ਹਿੰਦੁਸਤਾਨ ਦਾ ਟਾਪ ਸਾਇੰਟਿਸਟ ਸੀਗਾ, ਉਹਨੂੰ ਚੇਅਰਮੈਨ ਬਣਾ ਕੇ 7 ਮੈਂਬਰਾਂ ਦੀ ਕਮੇਟੀ ਬਣਾਈ ਗਈ। ਗੋਰਖ ਪ੍ਰਸ਼ਾਦ ਟਾਪ ਮੈਥਮੈਟੀਸ਼ੀਅਨ ਸੀਗਾ, ਉਹਨੂੰ ਉਸ ਕਮੇਟੀ ਦਾ ਮੈਂਬਰ ਬਣਾਇਆ ਗਿਆ ਅਤੇ ਉਸ ਕਮੇਟੀ ਨੇ 5 ਸਾਲ ਲਾ ਕੇ ਦੁਨੀਆ ਦੇ ਵੱਖਰੇ ਵੱਖਰੇ ਕੈਲੰਡਰਾਂ ਦੀ ਘੋਖ ਪੜਤਾਲ ਕੀਤੀ ਅਤੇ 1955 ਦੇ ਵਿੱਚ ਆਪਣੀ ਉਹ ਰਿਪੋਰਟ ਜਿਹੜੀ ਸੀ ਗਵਰਨਮੈਂਟ ਆਫ ਇੰਡੀਆ ਨੂੰ ਪੇਸ਼ ਕੀਤੀ, ਜਿਹਨੂੰ ਗਵਰਨਮੈਂਟ ਆਫ ਇੰਡੀਆ ਦਾ ਸਾਕਾ ਕੈਲੰਡਰ ਕਿਹਾ ਜਾਂਦਾ। ਅਤੇ ਗਵਰਨਮੈਂਟ ਆਫ ਇੰਡੀਆ ਨੇ ਉਸ ਕੈਲੰਡਰ ਨੂੰ ਇਮੀਡੀਏਟਲੀ ਲੈ ਕੇ ਅਤੇ ਬੋਲੇ ਸੋ ਨਾਲ ਕਰਕੇ ਪਾਸ ਨਹੀਂ ਸੀ ਕੀਤਾ ਜਿਵੇਂ ਸਾਡੀ ਸ਼੍ਰੋਮਣੀ ਕਮੇਟੀ ਨੇ ਕੀਤਾ। ਗਵਰਨਮੈਂਟ ਆਫ ਇੰਡੀਆ ਨੇ ਉਸ ਸਾਕਾ ਕੈਲੰਡਰ ਨੂੰ 2 ਸਾਲਾਂ ਲਈ ਵੱਖ ਵੱਖਰੀ ਯੂਨੀਵਰਸਿਟੀਆਂ ਵਿੱਚ ਵੱਖ ਵੱਖਰੇ ਸਕਾਲਾਂ ਕੋਲ ਸਰਕੂਲੇਟ ਕੀਤਾ ਕਿ ਵੀ ਇਹਦੇ ਵਿੱਚ ਜੇ ਕੋਈ ਕਮੀ ਪੇਸ਼ੀ ਹੈ ਤਾਂ ਦੱਸ ਦਿਓ, ਇਸ ਤੋਂ ਪਹਿਲਾਂ ਕਿਸੇ ਨੂੰ ਅਪਰੂਵ ਕਰਕੇ ਪ੍ਰਿੰਟ ਕਰੀਏ। ਸੋ ਅਲਟੀਮੇਟਲੀ ਸਾਕਾ ਕੈਲੰਡਰ ਜਿਹੜਾ ਉਹ 1957 ਦੇ ਵਿੱਚ ਜਾ ਕੇ ਗਵਰਨਮੈਂਟ ਆਫ ਇੰਡੀਆ ਲਾਗੂ ਕੀਤਾ। ਮੈਂ ਵੀ ਜਾਣੂ ਟਾਪ ਸਾਇੰਟਿਸਟਾਂ ਨੂੰ 7 ਸਾਲ ਲੱਗੇ ਨੇ ਅਤੇ ਤੁਸੀਂ ਕਹਿੰਦੇ 10 ਦਿਨਾਂ 'ਚ ਕੈਲੰਡਰ ਬਣਾ ਦਿਓ, 10 ਦਿਨਾਂ 'ਚ ਨਹੀਂ ਬਣਨਾ। ਨਤੀਜਾ ਹੋਇਆ ਕਹਿੰਦੇ ਨਿਸ਼ਾਨ ਸਾਹਿਬ ਤੁਸੀਂ 2 ਮੈਂਬਰ ਨਾਮੀਨੇਟ ਕਰ ਦਿਓ, ਪੁਰੇਵਾਲ ਤੂੰ 2 ਮੈਂਬਰ ਨਾਮੀਨੇਟ ਕਰ ਦਿਓ, 2 ਮੈਂ ਕਰਤੇ, 2 ਪੁਰੇਵਾਲ ਨੇ ਕਰ ਦਿੱਤੇ। ਇੱਕ ਪ੍ਰਿੰਸੀਪਲ ਸੰਤੋਖ ਸਿੰਘ ਨੂੰ ਜਥੇਦਾਰ ਅਕਾਲ ਤਖ਼ਤ ਵੱਲੋਂ ਨਾਮੀਨੇਟ ਕੀਤਾ ਗਿਆ ਕਿ ਉਹ ਆਪਣੀ ਸੈਕਟਰੀ ਬਣ ਕੇ ਰਿਪੋਰਟਸ ਜਿਹੜਾ ਲਿਖਦਾ ਰਹੇ ਕਿ ਮੀਟਿੰਗਾਂ ਕੀ ਫੈਸਲਾ ਹੋ ਰਿਹਾ। ਸੋ ਇਸ ਤਰੀਕੇ ਦੇ ਨਾਲ ਪਹਿਲੀ 7 ਮੈਂਬਰੀ ਕਮੇਟੀ ਜਿਹੜੀ ਹੈ ਉਹ 23 ਦਸੰਬਰ 1999 ਨੂੰ ਬਣੀ। ਉਸੇ ਵੇਲੇ ਜਥੇਦਾਰਾਂ ਨੇ ਉਹ ਲੈਟਰ ਪ੍ਰਿੰਟ ਕਰਕੇ ਅਤੇ ਸਾਡੇ ਹੱਥਾਂ ਵਿੱਚ ਉਹਦੀ ਕਾਪੀ ਫੜਾ ਦਿੱਤੀ ਕਿ ਤੁਸੀਂ ਕੰਮ ਕਰੋ। ਹੁਣ ਇਸ ਕਮੇਟੀ ਦੀ ਪਹਿਲੀ ਮੀਟਿੰਗ 6 ਜਨਵਰੀ 2000 ਨੂੰ ਹੋਈ ਹੈ ਅਤੇ ਉਸ ਮੀਟਿੰਗ ਦਾ ਮੇਨ ਜੋ ਫੈਸਲਾ ਹੋਇਆ ਉਹ ਇਹ ਸੀ ਕਿ ਇਸ ਤੋਂ ਪਹਿਲਾਂ ਕਿ ਸਾਡੀ ਕਮੇਟੀ ਆਪਣੀ ਘੋਖ ਪੜਤਾਲ ਸ਼ੁਰੂ ਕਰ ਦੇਵੇ, ਚੰਗਾ ਹੋਵੇ ਕਿ ਕੈਲੰਡਰ ਦੇ ਸੰਬੰਧ ਦੇ ਵਿੱਚ ਇੱਕ ਕੁਐਸ਼ਨੇਅਰ ਤਿਆਰ ਕੀਤਾ ਜਾਏ ਔਰ ਉਹ ਕੁਐਸ਼ਨੇਅਰ ਤਿਆਰ ਕਰਕੇ ਪੰਥ ਦੇ ਹੋਰ ਜਿਹੜੇ ਵਿਦਵਾਨ ਨੇ, ਸੰਸਥਾਵਾਂ ਨੇ, ਸੰਪਰਦਾਵਾਂ ਨੇ, ਉਹਨਾਂ ਨੂੰ ਭੇਜ ਦਿੱਤਾ ਜਾਏ ਕਿ ਉਹਨਾਂ ਦੇ ਕੀ ਵਿਚਾਰ ਨੇ, ਤਾਂ ਕਿ ਇਹ ਸਾਨੂੰ ਜਦੋਂ ਫੀਡਬੈਕ ਮਿਲ ਜਾਏ ਅਤੇ ਤਾਂ ਅਸੀਂ ਅੱਗੇ ਤੁਰੀਏ। ਸੋ ਇਸ ਮੀਟਿੰਗ ਤੋਂ ਬਾਅਦ
ਕੁਝ ਐਸੀ ਕਲਾ ਵਰਤੀ ਕਿ ਉਸ ਤੋਂ ਤਕਰੀਬਨ 10 ਦਿਨ ਬਾਅਦ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਹੋਰ 11 ਮੈਂਬਰੀ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ। 7 ਮੈਂਬਰੀ ਕਮੇਟੀ ਭੰਗ ਕਰਕੇ ਇੱਕ ਹੋਰ 11 ਮੈਂਬਰੀ ਕਮੇਟੀ ਦਾ ਐਲਾਨ ਕਰਤਾ ਗਿਆ। ਇਹ ਕਹਿ ਕੇ ਜੇ 7 ਮੈਂਬਰੀ ਕਮੇਟੀ ਬੜੀ ਛੋਟੀ ਹੈਗੀ ਹੈ, ਅਸੀਂ ਕਿਹਾ 11 ਮੈਂਬਰੀ ਕਮੇਟੀ ਬਣਾ ਦਈਏ, ਕੰਮ ਛੇਤੀ ਹੋ ਜਾਏਗਾ। ਕਾਰਨ ਬੇਸ਼ੱਕ ਇਹ ਸੀਗਾ ਕਿ ਬਈ ਅੱਜ 7 ਮੈਂਬਰੀ ਕਮੇਟੀ ਬਣੀ ਹੈਗੀ ਹੈ, ਇਹਦੇ ਵਿੱਚ ਸਾਰੇ ਤਕਰੀਬਨ ਨਿਰਪੱਖ ਬੰਦੇ ਸਨ, ਕੋਈ ਨਾ ਕੋਈ ਫੈਸਲਾ ਹੋਣਾ ਸੀ, ਪਰ ਜਿਹੜੀਆਂ ਸ਼ਕਤੀਆਂ ਇਹ ਨਹੀਂ ਸਨ ਚਾਹੁੰਦੀਆਂ ਉਹ 11 ਮੈਂਬਰੀ ਕਮੇਟੀ ਦਾ ਨਾਮ ਅਨਾਊਂਸਮੈਂਟ ਕੀਤੀ ਗਈ, ਜਿਹਦੇ ਵਿੱਚ 10 ਮੈਂਬਰ ਪੁਰੇਵਾਲ ਦੀ ਹਮਾਇਤ ਵਾਲੇ ਸਨ, 11 ਮੈਂਬਰ ਕਰਨਲ ਨਿਸ਼ਾਨ ਸੀਗਾ। ਸੋ ਜਦੋਂ ਉਹ ਕਮੇਟੀ ਦੀ ਅਖਬਾਰਾਂ ਵਿੱਚ ਜ਼ਾਹਰ ਹੋਈ ਤਾਂ ਮੈਨੂੰ ਇਸੇ ਹੀ ਨਜ਼ਰ ਆਇਆ ਕਿ ਹੁਣ ਕੈਲੰਡਰ ਜਿਹੜਾ ਇਹ ਸੋਚ ਵਿਚਾਰ ਕਰਕੇ ਨਹੀਂ ਬਲਕਿ ਹੱਥ ਖੜ੍ਹੇ ਕਰਕੇ ਪਾਸ ਕਰਨਾ ਚਾਹੁੰਦੇ ਨੇ ਕਿ ਅਸੀਂ 10 ਮੈਂਬਰ ਹੈਗੇ ਹਾਂ ਜੋ ਮਰਜ਼ੀ ਕਰ ਸਕਦੇ ਹਾਂ। ਸੋ ਇਸ ਗੱਲ ਨੂੰ ਭਾਂਪਦਿਆਂ ਹੋਇਆਂ ਮੈਂ ਉਸ 10 ਮੈਂਬਰੀ 11 ਮੈਂਬਰੀ ਕਮੇਟੀ ਤੋਂ ਰਿਜ਼ਾਇਨ ਕਰ ਦਿੱਤਾ ਕਿ ਵੀ ਮੈਂ ਇਹੋ ਜਿਹੇ ਮਾਹੌਲ ਦੇ ਵਿੱਚ ਕੰਮ ਨਹੀਂ ਕਰ ਸਕਦਾ। ਨਤੀਜਾ ਇਹ ਨਿਕਲਿਆ ਕਿ ਉਹ ਵੀ ਕਮੇਟੀ ਭੰਗ ਹੋ ਗਈ, ਨਹੀਂ ਚੱਲੀ। ਤਕਰੀਬਨ 2002 ਦੇ ਵਿੱਚ ਮੈਂ ਮਾਈਗ੍ਰੇਟ ਕਰਕੇ ਕੈਨੇਡਾ ਆ ਗਿਆ। 2002 ਨਵੰਬਰ ਦੇ ਕਰੀਬ ਜਥੇਦਾਰ ਬਦਾਂਤੀ ਸਾਹਿਬ ਦਾ ਫੋਨ ਆਇਆ ਕਿ ਨਿਸ਼ਾਨ ਜੀ, ਅਸੀਂ ਕਮੇਟੀ ਨਵੀਂ ਬਣਾਉਣ ਲੱਗੇ ਹਾਂ, ਤੁਹਾਡੀਆਂ ਸੇਵਾਵਾਂ ਦੀ ਜ਼ਰੂਰਤ ਹੈ ਅਤੇ ਤੁਹਾਡੀ ਪ੍ਰਵਾਨਗੀ ਚਾਹੀਦੀ ਹੈ। ਅਤੇ ਮੇਰੇ ਲਫਜ਼ ਇਹ ਸਨ ਕਿ ਜਥੇਦਾਰ ਸਾਹਿਬ, ਤੁਸੀਂ ਅਕਾਲ ਤਖ਼ਤ ਜਥੇਦਾਰ ਹੋ ਅਤੇ ਤੁਸੀਂ, ਤੁਹਾਡਾ ਕਿਹਾ ਹੋਇਆ ਮੇਰੇ ਵਾਸਤੇ ਹੁਕਮ ਹੈ, ਮੈਂ ਜ਼ਰੂਰ ਆਵਾਂਗਾ। ਪਰ ਉਸ ਤੋਂ ਬਾਅਦ ਕਲਾ ਇਸ ਤਰ੍ਹਾਂ ਵਰਤੀ ਕਿ ਉਹਨਾਂ ਨੇ 11 ਮੈਂਬਰੀ ਕਮੇਟੀ ਜਿਹੜੀ ਬਣਾਈ ਉਹਦੇ ਵਿੱਚ ਸਾਰੇ ਪੁਰੇਵਾਲ ਦੇ ਹਮਾਇਤੀ ਸਨ, ਮੈਂ ਉਸ ਕਮੇਟੀ ਵਿੱਚ ਨਹੀਂ ਸੀ। ਤਾਂ ਉਦੋਂ ਵੀ ਮੈਂ ਜਥੇਦਾਰ ਅਕਾਲ ਤਖ਼ਤ ਚਿੱਠੀ ਲਿਖ ਕੇ ਭੇਜੀ ਸੀ ਕਿ ਜਥੇਦਾਰ ਸਾਹਿਬ ਤੁਹਾਡਾ ਹੁਕਮ ਸੀ ਅਤੇ ਮੈਂ ਜ਼ਰੂਰ ਆਵਾਂਗਾ ਅਤੇ ਮੈਂ ਚੰਡੀਗੜ੍ਹ ਪਹੁੰਚਿਆ ਵਾਂ, ਪਰ ਮੈਨੂੰ ਇਹ ਨਹੀਂ ਪਤਾ ਕਿ ਤੁਹਾਡੇ 'ਤੇ ਕੀ ਪ੍ਰੈਸ਼ਰ ਪਿਆ ਕਿ ਤੁਹਾਨੂੰ ਆਪਣੀ ਕਮੇਟੀ ਦੇ ਮੈਂਬਰ ਬਦਲਣੇ ਪਏ। ਨਹੀਂ ਨਿਸ਼ਾਨ ਸਾਹਿਬ, ਹੁਣ ਅਸੀਂ ਸਾਰੀਆਂ ਮੀਟਿੰਗਾਂ ਵਿੱਚ ਤੁਹਾਨੂੰ ਬੁਲਾਵਾਂਗੇ ਜ਼ਰੂਰ। ਸੋ ਮੈਂ ਉਸ ਤੋਂ ਬਾਅਦ ਜਿਹੜੀ ਮੈਨੇ 2-3 ਮੀਟਿੰਗਾਂ ਹੋਈਆਂ ਨੇ ਅਕਾਲ ਤਖ਼ਤ ਉੱਤੇ, ਉਹਨਾਂ ਵਿੱਚ ਹਾਜ਼ਰ ਜ਼ਰੂਰ ਹੋਇਆ, ਆਪਣੇ ਪੁਆਇੰਟ ਆਫ ਵਿਊ ਵੀ ਜ਼ਰੂਰ ਦੱਸੇ ਨੇ। ਉਹ ਜਿਹੜੀ ਲਾਸਟ ਮੀਟਿੰਗ ਹੋਈ ਹੈ ਜਿਹ 'ਚ ਉਹਨਾਂ ਤਰੀਕਾਂ ਆਪਣੀਆਂ ਪ੍ਰਵਾਨ ਕਰਨੀਆਂ ਸਨ, ਮੈਨੂੰ ਜਦੋਂ ਪੁੱਛਿਆ ਗਿਆ ਕਿ ਵੀ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ, ਅਤੇ ਮੈਂ ਗੁਰੂ ਨਾਨਕ ਸਾਹਿਬ ਦੇ ਜਨਮਦਿਨ ਤੋਂ ਲੈ ਕੇ, ਪ੍ਰਕਾਸ਼ ਪੁਰਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤ ਜੋ ਸਮਾਨ ਤੱਕ 10-30 ਤਰੀਕਾਂ ਦੇ ਉੱਤੇ ਲਾਲ ਪਿੰਡ ਨਾਲ ਕਾਟੇ ਮਾਰ ਕੇ ਅਤੇ ਉਹਨਾਂ ਨੂੰ ਦੇ ਦਿੱਤਾ ਸ਼ਿਵ ਮਹਾਰਾਜ ਜੀ ਕਿ ਇਹ ਤਰੀਕਾਂ ਸਾਰੀਆਂ ਗਲਤ ਨੇ, ਕਿਉਂਕਿ ਜਦੋਂ ਕੋਈ ਹਿਸਟੇਰੀਅਨ ਰਿਸਰਚ ਕਰਨਗੇ ਉਹਨੂੰ ਪਤਾ ਲੱਗੇਗਾ ਕਿ ਕੈਲੰਡਰ ਜਦੋਂ ਵੀ ਬਣਿਆ ਹੈ ਜਿਹੜਾ ਕਿਹਾ ਜਾਂਦਾ ਕਿ ਤਾਂ ਵਿਰੋਧ ਕਿਸੇ ਨੇ ਨਹੀਂ ਕੀਤਾ, ਹੁਣ ਪਤਾ ਲੱਗਿਆ ਕਿ ਰਿਕਾਰਡ ਚੀਜ਼ ਪਈ ਹੈਗੀ ਹੈ ਕਿ ਵਿਰੋਧ ਕੀਤਾ ਗਿਆ ਔਰ ਦੱਸਿਆ ਗਿਆ ਕਿ ਤੁਹਾਡੀਆਂ ਤਰੀਕਾਂ ਗਲਤ। ਔਰ ਅਜੀਬ ਗੱਲ ਹੈ ਕਿ ਉਹਨਾਂ ਤਰੀਕਾਂ ਦੇ ਸਹੀ ਹੋਣ ਦਾ ਨਾ ਅਕਾਲ ਤਖ਼ਤ ਵੱਲੋਂ ਅਤੇ ਨਾ ਪੁਰੇਵਾਲ ਵੱਲੋਂ ਅੱਜ ਤੱਕ ਕੋਈ ਜਵਾਬ ਹੈ ਕਿ ਸਾਡੀਆਂ ਤਰੀਕਾਂ ਠੀਕ ਕਿਵੇਂ ਨੇ। ਮੈਂ ਤਾਂ ਲਿਖ ਦਿੱਤਾ ਹੈ ਕਿ ਤਰੀਕਾਂ ਗਲਤ ਨੇ। ਸੋ ਇਹ ਥੋੜ੍ਹੀ ਜਿਹੀ ਬੈਕਗਰਾਊਂਡ ਸੀਗੀ ਕਿ ਸਾਡਾ ਕੈਲੰਡਰ ਕਿਵੇਂ ਬਣਿਆ ਅਤੇ ਮੈਂ ਉਹਨੂੰ ਕਿਉਂ ਅਪੋਜ਼ ਕਰ ਰਿਹਾ। ਹੁਣ ਇਹ ਗੱਲ ਜਿਹੜੀ ਕਰ ਆਮ ਹੁਣ ਲੋਕਾਂ ਜਿਹੜਾ ਭੁਲੇਖਾ ਪਾਇਆ ਜਾ ਰਿਹਾ ਕਿ ਵੇਖੋ ਜੀ ਕੈਲੰਡਰ ਜਿਹੜਾ ਪੁਰਾਤਨ ਅਗਰ ਅਸੀਂ ਚੱਲਦੇ ਰਹੇ ਅਤੇ ਵਿਸਾਖੀ ਜਦੋਂ ਗੁਰੂ ਸਾਹਿਬ ਨੇ ਇਹ ਕੌਤਕ ਕੀਤਾ ਸੀ 1699 ਦੇ ਵਿੱਚ, ਉਦੋਂ 29 ਮਾਰਚ ਸੀਗੀ, ਅਤੇ ਹੁਣ ਖਿਸਕਦੀ ਪਿਛਲੀ ਸਦੀ ਵਿੱਚ 13 ਜਨਵਰੀ ਚੱਲਦੀ ਰਹੀ ਹੈ,
ਤੇ ਹੁਣ ਅੱਜ ਕੱਲ 14 ਜਨਵਰੀ ਚੱਲ ਰਹੀ ਹੈ, 14 ਅਪ੍ਰੈਲ ਚੱਲ ਰਹੀ ਹੈ, ਤੇ ਤਕਰੀਬਨ 2100 ਦੇ ਪਹੁੰਚਦਾ 15 ਅਪ੍ਰੈਲ ਹੋ ਜਾਏਗੀ, ਤੇ ਹੋਰ 500 ਸਾਲਾਂ ਨੂੰ ਇਹ ਮਈ ਵਿੱਚ ਚਲੀ ਜਾਏਗੀ, ਤੋ ਸਾਡੀ ਵਿਸਾਖੀ ਖਿਸਤੀ ਜਾਂਦੀ ਹੈਗੀ। ਸੋ ਮੈਂ ਹੁਣ ਇਹ ਦੱਸਣਾ ਚਾਹੁੰਦਾ ਕਿ ਐਕਚੁਅਲੀ ਵਿਸਾਖੀ ਨਹੀਂ ਖਿਸਕ ਰਹੀ, ਹੋ ਕੀ ਰਿਹਾ ਕਿ ਜੋ ਮੈਂ ਦੱਸ ਰਿਹਾ ਸੀਗਾ ਕਿ ਆਹ ਕੈਲੰਡਰ ਜਿਹੜਾ ਅੰਗਰੇਜ਼ੀ ਕੈਲੰਡਰ, ਇਹ ਜਿਉਂ ਜਿਉਂ ਸ਼ਿਫਟ ਕਰ ਰਿਹਾ, ਇਕੁਇਨਕਸ ਸ਼ਿਫਟ ਕਰ ਰਿਹਾ, ਉਹਦੇ ਨਾਲ ਉਹਨੂੰ ਕੈਲੰਡਰ ਸ਼ਿਫਟ ਕਰ ਰਿਹਾ। ਸੋ ਹੁਣ ਤਾਂ ਕੀ ਹੈ ਕਿ ਵਿਸਾਖੀ ਆਪਣੀ ਜਗ੍ਹਾ ਖਲੋਤੀ ਹੈ, ਦੱਸ ਰਿਹਾ ਸੀਗਾ ਕਿ ਜਿਹੜਾ ਪੂਰਾ ਸਾਲ ਹੈ, ਜੋ ਅਸੀਂ ਮਹਾਰਾਜ ਬਾਣੀ 'ਚ ਕਰ ਦਿਆਂਗੇ ਪੂਰੇ ਕਾ ਕੀ ਆ ਸਭ ਕੁਛ ਪੂਰਾ, ਕਿ ਅਸੀਂ ਇਸ ਪੂਰੇ ਸਾਲ ਦੇ ਹਿਸਾਬ ਨਾਲ ਆਪਣੇ ਸਾਰੇ ਕੈਲੰਡਰ ਮਨਾ ਰਹੇ ਹਾਂ, ਜਿਹਨੂੰ ਸ਼ਡਿਊਲ ਜਿਹੜੇ ਕਹਿੰਦੇ ਹੈਗੇ ਨੇ। ਅਧੂਰਾ ਸਾਲ ਜਿਹਦੇ ਵਿੱਚ ਕੱਟ ਲੱਗਾ ਹੈਗਾ, ਜਿਹਨੂੰ ਕਿ ਟ੍ਰਾਪੀਕਲ ਜਿਹੜੇ ਕਹਿੰਦੇ ਨੇ, ਇਹ ਤਾਂ ਤੁਹਾਡਾ ਅੰਗਰੇਜ਼ੀ ਸਾਲ ਚੱਲ ਰਿਹਾ। ਹੁਣ ਵੇਖਿਆ ਜਾਏ ਕਿ ਅੱਜ ਤੋਂ 2000 ਸਾਲ ਪਹਿਲਾਂ ਜਦੋਂ ਮੈਂ ਕੈਲਕੂਲੇਸ਼ਨ ਕੀਤੀਆਂ ਤਾਂ ਵੇਖਿਆ ਕਿ ਵਿਸਾਖੀ ਵਾਲੇ ਦਿਨ ਪਹਿਲੀ ਵਿਸਾਖ ਨੂੰ 12 ਮਾਰਚ ਸੀਗੀ, ਅਤੇ ਉਸ ਤੋਂ ਬਾਅਦ ਜਿਉਂ ਜਿਉਂ ਇਹਨਾਂ ਦਾ ਇਕੁਇਨਾਕਸ ਖਿਸਕਦਾ ਗਿਆ, ਹੁਣ ਅੱਜ ਕੱਲ੍ਹ 14 ਅਪ੍ਰੈਲ ਆ ਰਹੀ ਹੈ, ਕਿਉਂਕਿ ਉਹ ਨੀਲਾ ਡੰਡਾ ਜਿਹੜਾ ਅੰਗਰੇਜ਼ੀ ਕੈਲੰਡਰ ਵਾਲਾ ਉਹ ਉਹਨੂੰ ਖਿਸਕ ਰਿਹਾ, ਔਰ ਹੋਰ 2000 ਸਾਲਾਂ ਨੂੰ ਇੱਥੇ 16 ਮਈ ਬਣ ਜਾਏਗੀ। ਹੁਣ ਵੇਖਣ ਵਾਲੀ ਗੱਲ ਇਹ ਵੇ ਕਿ ਜਿਹੜਾ ਵਿਸਾਖੀ ਹੈ ਉਹ ਆਪਣੀ ਜਗ੍ਹਾ ਖਲੋਤੀ ਹੈ, ਉਹ ਨਹੀਂ ਹਿੱਲ ਰਹੀ, ਭੁਲੇਖਾ ਇਹ ਪੈ ਰਿਹਾ ਜੀ ਵਿਸਾਖੀ ਖਿਸਕ ਰਹੀ ਹੈ। ਮੈਂ ਕਿਹਾ ਭਲੇ ਮਾਣਸੋ ਦੇਖੋ ਕੈਲੰਡਰ ਦੇ ਵਿੱਚ ਜਾ ਕੇ ਕਿ ਵਿਸਾਖੀ ਦੀ ਡੈਫੀਨੇਸ਼ਨ ਹੈ ਪਹਿਲੀ ਵਿਸਾਖ, 13 ਮਾਰਚ ਜਾਂ 13 ਅਪ੍ਰੈਲ ਜਾਂ 15 ਅਪ੍ਰੈਲ ਵਿਸਾਖੀ ਨਹੀਂ ਹੁੰਦੀ। ਤੁਸੀਂ ਹੁਣ ਸਾਨੂੰ ਇਹ ਸਿਖਾਉਣ ਲੱਗੇ ਜੀ 14 ਅਪ੍ਰੈਲ ਨੂੰ ਵਿਸਾਖੀ ਫਿਕਸ ਕਰਤੀ, 14 ਅਪ੍ਰੈਲ ਵਿਸਾਖੀ, ਮੈਂ 14 ਅਪ੍ਰੈਲ ਵਿਸਾਖੀ ਨਹੀਂ ਹੈਗੀ, ਵਿਸਾਖੀ ਦੀ ਡੈਫੀਨੇਸ਼ਨ ਪਹਿਲੀ ਵਿਸਾਖ। ਔਰ ਇਹ ਜਿਹੜੀ ਵਿਸਾਖ ਚੇਤਰ ਵਿਸਾਖ ਜੇਠ ਹੜ ਸੋਮ ਪਦਮਾ ਸੁਕ ਅਤੇ ਮਗਰ ਪੋ ਸਾਰੇ ਦਿੱਤੇ ਨੇ ਇੱਥੇ ਮਹੀਨੇ 12। ਪੁਰਾਤਨ ਸਾਡੇ ਜਿੰਨੇ ਵੀ ਹਿੰਦੁਸਤਾਨੀ ਸਾਇੰਸਦਾਨ ਸਨ ਉਹਨੇ ਬੜੀ ਸੋਚ ਕੀ ਨਾਲ ਬਣਾਏ ਨੇ ਕਿ ਸਰਕਲ ਦੇ ਪੂਰੀਆਂ ਡਿਗਰੀਆਂ 360 ਡਿਗਰੀਆਂ ਨੇ ਅਤੇ 30-30 ਡਿਗਰੀ ਦਾ ਮਹੀਨਾ ਬਣਾ ਦਿੱਤਾ ਉਹਨਾਂ ਨੇ। ਸੋ ਨਾ ਇਹ ਮਹੀਨੇ ਸ਼ਿਫਟ ਹੋਣ ਨਾ ਡਿਗਰੀਆਂ ਸ਼ਿਫਟ ਹੋਣ, ਕਿਸੇ ਵੀ ਸਰਕਲ ਦੀਆਂ ਨਾ ਤਾਂ 369 ਡਿਗਰੀਆਂ 59 ਹੋ ਸਕਦੀਆਂ ਨਾ 61 ਹੋ ਸਕਦੀਆਂ। ਸੋ ਇਸ ਲਈ ਇਹ ਕੈਲੰਡਰ ਦੇ ਮਹੀਨੇ ਜਿਹੜੇ ਨੇ ਇਹ ਆਪਣੀ ਜਗ੍ਹਾ ਫਿਕਸ ਨੇ, ਜੋ ਕਿ ਇੱਕ ਤੁਹਾਡੇ ਘੜੀ ਦਾ ਡਾਇਲ ਹੁੰਦਾ। ਸੋ ਇਹ 12 ਦੇ 12 ਮਹੀਨੇ ਫਿਕਸ ਨੇ, ਇਹ ਨਹੀਂ ਹਿੱਲਦੇ। ਹੁਣ ਹਿੱਲ ਤਾਂ ਰਿਹਾ ਅੰਗਰੇਜ਼ੀ ਕੈਲੰਡਰ, ਅਤੇ ਭੁਲੇਖਾ ਪਾ ਰਿਹਾ ਜੀ ਵਿਸਾਖੀ ਘੁੰਮੀ ਜਾਂਦੀ ਹੈ, ਦੂਜੇ ਗੁਰਪੁਰਬ ਘੁੰਮੀ ਜਾਂਦੇ ਨੇ। ਸੋ ਸਾਡੇ ਗੁਰਪੁਰਬ ਨਹੀਂ ਘੁੰਮ ਰਹੇ, ਅੰਗਰੇਜ਼ੀ ਕੈਲੰਡਰ ਘੁੰਮ ਰਿਹਾ। ਇਹ ਮੈਂ ਫਿਰ ਉਸ ਬਾਰੇ ਦੱਸ ਅਗਲੀ ਗੱਲ ਸੀ ਕਿ ਮੈਂ 2 ਸਾਲਾਂ ਦੀ ਗੱਲ ਕੀਤੀ ਤੁਹਾਡੇ ਨਾਲ, ਪੂਰਾ ਸੂਰਜੀ ਸਾਲ ਅਤੇ ਅਧੂਰਾ ਸੂਰਜੀ ਸਾਲ। ਇੱਕ ਬੇਸਿਕ ਸਾਲ ਜਿਹੜਾ ਸ਼ੁਰੂ ਤੋਂ ਇਨਸਾਨ ਨੇ ਨਿਯਤ ਕੀਤਾ ਉਹ ਸੀ ਚੰਦਰ ਸਾਲ, ਚੰਦਰਮਾ ਦੇ ਹਿਸਾਬ ਨਾਲ, ਚੰਦਰਮਾ ਦੀਆਂ ਪੂਰਮਸ਼ ਅਤੇ ਮਸ਼ਾ ਦੇ ਹਿਸਾਬ ਨਾਲ, ਕਿਉਂਕਿ ਇਨਸਾਨ ਦੇ ਸ਼ੁਰੂ ਵਿੱਚ ਤੋਂ ਹੀ ਇਹ ਸੋਚ ਰਹੀ ਹੈ ਕਿ ਹਰ ਇੱਕ ਚੀਜ਼ ਨੂੰ ਨਾਪਣ ਦੀ ਕੋਸ਼ਿਸ਼ ਕੀਤੀ ਜਾਏ। ਉਹਨੇ ਲੰਬਾਈਆਂ ਨਾਪਣ ਵਾਸਤੇ ਆਪਣੇ ਵੱਖ ਵੱਖਰੇ ਪੈਮਾਨੇ ਬਣਾਏ, ਕਿਸੇ ਨੇ ਮੀਲ ਬਣਾਇਆ, ਕਿਸੇ ਨੇ ਕਿਲੋਮੀਟਰ ਬਣਾਇਆ, ਪਹਿਲਾਂ ਕਿਤੇ ਕੋਹ ਬਣੇ, ਹਾਂਜੀ, ਕਦੀ ਉਹ ਹੱਥਾਂ ਨਾਲ ਵੀ ਨਪਾਈ ਕਰਦੇ ਸਨ। ਇਸੇ ਤਰ੍ਹਾਂ ਟੈਂਪਰੇਚਰ ਨਾਪਣ ਵਾਸਤੇ ਵੱਖ ਵੱਖਰੇ ਥਰਮੋਮੀਟਰ ਬਣੇ ਹੈਗੇ ਨੇ, ਕੁਛ ਸੈਂਟੀਗ੍ਰੇਡ ਨਾਪੀ ਜਾਂਦਾ, ਕੁਛ ਫਾਰਨਹਾਈਟ ਨਾਪੀ ਜਾਂਦਾ ਹੈਗਾ।
ਪਰ ਹੁਣ ਜੇ ਵੀ ਸੈਂਟੀਗ੍ਰੇਡ ਔਰ ਫਾਰਨਹਾਈਟ ਜਾਂ ਟੈਂਪਰੇਚਰ ਬਰਾਬਰ ਹੋਣਾ ਚਾਹੀਦਾ, ਬਰਾਬਰ ਨਹੀਂ ਹੋ ਸਕਦਾ। ਚਾਹੇ ਇਸੇ ਕਮਰੇ 'ਚ ਲਾਓ, ਸੈਂਟੀਗ੍ਰੇਡ ਜਿਹੜਾ ਉਹ ਆਪਣੀ ਡਿਗਰੀਆਂ ਵੱਖਰੀਆਂ ਦੱਸੇਗਾ, ਫਾਰਨਹਾਈਟ ਆਪਣੀ ਡਿਗਰੀਆਂ ਵੱਖਰੀਆਂ ਦੱਸੇਗਾ। ਹੁਣ ਅਸੀਂ ਇਹ ਨਹੀਂ ਕਹਿੰਦੇ ਕਿ ਸੈਂਟੀਗ੍ਰੇਡ ਗਲਤ ਹੈ ਜਾਂ ਫਾਰਨਹਾਈਟ ਗਲਤ ਹੈ, ਦੋਨੋਂ ਠੀਕ ਨੇ। ਪਰ ਤੁਸੀਂ ਕਿਸੇ ਇੱਕ ਦੇ ਹਿਸਾਬ ਨਾਲ ਚੱਲੋਗੇ, ਚਾਹੇ ਸੈਂਟੀਗ੍ਰੇਡ ਨਾਲ ਸਾਰੀਆਂ ਆਪਣੀਆਂ ਡਿਗਰੀਆਂ ਨਾਪੋ ਜਾਂ ਫਾਰਨਹਾਈਟ ਨੂੰ ਨਾਪੋ। ਇਸੇ ਤਰ੍ਹਾਂ ਲੰਬਾਈ ਦਾ ਹਿਸਾਬ ਹੈ ਕਿ ਚਾਹੇ ਸਾਡੇ ਤੋਂ ਸਾਰੇ ਕਿਲੋਮੀਟਰ ਲਾ ਲਓ ਜਾਂ ਸਾਰੇ ਮੀਲ ਲਾ ਲਓ। ਪਰ ਜਿੱਥੋਂ ਤੱਕ ਧਾਰਮਿਕ ਦੁਨੀਆ ਦਾ ਤੁਲਕ ਹੈ, ਸਾਰੇ ਧਰਮਾਂ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਕਿ ਸੂਰਜੀ ਕੈਲੰਡਰ ਉਹ ਇਨਸਾਨ ਨੇ ਬਣਾਏ ਨੇ। ਕਦੀ ਇਹਦੇ 300 ਦਿਨ ਸਨ ਤੁਹਾਡੇ ਅੰਗਰੇਜ਼ੀ ਕੈਲੰਡਰ ਦੇ, ਕਦੀ 365 ਬਣ ਗਏ, ਜੂਲੀਅਨ ਕੈਲੰਡਰ ਆਇਆ, ਦੋ ਦਿਨ ਜੂਲੀਅਸ ਜੁਲਾਈ ਔਰ ਅਗਸਤ ਦੇ ਦੋ ਮਹੀਨੇ ਐਡ ਕਰ ਦਿੱਤੇ ਗਏ। ਗ੍ਰਿਗੋਰੀਅਨ ਆਇਆ, ਉਹਨੇ ਆਪਣੀ ਕਰੈਕਸ਼ਨ ਲਾ ਦਿੱਤੀ, 10 ਦਿਨ ਹੋਰ ਅਗਾਂਹ ਵਧਾ ਦਿੱਤਾ। ਕਿ ਜਿੰਨੇ ਵੀ ਸੂਰਜੀ ਕੈਲੰਡਰ ਨੇ ਅੱਜ ਕੱਲ੍ਹ ਦੁਨੀਆਂ 'ਤੇ ਕਈ ਬਣੇ ਨੇ ਅਤੇ ਕਈ ਖਤਮ ਹੋਏ ਨੇ। ਇਹ ਸਿਰ ਨਹੀਂ, ਜਿੱਥੋਂ ਤੱਕ ਚੰਦਰਮਾ ਦੇ ਕੈਲੰਡਰ ਦਾ ਤੁਲਕ ਹੈ, ਚੰਦਰਮਾ ਦੀ ਪੂਰਨਮਾਸ਼ੀ ਦਾ ਤੁਲਕ ਹੈ, ਚੰਦਰਮਾ ਦੀ ਮੱਸਿਆ ਦਾ ਤੁਲਕ ਹੈ, ਉਹ ਨਾ ਮੇਰੇ ਵਾਸਤੇ 'ਚ ਨਾ ਕਿਸੇ ਹੋਰ ਦੇ ਵਾਸਤੇ 'ਚ। ਉਹ ਕੁਦਰਤੀ ਫਨਾਮਨਾ ਹੈ, ਕੁਦਰਤ ਨੇ ਆਪਣੇ ਆਪ ਨੂੰ ਐਡਜਸਟ ਕਰਨਾ ਹੈ ਅਤੇ ਜਦੋਂ ਪੂਰਨਮਾਸ਼ੀ ਹੋਣੀ ਕਦੇ ਮਹੀਨਾ ਪੂਰਾ ਹੋ ਗਿਆ। ਸੋ ਇਸ ਲਈ ਕਿਸੇ ਵੀ ਧਰਮ ਨੇ ਅੱਜ ਤੱਕ, ਨਾ ਕ੍ਰਿਸਚੈਨਿਟੀ ਨੇ ਸੋਲਰ ਕੈਲੰਡਰ ਨੂੰ ਮੰਨਿਆ, ਨਾ ਹਿੰਦੂ ਧਰਮ ਨੇ ਮੰਨਿਆ, ਨਾ ਇਸਲਾਮ ਨੇ ਮੰਨਿਆ, ਨਾ ਬੁੱਧ ਧਰਮ ਨੇ ਮੰਨਿਆ, ਨਾ ਹੀ ਸਿੱਖਾਂ ਨੇ ਮੰਨਿਆ। ਹੁਣ ਆਹ ਮੈਂ ਦੱਸ ਰਿਹਾ ਸੀਗਾ ਕਿ ਅਗਰ ਕ੍ਰਿਸਚੈਨਿਟੀ ਦਾ ਕੈਲੰਡਰ ਵੇਖਿਆ ਜਾਏ ਤਾਂ ਗੁੱਡ ਫਰਾਈਡੇ 2016 ਵਿੱਚ 25 ਮਾਰਚ ਨੂੰ ਆਇਆ ਸੀ, 17 ਵਿੱਚ 14 ਅਪ੍ਰੈਲ ਨੂੰ ਆਇਆ ਸੀ, ਔਰ 18 ਨੂੰ 30 ਮਾਰਚ ਨੂੰ ਆਇਆ। ਕਹਿੰਦੇ ਅੰਗਰੇਜ਼ੀਆਂ ਦਾ ਕੈਲੰਡਰ ਫਿਕਸ ਹੈਗਾ। ਈਸਟਰ 2016 ਵਿੱਚ 27 ਮਾਰਚ ਨੂੰ ਆਇਆ ਸੀਗਾ, 17 ਵਿੱਚ 16 ਅਪ੍ਰੈਲ ਨੂੰ ਆਇਆ, ਔਰ 18 ਵਿੱਚ 1 ਅਪ੍ਰੈਲ ਨੂੰ ਆਇਆ। ਇਸ ਲਈ ਥੱਲੇ ਵੇਖੋ, ਐਸ਼ ਵੈਡਨਸਡੇ, ਪਾਮ ਸੰਡੇ, ਐਕਸੈਸ਼ਨ ਡੇ, ਟ੍ਰਿਨਿਟੀ ਡੇ, ਕਾਰਪਸ ਡੇ, ਕ੍ਰਿਸਮਸ, ਇਹ ਸਾਰਿਆਂ ਦੀਆਂ ਤਰੀਕਾਂ ਜਿਹੜੀਆਂ ਨੇ ਉਹ 20 ਦਿਨ ਘੱਟ ਵੱਧ ਰਹੀਆਂ ਨੇ। ਕਿਉਂਕਿ ਜਦੋਂ ਵੀ ਤੁਸੀਂ ਚੰਦਰਮਾ ਦੀਆਂ ਤਰੀਕਾਂ ਵੇਖੋਗੇ ਤਾਂ 11-12 ਦਿਨ 15 ਦਿਨ ਫਰਕ ਪੈਂਦਾ ਉਹਦੇ 'ਚ। ਇਸੇ ਤਰ੍ਹਾਂ ਥੱਲੇ ਇਸਲਾਮ ਦੇ ਇਤਿਹਾਸ ਕੈਲੰਡਰ ਹੈ, ਮੁਹਰਮ, ਈਦ ਉਲ ਫਿਤਰ, ਈਦ ਉਲ ਜ਼ੁਹਾ 16 ਵਿੱਚ 12 ਅਕਤੂਬਰ ਨੂੰ ਸੀ, 17 ਵਿੱਚ 1 ਅਕਤੂਬਰ ਨੂੰ ਹੈ, ਫਿਰ 21 ਸਤੰਬਰ ਨੂੰ ਹੈ। ਹਿੰਦੂ ਧਰਮ ਦੇ ਜਿਹੜੇ ਧਾਰਮਿਕ ਜਨਮ ਅਸ਼ਟਮੀ, ਸ਼ਿਵਰਾਤਰੀ, ਉਹਨਾਂ ਦੀਆਂ ਡੇਟਾਂ, ਬੁੱਧ ਧਰਮ ਵੱਡਾ ਧਰਮ ਹੈ, ਉਹਨਾਂ ਦਾ ਹਮੇਸ਼ਾ ਬੁੱਧਾ ਪੂਰਨਿਮਾ। ਸੋ ਕਿਸੇ ਵੀ ਮੁੱਖ ਧਰਮ ਨੇ ਅੱਜ ਤੱਕ ਅੰਗਰੇਜ਼ੀ ਕੈਲੰਡਰ ਨੂੰ ਆਪਣੇ ਵਾਸਤੇ ਪ੍ਰਵਾਨ ਨਹੀਂ ਕੀਤਾ। ਔਰ ਸਾਡੇ ਇੱਥੇ ਇਹ ਮੜ ਦਿੱਤਾ ਗਿਆ, ਪਰ ਮੈਂ ਕਹਿੰਦਾ ਅਗਰ ਜੇ ਮੜ ਵੀ ਦਿੱਤਾ ਹੈ ਤਾਂ ਉਹਦੀਆਂ ਤਰੀਕਾਂ ਤਾਂ ਸਾਡੇ ਇਤਿਹਾਸ ਮੁਤਾਬਕ ਠੀਕ ਹੋਣੀਆਂ ਚਾਹੀਦੀਆਂ ਨੇ। ਜੋ ਪਰਿਵਾਰ ਨੂੰ ਪੁੱਛਿਆ ਅਜੀ ਮੈਂ ਕਿਉਂਕਿ ਕੈਲੰਡਰ 1999 'ਚ ਬਣਾਇਆ ਅਤੇ ਇਸ ਲਈ ਮੈਂ ਅੰਗਰੇਜ਼ੀ ਕਲੀਟਾਂ ਸਾਰੀਆਂ 1999 ਲਈਆਂ ਨੇ, 23 ਤੁਹਾਡੇ ਲਈ ਹੈ 1666 ਵਾਲੇ, ਅਜੇ ਉਹ 23 ਨੂੰ ਗੁਰੂ ਸਾਹਿਬ ਜਨਮ ਹੋਇਆ ਸੀ ਨਾ, ਪਰ ਤਰੀਕ ਉਹਦੀ ਜਿਹੜੀ ਹੈ 5 ਜਨਵਰੀ 1999 ਵਾਲੀ। ਇਹ ਉਸ ਤਰ੍ਹਾਂ ਗੱਲ ਹੋ ਗਈ ਕਿ ਜੋ ਮਸਤੀ ਗੱਡੀ ਹੋਵੇ ਅਤੇ ਉਹਨੂੰ ਜੁਗਾੜ ਕਰਕੇ ਉਹ ਜੀ ਆਹ ਫਲਾਣਾ ਪੁਰਜਾ ਨਹੀਂ, ਅਜੇ ਦੇਸੀ ਪੁਰਜਾ ਲਾ ਦਿਓ। ਹੁਣ ਅਲਟੀਮੇਟਲੀ ਕੀ ਰਹਿੰਦਾ ਕਿ ਨਾ ਮਸਤੀ ਰਹਿੰਦੀ ਹੈ ਨਾ ਪੂਰੀ ਦੇਸੀ ਗੱਡੀ ਰਹਿੰਦੀ ਹੈਗੀ। ਸੋ ਇੱਕ ਕਿਸਮ ਦਾ ਉਹਨੇ ਇੱਕ ਜੁਗਾੜ ਬਣਾ ਲਿਆ ਕਿ ਜੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਜਿਹੜਾ ਉਹ 2 ਹੜ੍ਹ ਦਾ ਸੀਗਾ 1604 ਵਿੱਚ, ਅਤੇ ਮੈਂ ਜੀ 2 ਹੜ੍ਹ ਕਰਤੀ ਹੈ 1999 ਵਿੱਚ, ਕਿਉਂ 16 ਨਵੰਬਰ ਨੂੰ 16 ਜੂਨ ਨੂੰ ਬਣ ਗਿਆ, 16 ਜੂਨ ਬਣ ਗਿਆ। ਸੋ ਨਤੀਜਾ ਕੀ ਨਿਕਲਿਆ ਕਿ ਆਮ ਲੋਕ ਜਿਹੜੇ ਸਨ ਉਹ, ਕਿਉਂਕਿ ਫਰਜ਼ ਕਰੋ ਉਹਨੂੰ ਪਤਾ ਵੀ 2 ਹੜ੍ਹ, ਕਦੇ ਵੇਖੋ ਜੀ ਮੈਂ ਤਰੀਕਾਂ 'ਚ ਬਦਲੀ ਨਹੀਂ ਹੈਗੀਆਂ, 2 ਹੜ੍ਹ ਦੀ 2 ਹੜ੍ਹ ਰੱਖੀ ਹੈਗੀ, 23 ਪੋ ਰੱਖੀ ਹੈਗੀ, ਇਹ ਨਹੀਂ ਦੱਸਦਾ ਕਿ ਉਹਦੇ ਨਾਲ ਮੈਂ ਜਿਹੜੀ ਅੰਗਰੇਜ਼ੀ ਤਰੀਕਾਂ ਜਿਹੜੀਆਂ ਜੁਗਾੜ ਕਰ ਦਿੱਤੀਆਂ ਨੇ ਉਹ ਸਾਰੀਆਂ 1999 ਦੀ ਕਰਤੀਆਂ ਨੇ। ਤਾਂ ਅਸਰ ਕੀ ਹੋਵੇਗਾ ਕਿ ਅੱਜ ਤੋਂ
50 ਸਾਲ ਬਾਅਦ ਜਾਂ 100 ਸਾਲ ਬਾਅਦ ਕੋਈ ਹੋਰ ਸਰਚ ਕਾਲਰ ਬੈਠਦਾ ਅਤੇ ਉਹ ਕਹਿੰਦਾ ਵੀ ਇਹ ਜਿਹੜੀਆਂ ਕੈਲੰਡਰ ਹੈਗਾ ਇਹਦੇ ਹਿਸਾਬ ਨਾਲ ਇਹਦੀਆਂ ਤਰੀਖਾਂ ਹੈਗੀਆਂ ਨੇ ਇਹ ਵੇਖੋ ਉਹਨਾਂ ਦਾ ਇਤਿਹਾਸ ਹੈ ਕਿ ਉਹ ਜਿਹਾ ਠੀਕ ਹੈ ਕਿਉਂਕਿ ਹੁਣ ਲੋਕ ਕਹਿੰਦੇ ਨੇ ਜੇ ਸਿੱਖਾਂ ਨੇ ਆਪਣਾ ਇਤਿਹਾਸ ਆਪ ਹੀ ਬਣਾ ਲਿਆ ਖੁਰ ਪਤਾ ਨਹੀਂ ਗਲਤ ਇੱਕ ਠੀਕ ਹੈਗਾ ਅਤੇ ਜਦੋਂ ਸਰਚ ਕਾਲ ਵਾਪਸ ਪਹੁੰਚਣਗੇ ਉਹ ਕਹਿਣਗੇ ਵੀ ਜੀ 23-5 ਜਨਵਰੀ ਤਾਂ ਗੁਰੂ ਸਾਹਿਬ ਜਨਮ ਹੋਏ ਹੀ ਨੇ ਕਿਉਂਕਿ ਸਾਰੀਆਂ ਤਰੀਖਾਂ ਜਿਹੜੀਆਂ ਨੇ ਇਹਨਾਂ ਦੇ ਹਿਸਾਬ ਨਾਲ ਕੀ ਬਣ ਜਾਏ ਕਿ ਸਾਰੇ ਹੀ ਗੁਰੂ ਸਾਹਿਬਾਨ ਦਾ ਪ੍ਰਕਾਸ਼ 1999 'ਚ ਹੋਇਆ ਸਾਰੇ ਗੁਰੂ ਸਾਹਿਬਾਨ ਦਾ ਗੁਰਗੱਦੀ ਦਿਵਸ 1999 'ਚ ਹੋਇਆ ਉਹ ਸਾਰੇ ਗੁਰੂ ਸਾਹਿਬਾਨ ਦਾ ਜੋਤੀ ਜੋਤ ਸਮਾਣਾ ਜਿਹੜਾ 1999 'ਚ ਅਗਰ ਇਹ ਮੰਨ ਲਿਆ ਜਾਏ ਅਗਰ ਇਹ ਮੰਨ ਲਿਆ ਜਾਏ ਤਾਂ ਪੁਰੇਵਾਲ ਦਾ ਕੈਲੰਡਰ ਠੀਕ ਹੈ ਪਰ ਇਹ ਚੀਜ਼ ਜਿਹੜੀ ਹੈ ਬਿਲਕੁਲ ਗਲਤ ਹੈ ਕਿਉਂਕਿ ਸਾਰੇ ਗੁਰੂ ਸਾਹਿਬਾਨ ਦਾ ਇਹ ਠੀਕ ਹੈ ਅਸੀਂ ਉਹਨਾਂ ਦੇ ਕਿਸੇ ਦਾ 350 ਗੁਰਦੁਆਰੇ ਆ ਰਿਹਾ ਕਿਸੇ ਦਾ 500 ਜਨਮ ਪ੍ਰਕਾਸ਼ ਪੁਰਬ ਆ ਰਿਹਾ ਉਹ 500 ਜ਼ਰੂਰ ਹੈਗਾ ਪਰ ਉਹ ਪ੍ਰਕਾਸ਼ ਪੁਰਬ ਨਹੀਂ ਹੈਗਾ ਅਸਲੀ ਪ੍ਰਕਾਸ਼ ਪੁਰਬ ਜਿਹੜਾ ਸੀ ਉਹ 500 ਪਹਿਲਾਂ ਵਾਲਾ ਹੈ ਔਰ ਅਸਲੀ ਜਿਹੜੀ ਡੇਟ ਆਫ ਬਰਥ ਹੁੰਦੀ ਹੈ ਉਹ ਹੈ ਉਹਨੂੰ ਨਾ ਮੈਂ ਚੇਂਜ ਕਰ ਸਕਦਾ ਨਾ ਪੁਰੇਵਾਲ ਚੇਂਜ ਕਰ ਸਕਦਾ ਨਾ ਜ਼ਿਆਦਾ ਅਕਾਲ ਤਖ਼ਤ ਚੇਂਜ ਕਰ ਸਕਦਾ ਨਾ ਕੋਈ ਸ਼੍ਰੋਮਣੀ ਕਮੇਟੀ ਕਰ ਸਕਦੀ ਔਰ ਅਸੀਂ ਇੱਥੇ ਇਹਨਾਂ ਮੁਲਕਾਂ 'ਚ ਜਾਣਦੇ ਹਾਂ ਕਿ ਬੱਚਾ ਪੈਦਾ ਹੋ ਗਿਆ ਹਸਪਤਾਲ 'ਚ ਰਿਕਾਰਡ ਹੋ ਗਿਆ ਕਿ 29 ਮਈ ਨੂੰ ਬੱਚੇ ਬਰਥ ਹੋਈ ਹੈ ਹੁਣ ਮਾਪੇ ਬਾਅਦ ਕਹਿੰਦੇ ਜੀ 28 ਕਰ ਦਿਓ ਕਹਿੰਦੇ 28 ਨਹੀਂ ਹੋ ਸਕਦੀ ਇਹ ਈਵੈਂਟ ਹੋ ਗਈ ਹੈ 29 ਤਰੀਕ ਨੂੰ ਹੋਈ ਹੈ 29 ਤਰੀਕ ਦੀ ਰਿਕਾਰਡ ਹੈਗੀ 29 ਰਹੇਗੀ ਹੁਣ ਇਹ 28 ਨਹੀਂ ਹੋ ਸਕਦੀ ਪਰ ਅਜੀਬ ਗੱਲ ਹੈ ਕਿ ਪੁਰੇਵਾਲ ਜਿਹੜਾ ਬੜੀ ਛਾਣ ਨਾਲ ਕਹੀ ਜਾਂਦਾ ਜੀ ਮੈਂ 5 ਤਰੀਕ ਫਿਕਸ ਕਰ ਦਿੱਤੀ ਔਰ ਅਸੀਂ ਮੰਨੇ ਜਾਣ ਫਿਕਸ ਕਰ ਦਿੱਤੀ ਵੀ ਹੂ ਆਰ ਯੂ ਕਿ ਵੀ ਮੈਂ ਫਿਕਸ ਕਰ ਦਿੱਤੀ ਹੈ ਇਹਨੂੰ ਮੰਨ ਲਓ ਸੋ ਮੇਰਾ ਇਸੇ ਲਈ ਇਸ ਕੈਲੰਡਰ ਦੇ ਉੱਤੇ ਸ਼ੁਰੂ ਤੋਂ ਵਿਰੋਧ ਚੱਲ ਰਿਹਾ ਔਰ ਇਹ ਵਿਰੋਧ ਜਿਹੜਾ ਇਹ ਨਿਰੰਤਰ ਜਾਰੀ ਰਹੇਗਾ ਜਿਸ ਤੱਕ ਹੋ ਸਕਦਾ ਮੈਂ ਸੰਗਤਾਂ ਨੂੰ ਕੋਸ਼ਿਸ਼ ਕਰਦਾ ਕਿ ਇਹਦੇ ਬਾਰੇ ਦੱਸਾਂ ਇੱਕ ਹੋਰ ਬੜਾ ਭਰਮਪਲੇਖਾ ਪਾਇਆ ਜਾਂਦਾ ਹੈ ਕਿ ਜੇ ਅਸੀਂ ਪੁਰਾਤਨ ਕੈਲੰਡਰ ਦੇ ਨਾਲ ਚੱਲਦੇ ਰਹੇ ਤਾਂ ਗੁਰਬਾਣੀ ਦਾ ਸੰਬੰਧ ਰੁੱਤਾਂ ਨਾਲੋਂ ਟੁੱਟ ਜਾਏਗਾ ਅਸੀਂ ਪੜ੍ਹਦੇ ਹਾਂ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇਹ 4-5 ਪੰਕਤੀਆਂ ਜ਼ਰੂਰ ਕੋਟ ਕਰਦੇ ਹੈਗੇ ਨੇ ਕਿ ਜੇ ਲਿਖਿਆ ਅਸਾੜ ਤਪੰਦਾ ਤਿਸ ਲਗੇ ਹਰ ਦੇ ਮਹੀਨੇ ਬੜੀ ਗਰਮੀ ਹੁੰਦੀ ਹੈ ਭੋਖ ਤੁਖਾਰ ਨਾਲ ਵਿਆਪੀ ਬੜੀ ਠੰਡ ਹੁੰਦੀ ਹੈ ਅਤੇ ਜੇ ਅਸੀਂ ਇਸੇ ਕੈਲੰਡਰ ਦੇ ਨਾਲ ਚੱਲਦੇ ਰਹੇ ਤਾਂ ਹੋਰ 13,000 ਸਾਲ ਨੂੰ ਅਸ਼ਾਰਤ ਪੰਦਾ ਤਿਸਲ ਜਦੋਂ ਪੜ੍ਹਦੇ ਹਾਂ ਉਦੋਂ ਦਸੰਬਰ ਹੋਵੇਗਾ ਮੈਂ ਕਿਹਾ ਵੀ ਠੀਕ ਹੈ ਮੈਂ ਤੇਰੀ ਗੱਲ ਮੰਨਣਾ ਦਸੰਬਰ ਹੋਵੇਗਾ ਪਰ ਹੁਣ ਘੁੰਮਿਆ ਕੌਣ ਹੈ ਤੁਸੀਂ ਘੁੰਮ ਕੇ ਦਸੰਬਰ ਆ ਗਿਆ ਨਾ ਉੱਥੇ ਅਸ਼ਾੜ ਦੇ ਵਿੱਚ ਅਸ਼ਾੜਤ ਦਸੰਬਰ 'ਚ ਨਹੀਂ ਗਿਆ ਹੈਗਾ ਨੰਬਰ 1 ਨੰਬਰ 2 ਗੁਰੂ ਸਾਹਿਬ ਨੇ ਉਸ ਵੇਲੇ ਦੇ ਪੰਜਾਬ ਦੇ ਜਿਹੜੇ ਮੌਸਮ ਸਨ ਉਹਨਾਂ ਦਾ ਜ਼ਿਕਰ ਗੁਰਬਾਣੀ ਵਿੱਚ ਜ਼ਰੂਰ ਕੀਤਾ ਹੈ ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਗੁਰੂ ਸਾਹਿਬ ਨੇ ਗੁਰਬਾਣੀ ਜਿਹੜੀ ਉਚਾਰਨ ਕੀਤੀ ਹੈ ਉਹ ਪੰਜਾਬ ਵਾਸਤੇ ਨਹੀਂ ਕੀਤੀ ਗੁਰਬਾਣੀ ਜਿਹੜੀ ਹੈ ਸਰਬਕਾਲਿਕ ਹੈ ਸਰਬ ਭੌਮਿਕ ਹੈ ਅਤੇ ਸਰਬ ਸਾਂਝੀ ਹੈ ਇਸ ਵੇਲੇ ਖਾਲਸਾ ਦੁਨੀਆ ਦੇ ਹਰ ਕੋਨੇ ਦੇ ਵਿੱਚ ਵਿਛੜ ਰਿਹਾ ਅਤੇ ਜਦੋਂ ਅੰਮ੍ਰਿਤਸਰ ਵਿੱਚ ਬੈਠਾ ਜਾਂ ਪੰਜਾਬ ਵਿੱਚ ਬੈਠਾ ਖਾਲਸਾ ਸਾੜਤ ਪੰਦਰ ਤਿਸਲ ਕੇ ਪੜ੍ਹਦਾ ਹੈ ਅਤੇ ਜਿਹੜੇ ਗੁਰਦੁਆਰੇ ਨਿਊਜ਼ੀਲੈਂਡ ਵਿੱਚ ਹੈਗੇ ਨੇ ਉਹ ਵੀ ਸਾੜਤ ਪੰਦਰ ਹੀ ਪੜ੍ਹਦੇ ਨੇ ਉੱਥੇ ਬਰਫਾਂ ਪੈ ਰਹੀਆਂ ਨੇ ਅਤੇ ਮੈਂ ਕਿਹਾ ਪੁਰੇਵਾਲ ਸਾਹਿਬ ਤੁਸੀਂ 13,000 ਸਾਲ ਦੀ ਗੱਲ ਕਰਦੇ ਹੋ ਮੈਂ ਅੱਜ ਦੀ ਗੱਲ ਕਰਨਾ ਕਿ ਸਾਨੂੰ ਅਸਾੜਤ ਪੰਦਾ ਦਾ ਕੋਈ ਕੁਨੈਕਸ਼ਨ ਬਾਹਰ ਦੀ ਗਰਮੀ ਨਾਲ ਨਹੀਂ ਹੈਗਾ ਅਗਰ ਬਾਹਰ ਦੀ ਗਰਮੀ ਨਾਲ ਹੁੰਦਾ ਤਾਂ ਫਿਰ ਨਿਊਜ਼ੀਲੈਂਡ ਵਿੱਚ ਜਿਹੜੇ ਉਹ ਪੋਖਾਰ ਪੜ੍ਹਦੇ ਸੋ ਅਸੀਂ ਅਸਾੜਤ ਪੰਦਾ ਇੱਥੇ ਪੜ੍ਹਨਾ ਕਿ ਅੱਜ ਅਸਾੜ ਦਾ ਮਹੀਨਾ ਸ਼ੁਰੂ ਹੋਇਆ ਹੈ ਔਰ ਮੈਂ ਅਗਲੀ ਕਿ ਨਾਲ ਪੂਰੀ ਪੜ੍ਹ ਲਓ ਕਿ ਅਸਾੜਤ ਪੰਦਾ ਤਿਸ ਲਗੇ ਹਰਨਾ ਹੋਣ ਜਿੰਨਾ ਪਾਸ ਗੱਲ ਤਾਂ ਨਾਮ ਦੀ ਹੈ
ਗੁਰੂ ਸਾਹਿਬ ਏਸੀ ਦੀ ਗੱਲ ਨਹੀਂ ਕਰ ਰਹੇ ਹੈਗੇ, ਹਾਂ ਏਸੀ ਦੀ ਗੱਲ ਕਰਦੇ ਫਿਰ ਕਹਿੰਦੇ ਬਾਹਰ ਦੇ ਮੌਸਮ ਦੀ ਗੱਲ ਕਰ ਰਹੇ ਹੈਗੇ। ਸੋ ਗੁਰੂ ਸਾਹਿਬ ਨਾਮ ਦੀ ਗੱਲ ਕਰ ਰਹੇ ਨੇ। ਸੋ ਗੁਰਬਾਣੀ ਜਿਹੜੀ ਹੈ ਉਹ ਸਰਵਭੌਮਿਕ ਹੈ ਸਾਰੀ ਸ੍ਰਿਸ਼ਟੀ ਵਾਸਤੇ ਵੇ। ਅਸੀਂ ਕੈਲੰਡਰ ਬਣਾ ਕੇ ਅਤੇ ਉਹਨੂੰ ਕਹਿ ਦਈਏ ਜੀ ਇਹ ਸਿਰਫ ਪੰਜਾਬ ਵਾਸਤੇ ਵੇ, ਇਹ ਸਾਰੇ ਮੌਸਮ ਆ ਗਏ, ਅਤੇ ਇਹਦਾ ਮਤਲਬ ਕਿ ਅਸੀਂ ਇਸ ਕੈਲੰਡਰ ਨੂੰ ਜਾਂ ਗੁਰਬਾਣੀ ਨੂੰ ਪੰਜਾਬ ਦੇ ਵਿੱਚ ਕੇਂਦਰਿਤ ਕਰਨਾ ਚਾਹੁੰਦੇ ਕਿ ਸਿਰਫ ਪੰਜਾਬ ਵਾਸਤੇ ਕੀ। ਸੋ ਗੁਰਬਾਣੀ ਪੰਜਾਬ ਵਾਸਤੇ ਨਹੀਂ, ਗੁਰਬਾਣੀ ਜਿਹੜੀ ਹੈ ਸਰਵਭੌਮਿਕ ਹੈ ਔਰ ਸਰਵਕਾਲਕ ਹੈ, ਚਾਹੇ ਅੱਜ ਹੈ ਅਤੇ ਚਾਹੇ ਤੇਰੇ 13,000 ਸਾਲ ਬਾਅਦ ਹੋਣਾ, ਉਦੋਂ ਵੀ ਗੁਰਬਾਣੀ ਦਾ ਸਾਰ ਤਪੰਦਾ ਸਾਰ ਤਪੰਦਾ ਹੀ ਰਹਿਣਾ ਔਰ ਸਰਬ ਸਾਂਝੀ ਹੈ। ਮਤਲਬ ਇੱਕੋ ਹੀ ਹੈਗਾ ਕਿ ਚਾਹੇ ਇਨਸਾਨ ਪੰਜਾਬ ਵਿੱਚ ਰਹਿੰਦਾ, ਚਾਹੇ ਇੰਗਲੈਂਡ ਵਿੱਚ ਰਹਿੰਦਾ, ਚਾਹੇ ਅਮਰੀਕਾ 'ਚ ਰਹਿੰਦਾ, ਉਹਨਾਂ ਸਾਰਿਆਂ ਵਾਸਤੇ ਗੁਰਬਾਣੀ ਦਾ ਸੰਦੇਸ਼ ਅਸਾੜ ਦੇ ਮਹੀਨੇ ਦਾ ਜਾਂ ਪੋਖ ਦੇ ਮਹੀਨੇ ਦਾ ਸਾਰਿਆਂ ਵਾਸਤੇ ਸਾਂਝਾ ਹੈ। ਇਹ ਨਹੀਂ ਕਿ ਨਿਊਜ਼ੀਲੈਂਡ ਵਾਲਿਆਂ ਵਾਸਤੇ ਸੰਦੇਸ਼ ਵੱਖਰਾ ਹੈ ਅਤੇ ਪੰਜਾਬ ਵਾਲਿਆਂ ਵਾਸਤੇ ਸੰਦੇਸ਼ ਵੱਖਰਾ ਹੈ। ਹੁਣ ਉਸ ਤੋਂ ਅੱਗੇ ਹੁਣ ਜਿਹੜਾ ਨਵਾਂ ਲੋਕਾਂ ਨੂੰ ਕਨਫਿਊਜ਼ ਕਰਨ ਵਾਸਤੇ ਨਵੀਆਂ ਨਵੀਆਂ ਗੱਲਾਂ ਕਰੀ ਜਾਂਦੇ ਹੈਗੇ ਨੇ ਕਿ ਜੀ ਕੈਲੰਡਰ ਸਾਡੀ ਪਛਾਣ ਹੈ, ਇਹ ਨਵੀਂ ਇੱਕ ਗੱਲ ਚੱਲ ਪਈ ਹੈ ਅੱਜ ਕੈਲੰਡਰ ਸਾਡੀ ਪਛਾਣ ਹੈ। ਸੋ ਮੈਂ ਜਦੋਂ ਧਰਮਾਂ ਦੀ ਸਟੱਡੀ ਕੀਤੀ ਤਾਂ ਵੇਖਣਾ ਕਿ ਹਰ ਇੱਕ ਧਰਮ ਦੀ ਪਛਾਣ ਦੇ ਕੁਝ ਮੁੱਖ ਅੰਗ ਹੁੰਦੇ ਨੇ, ਚਾਹੇ ਉਹ ਕ੍ਰਿਸਚੈਨਿਟੀ ਹੈ, ਚਾਹੇ ਉਹ ਇਸਲਾਮ ਹੈ, ਚਾਹੇ ਬੁੱਧ ਧਰਮ, ਜਿਹੜੇ ਵੀ ਧਰਮ ਹੈਗੇ ਨੇ, ਸਾਰਿਆਂ ਦੇ ਕੁਝ ਨਾ ਕੁਝ ਮੁੱਖ ਅੰਗ ਹੁੰਦੇ ਨੇ ਜਿਨ੍ਹਾਂ ਕਰਕੇ ਪਛਾਣਿਆ ਜਾਂਦਾ ਕਿ ਆਹ ਧਰਮ ਵੱਖਰਾ ਹੈ ਜਾਂ ਆਹ ਬੰਦਾ ਜਿਹੜਾ ਇਸ ਧਰਮ ਨੂੰ ਬਿਲੋਂਗ ਕਰਦਾ। ਤਾਂ ਸਾਰਿਆਂ ਨੂੰ ਪਹਿਲਾ ਅੰਗ ਹੈਗਾ ਕਿ ਹਰ ਇੱਕ ਧਰਮ ਦਾ ਆਪਣਾ ਆਪਣਾ ਧਰਮ ਗ੍ਰੰਥ ਹੁੰਦਾ ਹੈ। ਜਿਸ ਧਰਮ ਗ੍ਰੰਥ ਦੀਆਂ ਉਪਦੇਸ਼ਾਂ ਦੇ ਅਨੁਸਾਰ ਉਸ ਧਰਮ ਨੂੰ ਮੰਨਣ ਵਾਲੇ ਚੱਲਦੇ ਨੇ। ਜਿਵੇਂ ਹਿੰਦੂਆਂ ਨੇ ਦਾ ਧਰਮ ਗ੍ਰੰਥ ਗੀਤਾ ਹੈ, ਕ੍ਰਿਸ਼ਨਾ ਦੀ ਬਾਈਬਲ ਹੈ, ਇਸਲਾਮ ਦਾ ਕੁਰਾਨ ਸ਼ਰੀਫ ਹੈ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਨੇ ਕਿਰਪਾ ਕਰਕੇ ਸਾਨੂੰ ਸ੍ਰੀ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਅਤੇ ਸਿੱਖ ਪੰਥ ਜਿਹੜਾ ਹੈ ਉਹਨੇ ਅਗਵਾਈ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ, ਕੈਲੰਡਰ ਤੋਂ ਨਹੀਂ ਲੈਣੀ। ਗੁਰੂ ਗ੍ਰੰਥ ਸਾਹਿਬ ਸਾਡੀ ਪਛਾਣ ਹੈ। ਦੂਜਾ ਅੰਗ ਹੁੰਦਾ ਹੈ ਕਿ ਹਰ ਇੱਕ ਧਰਮ ਦਾ ਆਪਣਾ ਆਪਣਾ ਧਰਮ ਅਸਥਾਨ ਹੁੰਦਾ ਜਿੱਥੇ ਕਿ ਉਹਨੇ ਆਪਣਾ ਪ੍ਰਚਾਰ ਕਰਨਾ ਹੈ, ਉਸ ਧਰਮ ਗ੍ਰੰਥ ਦੇ ਉਪਦੇਸ਼ ਸੁਣਾਉਣੇ ਨੇ। ਚਰਚ ਹੈ, ਦੂਰੋਂ ਪਛਾਣਿਆ ਜਾਂਦਾ, ਮੰਦਰ ਹੈ, ਮਸਜਿਦ ਹੈ, ਗੁਰੂ ਸਾਹਿਬ ਨੇ ਤੁਹਾਨੂੰ ਗੁਰਦੁਆਰੇ ਬਖਸ਼ਣ ਕੀਤੇ ਨੇ, ਦੂਰੋਂ ਪਛਾਣਿਆ ਜਾਂਦਾ ਕਿ ਸਿੱਖਾਂ ਦਾ ਗੁਰਦੁਆਰਾ ਹੈਗਾ। ਤਾਂ ਇਹ ਸਿੱਖ ਦੀ ਪਛਾਣ ਹੈ, ਪਛਾਣ ਕਰਵਾਉਂਦੇ ਨੇ। ਤੀਜੀ ਚੀਜ਼ ਹੈ ਕਿ ਹਰ ਇੱਕ ਧਰਮ ਦਾ ਜਿਹਨੂੰ ਧਰਮ ਚੁਜਾ ਕਹਿੰਦੇ ਨੇ ਵੱਖਰਾ, ਕਿਸੇ ਦਾ ਨੀਲਾ ਹੈ, ਕਿਸੇ ਦਾ ਪੀਲਾ ਹੈ, ਕਿਸੇ ਦਾ ਲਾਲ ਹੈ, ਕਿਸੇ ਦਾ ਹਰਾ ਹੈ, ਕਿਸੇ ਦਾ ਚਿੱਟਾ ਹੈ, ਔਰ ਗੁਰੂ ਸਾਹਿਬ ਨੂੰ ਤੁਹਾਨੂੰ ਕਿਸੇ ਨਿਸ਼ਾਨ ਸਾਹਿਬ ਦਿੱਤੇ ਨੇ, ਦੂਰੋਂ ਪਛਾਣੇ ਜਾਂਦੇ ਨੇ ਉਹ ਸਿੰਘਾਂ ਦਾ ਨਿਸ਼ਾਨ ਸਾਹਿਬ, ਸਿੰਘਾਂ ਦਾ ਨਿਸ਼ਾਨ ਪਛਾਣ ਕਰਵਾਉਂਦਾ ਹੈ। ਇਹ ਚੀਜ਼ਾਂ ਜਿਹੜੀ ਤੁਹਾਡੀ ਪਛਾਣ ਕਰਾਉਂਦੀਆਂ ਨੇ। ਚੌਥੀ ਚੀਜ਼ ਹੈ ਧਾਰਮਿਕ ਬੋਲੇ ਕਿ ਜਦੋਂ ਦੋ ਇਨਸਾਨ ਬੋਲ ਇਕੱਠੇ ਹੁੰਦੇ ਨੇ ਤਾਂ ਕੀ ਕਹਿੰਦੇ ਨੇ, ਉਸ ਤੋਂ ਪਛਾਣਿਆ ਜਾਂਦਾ ਕਿ ਬੰਦੇ ਇਨਸਾਨ ਜਿਹੜੇ ਕੀ ਨੇ। ਅਗਰ ਦੂਸਰੇ ਦਿਨ ਮਿਲ ਕੇ ਰਾਮ ਰਾਮ ਬੋਲਦੇ ਨੇ ਸਾਨੂੰ ਤਾਂ ਇਤਰਾਜ਼ ਨਹੀਂ, ਬੋਲਣ, ਪਰ ਪਛਾਣ ਕਰਾਉਂਦੇ ਨੇ ਕਿ ਇਹ ਜਿਹੜੇ ਰਾਮ ਰਾਮ ਬੋਲਣ ਵਾਲੇ ਨੇ ਇਹ ਹਿੰਦੂ ਵੀਰ ਨੇ। ਅਗਰ ਦੋ ਸੱਜਣ ਮਿਲ ਕੇ ਸਲਾਮਾਂ ਲੇਖਮ ਕਰਦੇ ਨੇ ਤਾਂ ਅਸੀਂ ਕਹਿ ਸਕਦੇ ਹਾਂ ਵੀ ਇਹ ਇਸਲਾਮ ਧਰਮ ਨੂੰ ਬਿਲੋਂਗ ਕਰਦੇ ਨੇ, ਔਰ ਗੁਰੂ ਸਾਹਿਬ ਨੇ ਸਾਨੂੰ ਬੁਰਜ ਖਾਲਸਾ ਵਿੱਚ ਫਤਿਹ ਦਿੱਤੀ ਹੈ। ਔਰ ਸਭ ਤੋਂ ਇੰਪੋਰਟੈਂਟ
ਖਾਲਸਾ ਮੇਰਾ ਰੂਪ ਹੈ ਖਾਸ। ਸੋ ਇਹ ਪੰਜ ਚੀਜ਼ਾਂ ਜਿਹੜੀਆਂ ਨੇ ਖਾਲਸਾ ਪੰਥ ਦੀ ਪਛਾਣ ਨੇ। ਬੋਝੇ 'ਚ ਪਾਇਆ ਕੈਲੰਡਰ ਜਾਂ ਜੰਤਰੀ, ਜਾਂ ਹੱਥ 'ਚ ਫੜਿਆ ਜਾਂ ਗੋਲ ਕੀਤਾ ਕੈਲੰਡਰ, ਜੇ ਇਹ ਸਮਝੋ ਕਿ ਹਿੰਦੂ ਧਰਮ ਦੀ ਪਛਾਣ ਕਰਾ ਸਕਦਾ ਜਾਂ ਹਿੰਦੂ ਧਰਮ ਸਿੱਖ ਧਰਮ ਦੀ ਪਛਾਣ ਕਰ ਸਕਦਾ, ਤਾਂ ਇਹ ਭੁਲੇਖਾ ਪਾਉਣ ਵਾਲੀ ਗੱਲ ਜ਼ਰੂਰ ਹੋ ਸਕਦੀ ਹੈ। ਕੋਈ ਵੀ ਕੈਲੰਡਰ ਕਿਸੇ ਧਰਮ ਦੀ ਪਛਾਣ ਨਹੀਂ ਕਰਵਾਉਂਦਾ। ਧਰਮ ਪਛਾਣ ਕਰਾਉਂਦੇ ਇਹ ਪੰਜ ਮੁੱਖ ਮੁੱਦੇ ਨੇ, ਜਿਨ੍ਹਾਂ ਕਰਕੇ ਕੋਈ ਵੀ ਧਰਮ ਜਾਂ ਉਸ ਦਾ ਅਨੁਯਾਈ ਪਛਾਣਿਆ ਜਾ ਸਕਦਾ। ਸੋ ਜੇ ਇਹਨਾਂ ਪੰਜਾਂ ਚੀਜ਼ਾਂ ਕਰਕੇ ਪਛਾਣ ਨਹੀਂ ਬਣਦੀ ਤਾਂ ਪੁਰੇਵਾਲ ਜਾਂ ਉਹਦੇ ਹਮਾਇਤੀ ਇਹ ਕਹੀ ਜਾਂਦੀ, ਵੇਖੋ ਜੀ ਕੈਲੰਡਰ ਸਾਡੀ ਪਛਾਣ ਕਰਦਾ। ਅਤੇ ਮੈਂ ਕਈਆਂ ਨੂੰ ਪੁੱਛਣਾ ਵੀ ਤੁਸੀਂ ਕੈਲੰਡਰ ਅੱਗੇ ਪਿੱਛੇ ਟੰਗ ਲਓ ਆਪਣੇ, ਮੈਂ ਵੇਖਣਾ ਕਿੰਨੇ ਦੀ ਪਛਾਣ ਹੋ ਜਾਂਦੀ। ਪੁਰੇਵਾਲ ਖੁਦ ਕੈਲੰਡਰ ਬਣਾਉਣ ਤੋਂ ਪਹਿਲਾਂ ਕਿਰਨ ਸ਼ਵਨ ਸੀਗਾ, ਅਤੇ ਉਹਨੇ ਆਪਣੇ ਪਛਾਣ ਬਣਾਉਣ ਵਾਸਤੇ ਹੁਣ ਦਿਹਾੜੀ ਕੇਸ ਰੱਖੇ ਨੇ, ਨਹੀਂ ਤਾਂ ਆਪਣਾ ਕੈਲੰਡਰ ਅੱਗੇ ਪਿੱਛੇ ਲਮਕਾ ਲੈਂਦਾ ਅਤੇ ਮੈਂ ਦੇਖਦਾ ਕਿੰਨੇ ਕੁ ਉਹਨੂੰ ਪਛਾਣਦੇ ਸਨ। ਸੋ ਇਹ ਜਿਹੜੀਆਂ ਗੱਲਾਂ ਨੇ ਆਮ ਲੋਕਾਂ ਵਿੱਚ ਭੁਲੇਖਾ ਜ਼ਰੂਰ ਪਾਉਂਦੀਆਂ ਨੇ, ਅਸਲੀਅਤ ਤੋਂ ਕੋਹਾਂ ਦੂਰ ਨੇ। ਇਹ ਮੈਂ ਕੁਛ ਕਈ ਸੱਜਣ ਪੁੱਛਦੇ ਰਹਿੰਦੇ ਨੇ ਕਿ ਨਿਸ਼ਾਨ ਸਾਹਿਬ ਹੁਣ ਇੰਨਾ ਝਮੇਲਾ ਪੈ ਗਿਆ, ਇਹਦਾ ਹੱਲ ਕੀ ਹੋ ਸਕਦਾ। ਇਹ ਕੁਛ ਸੁਝਾਅ ਮੈਂ ਜਥੇਦਾਰ ਅਕਾਲ ਤਖ਼ਤ ਨੂੰ ਦਿੱਤੇ ਹੈਗੇ ਨੇ, ਤੁਹਾਨੂੰ ਵੀ ਦੇ ਰਿਹਾ, ਤੁਸੀਂ ਵੀ ਅਗਰ ਚਾਹੋ ਤਾਂ ਅੱਗੇ ਪੇਜ ਸਕਦੇ ਹੋ। ਮੁੱਖ ਗੱਲਾਂ ਇਹ ਨੇ ਕਿ ਕੈਲੰਡਰ ਬਣਾਉਣ ਵਾਸਤੇ ਦੋ ਕਮਿਸ਼ਨ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਜਥੇਦਾਰ ਅਕਾਲ ਤਖ਼ਤ ਵੱਲੋਂ ਨਿਯੁਕਤ ਕੀਤੇ ਜਾਣ। ਇੱਕ ਕਮਿਸ਼ਨ ਜਿਹੜਾ ਹਿਸਟੋਰੀਅਨਸ ਦਾ ਹੋਵੇ, ਤਾਂ ਕਿ ਜਿੰਨਾ ਵੀ ਤਰੀਕਾਂ ਦੇ ਉੱਤੇ ਕਿਸੇ ਕਿਸਮ ਦਾ ਵੀ ਕੋਈ ਭੁੱਲ ਭੁਲੇਖਾ ਹੈਗਾ, ਜਿਵੇਂ ਕਈ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ 'ਤੇ ਕਿੰਤੂ ਪਰੰਤੂ ਕਰਦੇ ਨੇ, ਜਾਂ ਹੋਰ ਗੁਰਪੁਰਬਾਂ ਦੇ 'ਤੇ ਜਾਂ ਹੋਰ ਹਿਸਟੋਰੀਕਲ ਡੇਟਾਂ 'ਤੇ ਅਗਰ ਕੋਈ ਤਫਰਕ ਹੈਗੇ ਨੇ, ਤਾਂ ਉਹਨਾਂ ਨੂੰ ਜਿਹੜੇ ਹਿਸਟੋਰੀਅਨਸ ਨੇ ਰਿਸਰਚ ਸਕਾਲਰ ਨੇ ਉਹ ਇੱਕ ਵਾਰੀ ਬਹਿ ਕੇ ਅਤੇ ਬਹੁਤ ਫਰਕ ਨੂੰ ਨਜਿੱਠ ਸਕਦੇ ਨੇ। ਦੂਜੇ ਪਾਸੇ ਕੈਲੰਡਰ ਬਣਾਉਣ ਵਾਸਤੇ ਜਿਹੜੇ ਬੰਦੇ ਕੈਲੰਡਰ ਐਕਸਪਰਟ ਹੈਗੇ ਨੇ, ਉਹ ਸਿੱਖ ਵੀ ਹੋ ਸਕਦੇ ਨੇ, ਉਹ ਹਿੰਦੂ ਵੀ ਹੋ ਸਕਦੇ ਨੇ, ਉਹ ਮੁਸਲਮਾਨ ਵੀ ਹੋ ਸਕਦੇ ਨੇ, ਕ੍ਰਿਸਚਨ ਵੀ ਹੋ, ਕੋਈ ਵੀ ਹੋ ਸਕਦਾ। ਕੈਲੰਡਰ ਇੱਕ ਵਿਦਿਆ ਹੈ, ਜਿਵੇਂ ਅਸੀਂ ਘਰ ਬਣਾਉਣਾ ਹੋਵੇ ਤਾਂ ਆਰਕੀਟੈਕਟ ਕੋਈ ਵੀ ਹੋ ਸਕਦਾ, ਸਿਰਫ ਇੰਨਾ ਕਿ ਮੈਂ ਆਪਣੇ ਪੈਰਾਮੀਟਰ ਨੂੰ ਜ਼ਰੂਰ ਦੱਸਣੇ ਨੇ ਵੀ ਮੇਰਾ ਘਰ ਜਿਹੜਾ ਬਣਨਾ ਹੈ ਉਹ ਜੇ ਡਰਾਇੰਗ ਰੂਮ ਖੁੱਲ੍ਹਾ ਹੋਣਾ ਚਾਹੀਦਾ ਕਿਉਂਕਿ ਸੰਗਤਾਂ ਆ ਸਕੀਆਂ, ਜਾਂ ਮੇਰੇ ਘਰ ਦੇ ਵਿੱਚ ਬਾਥਰੂਮ ਜਿਹੜੇ ਨੇ ਤਿੰਨ ਨੇ, ਮੈਨੂੰ ਚਾਰ ਚਾਹੀਦੇ ਹੈਗੇ ਨੇ, ਇਹ ਪੈਰਾਮੀਟਰ ਮੇਰੇ ਨੇ। ਅਤੇ ਮੈਂ ਕਿਸੇ ਵੀ ਯੋਗ ਆਰਕੀਟੈਕਟ ਨੂੰ ਆਪਣੇ ਘਰ ਦਾ ਨਕਸ਼ਾ ਬਣਾਉਣ ਵਾਸਤੇ ਦੇ ਦਿੰਦਾ। ਐਨ ਇਸੇ ਤਰ੍ਹਾਂ ਆਪਣੇ ਪੈਰਾਮੀਟਰ ਫਿਕਸ ਕਰਕੇ ਅਸੀਂ ਜਿਹੜੇ ਵੀ ਇਸ ਵਿੱਦਿਆ ਦੇ ਐਕਸਪਰਟ ਹੈਗੇ ਨੇ ਉਹਨਾਂ ਨੂੰ ਕਹਿ ਸਕਦੇ ਵੀ ਤੁਸੀਂ ਇਹਦਾ ਕੈਲੰਡਰ ਬਣਾ ਕੇ ਦਿਓ, ਔਰ ਮੰਨ ਲਓ ਤੁਸੀਂ ਬਜਾਏ ਇੱਕ ਆਰਕੀਟੈਕਟ ਨੂੰ ਪੰਜਾਂ ਆਰਕੀਟੈਕਟ ਨੂੰ ਕਹਿ ਦਿੰਦੇ ਹੋ, ਅਤੇ ਪੰਜੇ ਆਪ ਆਪਣਾ ਨਕਸ਼ਾ ਬਣਾ ਕੇ ਲਿਆਉਂਦੇ ਨੇ, ਇਹ ਹੁਣ ਤੁਹਾਡੀ ਪਛਾਣ 'ਤੇ ਡਿਪੈਂਡ ਕਰਦਾ, ਤੁਹਾਡੇ ਜ਼ਿਹਨ 'ਤੇ ਡਿਪੈਂਡ ਕਰਦਾ ਕਿ ਤੁਸੀਂ ਉਹ 'ਚੋਂ ਕਿਹਨੂੰ ਪਸੰਦ ਕਰਦੇ, ਕਿ ਆਹ ਜਿਹੜਾ ਨਕਸ਼ਾ ਹੈ ਉਹ ਮੇਰੇ ਪੈਰਾਮੀਟਰ ਦੇ ਉੱਤੇ ਪੂਰਾ ਫਿਕਸ ਹੁੰਦਾ। ਸੋ ਉਹਨਾਂ ਪੰਜਾਂ ਕੈਲੰਡਰਾਂ ਵਿੱਚੋਂ ਜਿਹੜਾ ਕੈਲੰਡਰ ਅਲਟੀਮੇਟਲੀ ਜਥੇਦਾਰ ਅਕਾਲ ਤਖ਼ਤ ਔਰ ਸ਼੍ਰੋਮਣੀ ਕਮੇਟੀ ਪ੍ਰਵਾਨ ਕਰੇ ਉਹ ਸਿੱਖ ਪੰਥ 'ਤੇ ਲਾਗੂ ਹੋ ਸਕਦਾ। ਹੁਣ ਇਸ ਤਰੀਕੇ ਨਾਲ ਜੇ ਕੈਲੰਡਰ ਬਣਾਇਆ ਜਾਏ ਤਾਂ ਉਹ ਇਤਿਹਾਸ ਮੁਤਾਬਕ ਵੀ ਹੋਵੇਗਾ, ਸਾਡੀਆਂ ਇੱਛਾ ਦੇ ਮੁਤਾਬਕ ਵੀ ਹੋਵੇਗਾ। ਅਤੇ ਜੇ ਉਹ ਨਹੀਂ ਬਣਾਉਂਦੇ ਤਾਂ ਜਿਵੇਂ ਸਾਡੇ ਨਾਨਕਸ਼ਾਹੀ 2003 ਵਾਲਾ ਕੈਲੰਡਰ ਬਣਿਆ,
ਜਿਹਦੇ ਬਾਰੇ ਕਿਹਾ ਜਾਂਦਾ ਕਿ ਜੀ ਇਹ ਸਰਬਸੰਮਤੀ ਨਾਲ ਪਾਸ ਹੋਇਆ, ਉਹਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਕਿ 28 ਮਾਰਚ 2003 ਨੂੰ ਅਕਾਲ ਤਖ਼ਤ 'ਤੇ ਮੀਟਿੰਗ ਹੋਈ ਹੈ। ਕਾਫ਼ੀ ਜਥੇਬੰਦੀਆਂ ਗਈਆਂ ਸਨ, ਪ੍ਰਧਾਨ ਸ਼੍ਰੋਮਣੀ ਕਮੇਟੀ ਬਡੂੰਗਰ ਸਾਹਿਬ ਵੀ ਉੱਥੇ ਸਨ, ਅਤੇ ਅਖੀਰ ਦੇ ਉਸ ਦਿਨ ਵੀ ਮੈਂ ਉੱਠ ਕੇ ਉੱਥੇ ਇਹ ਐਲਾਨ ਕੀਤਾ ਕਿ ਖਾਲਸਾ ਜੀ ਕੈਲੰਡਰ ਜ਼ਰੂਰ ਇਹਨਾਂ ਬਣਾਇਆ, ਤਰੀਕਾਂ ਫਿਕਸ ਕੀਤੀਆਂ ਨੇ, ਪਰ ਤਰੀਕਾਂ ਇਤਿਹਾਸ ਮੁਤਾਬਕ ਗਲਤ ਨੇ। ਬਡੂੰਗਰ ਸਾਹਿਬ ਬਾਅਦ 'ਚ ਉੱਠੇ ਨੇ ਅਤੇ ਅਸੀਂ ਸ਼੍ਰੋਮਣੀ ਕਮੇਟੀ ਦੀ ਸਪੈਸ਼ਲ ਮੀਟਿੰਗ ਬੁਲਾਵਾਂਗੇ, ਉਹਦੇ ਵਿੱਚ ਵਿਚਾਰ ਕਰਕੇ ਉਹਨੂੰ ਪਾਸ ਕਰਾਂਗੇ। ਪਰ ਰਾਤੋ ਰਾਤ ਜਿਹਨੂੰ ਕਹਿੰਦੇ ਨੇ ਕਾਲੀ ਜੱਗੇ ਟੋਏ ਵਾਲਾ ਸਾਹਿਬ ਬਣਿਆ, ਅਕਾਲ ਤਖ਼ਤ ਦੇ ਉੱਤੇ 28 ਮਾਰਚ 2003 ਨੂੰ ਹੋਈ ਹੈ, ਜਿਸ ਵਿੱਚ ਕਾਫੀ ਜਥੇਬੰਦੀਆਂ ਪਹੁੰਚੀਆਂ ਸਨ। ਜਥੇਦਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰਗਰ ਸਾਹਿਬ ਵੀ ਉੱਥੇ ਪਹੁੰਚੇ ਸਨ, ਤਾਂ ਮੈਂ ਉਸ ਮੀਟਿੰਗ ਵਿੱਚ ਫਿਰ ਖੜ੍ਹੇ ਹੋ ਕੇ ਦੱਸਿਆ ਕਿ ਖਾਲਸਾ ਜੀ ਇਹ ਕੈਲੰਡਰ ਪਾਸ ਹੋਣ ਵਾਸਤੇ ਪ੍ਰਸਤਾਵ ਬਣ ਰਹੇ ਨੇ, ਪਰ ਇਸ ਕੈਲੰਡਰ ਦੀਆਂ ਸਾਰੀਆਂ ਤਰੀਕਾਂ ਗਲਤ ਨੇ, ਮੈਂ ਇਹਨਾਂ ਨਾਲ ਸਹਿਮਤ ਨਹੀਂ। ਉਸ ਤੋਂ ਬਾਅਦ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਹ ਦੱਸਿਆ ਕਿ ਕੱਲ੍ਹ ਦੀ ਜਿਹੜੀ 29 ਤਰੀਕ ਦੀ ਜਨਰਲ ਅਜਲਾਸ ਦੀ ਮੀਟਿੰਗ ਹੋਣੀ ਹੈ, ਉਹਦਾ ਏਜੰਡਾ ਆਲਰੇਡੀ ਸਰਕੂਲੇਟ ਹੋ ਚੁੱਕਾ ਹੈ, ਅਤੇ ਅਸੀਂ ਹੁਣ ਉਹਦੇ ਵਿੱਚ ਹੋਰ ਕੋਈ ਚੀਜ਼ ਐਡ ਨਹੀਂ ਕਰ ਸਕਦੇ, ਔਰ ਇਹ ਕੌਮ ਦਾ ਬੜਾ ਅਹਿਮ ਮੁੱਦਾ ਹੈ, ਇਹਦੇ ਵਾਸਤੇ ਸਪੈਸ਼ਲ ਮੀਟਿੰਗ ਬੁਲਾਵਾਂਗੇ ਅਤੇ ਉਹਦੇ 'ਚ ਵਿਚਾਰ ਕਰਕੇ ਉਹਨੂੰ ਪਾਸ ਕਰਾਂਗੇ। ਪਰ 28 ਔਰ 29 ਦੇ ਰਾਤ ਉਹ ਕੀ ਵਿੱਚ ਰੱਦੋ ਬਦਲ ਹੋਈ ਕਿ 29 ਤਰੀਕ ਨੂੰ ਜਦੋਂ ਸ਼੍ਰੋਮਣੀ ਕਮੇਟੀ ਦਾ ਇਜਲਾਸ ਹੋਇਆ ਅਤੇ ਮੀਟਿੰਗ ਦੇ ਸਾਰੀਆਂ ਮੱਦਾਂ ਅਤੇ ਵਿਚਾਰ ਹੋ ਗਈ, ਅਤੇ ਅਖੀਰ 'ਤੇ ਅਜੇ ਹੁਣ ਇੱਕ ਫੁਟਕਲ ਮਤਾ ਹੈ, ਹੁਣ ਸਾਡਾ ਅਹਿਮ ਮੁੱਦਾ ਜਿਹੜਾ ਉਹ ਫੁਟਕਲ ਮਤਾ ਬਣ ਗਿਆ। ਅਜੇ ਇੱਕ ਫੁਟਕਲ ਮਤਾ ਹੈ ਕਿ ਕੱਲ੍ਹ ਅਕਾਲ ਤਖ਼ਤ ਜਥੇਦਾਰ ਚਿੱਠੀ ਆਈ ਹੈ ਅਤੇ ਨਾਨਕਸ਼ਾਹੀ ਕੈਲੰਡਰ ਪਾਸ ਕਰਨਾ ਹੈ। ਬੋਲੇ ਸੋ ਨਿਆਲ ਸਤਿ ਸ਼੍ਰੀ ਅਕਾਲ। ਹੁਣ ਉੱਥੋਂ ਦੱਸਿਆ ਤਾਂ ਕਿ ਗੌਰਮੈਂਟ ਆਫ ਇੰਡੀਆ ਨੇ ਐਡੇ ਵੱਡੇ ਸਾਇੰਸਦਾਨਾਂ ਦਾ ਬਣਾਇਆ ਕੈਲੰਡਰ, ਇਮੀਡੀਏਟਲੀ ਪਾਸ ਨਹੀਂ ਕੀਤਾ, ਸਰਕੂਲੇਟ ਕੀਤਾ 2 ਸਾਲਾਂ ਵਾਸਤੇ। ਅਤੇ ਸਾਡਾ ਇਹ ਹਾਲ ਹੈ ਕਿ 28 ਤਰੀਕ ਨੂੰ ਚਿੱਠੀ ਜਾ ਰਹੀ ਹੈ ਅਤੇ 29 ਤਰੀਕ ਨੂੰ ਫੁਟਕਲ ਮਤੇ 'ਚ ਪਾ ਕੇ ਉਹਨੂੰ ਪਾਸ ਕਰਤਾ ਜਾਂਦਾ। ਉਹ ਕੈਲੰਡਰ ਜਿਹੜਾ ਕਿ ਨਾ ਕਿਸੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਵੇਖਿਆ, ਨਾ ਉਹਨੂੰ ਛਪਿਆ, ਡਿਸਕਸ਼ਨ ਕਰਨ ਤੋਂ ਬਾਅਦ ਦੀ ਗੱਲ ਹੈ। ਸੋ ਇਹਨੂੰ ਮੈਂ ਕਹਿੰਦਾ ਕਿ ਜਦੋਂ ਵੀ ਕੋਈ ਇਨਸਾਨ ਇਹੋ ਜਿਹਾ ਕਾਹਲੀ ਵਿੱਚ ਸਟੈਪ ਲੈਂਦਾ ਹੈ, ਉਸ ਲਈ ਪੁਰਾਣਿਆਂ ਨੇ ਕਿਹਾ ਕਿ ਕਾਹਲੀ ਅੱਗੇ ਟੋਏ, ਅਸੀਂ ਉਸ ਟੋਏ ਦੀ ਦਲਦਲ ਵਿੱਚ ਫਸ ਗਏ ਹਾਂ। ਮਹਾਰਾਜ ਮਿਹਰ ਕਰਨ, ਸਾਡੀਆਂ ਕਮੇਟੀਆਂ ਇਸ ਗੱਲ ਨੂੰ ਸਮਝਣ, ਸ਼੍ਰੋਮਣੀ ਕਮੇਟੀ ਇਸ ਗੱਲ ਨੂੰ ਸਮਝੇ ਅਤੇ ਇਸ ਦਾ ਜਿੰਨੀ ਜਲਦੀ ਹੱਲ ਕਰੇ ਉਹ ਚੰਗਾ ਹੈ, ਕਿਉਂਕਿ ਇਹੋ ਜਿਹੀਆਂ ਜਿਹੜੇ ਵਿਵਾਦ ਨੇ ਅਗਰ ਉਹਨੂੰ ਹੱਲ ਨਾ ਕੀਤਾ ਜਾਏ ਤਾਂ ਉਹ ਪੰਥ ਦੇ ਵਾਸਤੇ ਲੰਮੇ ਚੌਵੇਂ ਵਾਸਤੇ ਬੜੇ ਦੁਖਦਾਈ ਬਣ ਜਾਂਦੇ ਨੇ। ਸੋ ਮੈਂ ਆਪ ਸਾਰਿਆਂ ਦਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਬੜੇ ਸਹਿਜ ਸੁਭਾਅ ਵਿੱਚ ਬੈਠ ਕੇ ਮੈਨੂੰ ਟਾਈਮ ਦਿੱਤਾ ਕਿ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਸਕਾਂ। ਮੈਂ ਉਮੀਦ ਕਰਦਾ ਕਿ ਮੈਂ ਤਕਰੀਬਨ ਜਿਹੜੇ ਵੀ ਇਹਦੇ ਮੇਜਰ ਪੁਆਇੰਟਸ ਹਨ ਉਹ ਦੱਸ ਸਕਾਂ। ਵੈਸੇ ਤਾਂ ਵਿਸ਼ਾ ਬੜਾ ਲੰਮਾ ਹੈਗਾ, ਸਾਰੀਆਂ ਗੱਲਾਂ ਨਹੀਂ ਕਹੀਆਂ ਜਾ ਸਕਦੀਆਂ, ਪਰ ਜਿੰਨੀਆਂ ਕੁ ਗੱਲਾਂ ਮੈਂ ਸਮਝਾ ਸਕਦਾ ਸਾਂ ਇਸ ਫੋਰਮ ਦੇ ਵਿੱਚ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਸ਼ਿਸ਼ ਕੀਤੀ ਸੀ ਕਿ ਤਕਰੀਬਨ ਅੱਜ ਜਿਹੜੇ ਪੁਆਇੰਟ ਕਵਰ ਕੀਤੇ ਨੇ ਜਾਂ ਹੋਰ ਜਿਹੜੇ ਭੁਲੇਖੇ ਆਮ ਸੰਗਤਾਂ ਦੇ ਵਿੱਚ ਪਾਏ ਜਾਂਦੇ ਨੇ ਉਹਨਾਂ ਨੂੰ ਸਵਾਲ ਜਵਾਬ ਦੇ ਰੂਪ ਵਿੱਚ ਲਿਖ ਕੇ
ਇਹਦੇ ਵਿੱਚ ਦਰਜ ਕਰ ਦਿੱਤਾ ਹੈ ਤਾਂ ਕਿ ਪੜ੍ਹਨ ਵਾਲੇ ਨੂੰ ਜਿਹੜੇ ਸੰਗ ਨਹੀਂ ਵੀ ਆ ਸਕੇ ਇਸ ਮੀਟਿੰਗ ਦੇ ਵਿੱਚ ਉਹ ਪੜ੍ਹ ਕੇ ਆਪਣੇ ਸ਼ੰਕੇ ਦੂਰ ਕਰ ਸਕਦੇ ਨੇ। ਦੂਜੀ ਮੈਂ ਇਹ ਕੋਸ਼ਿਸ਼ ਕੀਤੀ ਸੀ ਕਿ ਜਿੰਨੇ ਵੀ ਆਪਣੇ ਦਸਵੇਂ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਹੈਗੇ ਨੇ ਉਹਨਾਂ ਦੇ ਪ੍ਰਕਾਸ਼ ਪੁਰਬ, ਗੁਰਗੱਦੀ ਪੁਰਬ ਅਤੇ ਜੋਤੀ ਉਸਮਾਨ ਦੇ ਪੁਰਬ, ਉਹਨਾਂ ਦੇ ਤਰੀਖਾਂ ਪੁਰਾਤਨ ਮਰਿਆਦਾ ਅਨੁਸਾਰ ਜਿਹੜੇ ਸਿੱਖ ਪੁਰਬ ਮਨਾ ਰਹੇ ਹੈਗੇ ਹਾਂ ਉਸ ਅਨੁਸਾਰ 2015 ਤੋਂ ਲੈ ਕੇ ਸਨ 2100 ਤੱਕ, ਮਤਲਬ ਕਿ ਅਗਲੇ 85 ਸਾਲਾਂ ਵਾਸਤੇ, ਉਹ ਵੀ ਕੈਲਕੂਲੇਟ ਕਰਕੇ ਇਹਦੇ ਵਿੱਚ ਰੱਖ ਦਿੱਤੀਆਂ ਨੇ ਤਾਂ ਕਿ ਗੁਰਦੁਆਰਿਆਂ ਨੂੰ ਕੁਝ ਜੰਤਰੀ ਵੇਖਣ ਦੀ ਲੋੜ ਨਾ ਪਵੇ। ਇਹ ਪੁਸਤਕਾਂ ਇਹਨਾਂ ਕੋਲ ਕੁਛ ਹੈਗੀਆਂ ਨੇ, ਕੁਛ ਸੱਜਣ ਜਿਹੜੇ ਨੇ ਉਹ ਲੈ ਸਕਦੇ ਨੇ। ਹਾਂ, ਅਗਰ ਕਿਸੇ ਸੱਜਣ ਦਾ ਕੋਈ ਸਵਾਲ ਹੋਵੇ ਜਿਹੜਾ ਕਿ ਮੈਂ ਕਵਰ ਨਹੀਂ ਕਰ ਸਕਿਆ ਜਾਂ ਜੋ ਕੁਝ ਮੈਂ ਕੀਤਾ ਉਹ ਸਮਝ 'ਚ ਨਹੀਂ ਆਇਆ ਤਾਂ ਮੈਂ ਦੁਬਾਰਾ ਸਮਝਾ ਸਕਾਂ। ਮੈਨੂੰ ਸੁਣਾਈ ਥੋੜ੍ਹਾ ਘੱਟ। ਮੇਰਾ ਇੱਕ ਸਵਾਲ ਜੀ ਇਹੀ ਆ ਬਈ, ਜਿਹੜੇ ਪਹਿਲਾਂ ਪੁਰੇਵਾਲ ਨੇ ਕਹਿੰਦੇ ਉਹ ਕਲੰਡਰ ਲਾਗੂ ਕੀਤਾ ਸੀ, ਚਾਲੂ ਕੀਤਾ ਸੀਗਾ, ਜਿਹੜਾ ਪੁਰੇਵਾਲ ਨੇ ਪਹਿਲਾਂ ਕਲੰਡਰ ਚਾਲੂ ਕੀਤਾ ਸੀ ਨਾ, ਉਹ ਮੇਰੇ ਖਿਆਲ ਘੱਟੋ ਘੱਟ 4-5 ਸਾਲ ਉਹ ਬਹਿਸ ਲਈ ਚੱਲਦਾ ਸੀਗਾ ਦੀਦੀ, ਹੈ ਕਿ ਨਹੀਂ? ਮੈਨੂੰ ਇਹ ਪਤਾ, ਮੈਂ ਉੱਥੇ ਅਖਬਾਰ 'ਚ ਪੜ੍ਹਦਾ ਰਿਹਾ, ਅਜੀਤ ਪੜ੍ਹਦੇ, ਹੋਰ ਅਖਬਾਰ ਸਾਰੇ 5-4 ਪਾਸ ਉਹ ਚੱਲਦਾ ਰਿਹਾ ਕਿ ਨਹੀਂ, ਹੈ ਕਿ ਨਹੀਂ? ਔਰ ਫਿਰ ਉਹਦਾ ਬੋਰਡ ਵੀ ਲਿਖ ਕੇ ਲਾਇਆ ਸੀਗਾ ਗੁਰਦੁਆਰਾ ਸਾਹਿਬ ਦੇ ਤਰਨ ਤਾਰਨ ਲਿਖ ਕੇ ਲਾਇਆ ਸੀ ਵੀ 1 ਤਰੀਕ ਨੂੰ ਲਾਗੂ ਹੋ ਜਾਣਾ, 1 ਸਾਲ ਪਹਿਲਾਂ ਲਿਖ ਕੇ ਲਾਇਆ ਸੀਗਾ। ਔਰ 1 ਸਾਲ ਤੋਂ ਬਾਅਦ ਤੁਸੀਂ ਕਹਿੰਦੇ ਵੀ ਉਹਨੂੰ ਮੈਨੂੰ ਸਾਨੂੰ ਕਹਿੰਦੇ ਪੁੱਛਿਆ ਹੈ ਨਹੀਂ, ਪਰ ਸਾਡੇ ਕੋਲ ਸਜਾਓ ਤਾਂ ਮੌਕੇ ਨਹੀਂ ਕਦੋਂ ਆ ਜਾਂਦੇ ਉਸ ਵੇਲੇ ਜਾਂ ਕਲੰਡਰ ਚਾਲੂ ਹੋਇਆ, ਪਰ 3 ਸਾਲ ਉਹ ਕਲੰਡਰ ਲਾਗੂ ਰਿਹਾ, 3 ਸਾਲ ਉਹ ਕਲੰਡਰ ਲਾਗੂ ਰਿਹਾ ਕਿ ਨਹੀਂ ਪੁਰੇਵਾਲ ਲਾਗੂ ਰਿਹਾ, ਹਾਂਜੀ, ਹੈ ਕਿ ਨਹੀਂ? ਉਦੋਂ ਵੀ ਕਿਸੇ ਨੇ ਕੋਈ ਵਿਰੋਧ ਤਾਂ ਨਹੀਂ ਕੀਤੀ ਹੈਗੀ। ਅੱਛਾ, ਫਿਰ ਦੂਸਰੀ ਗੱਲ, ਇੱਕ ਮੇਰੀ ਹੋਰ ਛੋਟਾ ਇੱਕ ਸਵਾਲ ਹੋ ਰਿਹਾ, ਉਹਦੇ ਵਿੱਚ ਇੱਕ ਸੌਖੀ ਤਰੀਕਿਆਂ ਸੀ ਵੀ ਜਿਹੜੇ ਕਿ ਨਹੀਂ ਮਹੀਨੇ ਦੇ ਕਿ ਨਹੀਂ ਸੰਗਰਾਂਦਾਂ ਪੱਕੀਆਂ ਫਿਕਸ ਕਰਦੀਆਂ ਸੀ, ਪਹਿਲੇ 6 ਮਹੀਨੇ ਵੀ 31 ਦੇ ਹੋਣਗੇ, ਮਗਰ 6 ਮਹੀਨੇ ਜਿਹੜੇ 30 ਦੇ ਹੋਣਗੇ, ਹੈ ਇੱਕ ਲੀਵ ਦਾ ਸਵਾਲ ਹੋਊਗਾ ਉਹ 'ਚੋਂ ਆ ਕਰੂੰਗਾ। ਜਦਕਿ ਇਹਨੇ ਆਪਣੇ ਇਹਨੇ ਕਲੰਡਰ ਜੇ ਕੋਈ ਗੱਲ ਕੋਈ ਹੈ ਨਹੀਂ, ਕਿਸੇ ਵੀ ਮੈਨੂੰ ਪੁੱਛ ਲਓ ਵੀ ਚੇਤ ਕਿੰਨੇ ਦਾ, ਵਿਸਾਖ ਕਿੰਨੇ ਦਾ, ਜੇਠ ਕਿੰਨੇ ਦਾ, ਕਿਸੇ ਬੰਦੇ ਨੂੰ ਨਹੀਂ ਪਤਾ ਹੋਊ ਮੇਰਾ ਖਿਆਲ, ਮਤਲਬ ਇਹ 'ਚ ਜਾਣੀ ਬੜੇ ਗੁੰਝਣ ਲਾ ਦੇ ਕਲੰਡਰ ਤੁਹਾਡੇ ਜਿਹੜਾ ਕਿ ਉਹ ਬਹੁਤ ਈਜ਼ੀ ਸੀਗਾ, ਸੋਰੀ, ਹਾਂ ਮੈਂ ਵੈਸੇ ਹੈ ਠੀਕ ਆ। ਸੰਗਰਾਂਦਾਂ ਫਿਕਸ ਕਰਨ ਵਾਲੀ ਵੀ ਗੱਲ, ਬਜ਼ੁਰਗਾਂ ਨੇ 2 ਸਵਾਲ ਪੁੱਛੇ ਨੇ ਕਿ ਇੱਕ ਤਾਂ ਕੈਲੰਡਰ ਜਿਹੜਾ ਪੁਰੇਵਾਲ ਦਾ ਬਣਿਆ ਸੀਗਾ ਉਹ 3-4 ਸਾਲ ਚੱਲਦਾ ਰਿਹਾ, ਉਹਨੂੰ ਬਾਅਦ ਵਿੱਚ ਬਦਲਣ ਦੀ ਕੀ ਲੋੜ ਪੈ ਗਈ? ਬਜ਼ੁਰਗੋ, ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਇਹ ਕੈਲੰਡਰ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਨੇ ਪਾਸ ਕੀਤਾ, 28 ਤਰੀਕ ਨੂੰ ਮੀਟਿੰਗ ਹੋਈ ਹੈ ਅਕਾਲ ਤਖਤ ਦੇ ਉੱਤੇ, 27 ਤਰੀਕ ਨੂੰ ਉਸ ਤੋਂ 1 ਦਿਨ ਪਹਿਲਾਂ ਜਥੇਦਾਰ ਪਟਨਾ ਸਾਹਿਬ, ਜਥੇਦਾਰ ਹਜ਼ੂਰ ਸਾਹਿਬ, ਉਹਨਾਂ ਫਿਕਸ ਕੀਤੀ ਹੈ ਕਿ ਅਸੀਂ ਇਹਨਾਂ ਤਰੀਕਾਂ ਨੂੰ ਪ੍ਰਵਾਨ ਨਹੀਂ ਕਰਦੇ। ਸੋ ਜਿਹੜੇ ਕੈਲੰਡਰ ਦੇ ਉੱਤੇ ਜਿਹਨਾਂ ਨੂੰ ਅਸੀਂ ਸੁਪਰੀਮ ਮੰਨਦੇ ਹਾਂ ਕਿ ਵੀ 5 ਪਿਆਰੇ ਜੋ ਕਰਦੇ ਨੂੰ ਸਾਨੂੰ ਮਨਜ਼ੂਰ ਹੈਗਾ, 5 ਜਥੇਦਾਰ ਹੀ ਸਹਿਮਤ ਨਹੀਂ ਹੋਏ
ਔਰ ਸ਼੍ਰੋਮਣੀ ਕਮੇਟੀ ਨੇ ਵੀ ਕੈਲੰਡਰ ਨੂੰ ਵੇਖਣ ਤੋਂ ਬਗੈਰ ਹੀ ਪਾਸ ਕਰ ਦਿੱਤਾ। ਤਾਂ ਜ਼ਰੂਰੀ ਗੱਲ ਸੀਗੀ ਕਿ ਬਾਕੀ ਜਿਹੜੀਆਂ ਸੰਸਥਾਵਾਂ ਸਨ ਉਹਨਾਂ ਵੱਲੋਂ ਵਿਰੋਧ ਹੁੰਦਾ ਰਿਹਾ ਔਰ ਉਸ ਵਿਰੋਧ ਦਾ ਨਤੀਜਾ ਹੈ ਕਿ ਇਸ ਕੈਲੰਡਰ ਨੂੰ ਚੇਂਜ ਕੀਤਾ ਗਿਆ। ਉਹ ਠੀਕ ਹੈ, ਵਿਰੋਧ 3-4 ਸਾਲ ਚੱਲਦਾ ਰਿਹਾ, ਸ਼੍ਰੋਮਣੀ ਕਮੇਟੀ ਆਪਣਾ ਜ਼ੋਰ ਲਾਉਂਦੀ ਰਹੀ ਹੈਗੀ ਹੈ, ਦੂਜਿਆਂ ਜਿਹੜੇ ਸੰਸਥਾਵਾਂ ਸਨ ਉਹ ਆਪਣਾ ਪ੍ਰੋਟੈਸਟ ਕਰਦੀਆਂ ਰਹੀਆਂ ਹੈਗੀਆਂ ਨੇ, ਟਾਈਮ ਲੱਗਦਾ ਸਮਝੇ ਕਿ ਨਹੀਂ। ਸੋ ਉਸ ਤੋਂ ਬਾਅਦ ਜਦੋਂ ਉਹਨਾਂ ਦੇਖਿਆ ਕਿ ਪ੍ਰੋਟੈਸਟ ਵੀ ਜ਼ਿਆਦਾ ਹੈਗਾ ਔਰ ਇਸ ਕੈਲੰਡਰ ਬਣਾਉਣ ਕਰਕੇ, ਮੈਂ ਜਿਵੇਂ ਪਹਿਲਾਂ ਕਿਹਾ ਕਿ ਕਿਸੇ ਵੀ ਕੈਲੰਡਰ ਦੀਆਂ ਤਾਰੀਖਾਂ ਅਗਰ ਅਸੀਂ ਮਿੱਥ ਲੈਂਦੇ ਹਾਂ ਇਤਿਹਾਸ ਨੂੰ ਛੱਡ ਕੇ, ਤਾਂ ਸਾਡਾ ਸੁਨਹਿਰੀ ਇਤਿਹਾਸ ਜਿਹੜਾ ਮਿਥਿਹਾਸ ਬਣ ਜਾਂਦਾ। ਸੋ ਕੀ ਅਸੀਂ ਇਹ ਚਾਹੁੰਦੇ ਹਾਂ? ਚਾਹੇ ਬੇਸ਼ੱਕ ਮੈਂ ਕਹਿੰਦਾ ਹੋਰ 10 ਸਾਲ ਬੇਸ਼ੱਕ ਚੱਲ ਜਾਂਦਾ, ਪਰ ਅਗਰ ਚੱਲ ਜਾਂਦਾ ਤਾਂ ਸਾਡਾ ਇਤਿਹਾਸ ਜਿਹੜਾ ਸੀਗਾ ਉਹ ਮਿਥਿਹਾਸ ਬਣ ਜਾਣਾ ਸੀਗਾ। ਨੰਬਰ 2, ਸਿਆਣੇ ਕਈ ਵਾਰੀ ਇਹ ਗੱਲ ਕਰਦੇ ਹੁੰਦੇ ਨੇ ਕਿ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਪਾੜੇ, ਕੋਈ ਫਾਇਦਾ ਨਹੀਂ। ਹੁਣ ਤੁਸੀਂ ਦੇਖੋ ਕਿ ਪਿਛਲੇ 300 ਸਾਲ ਤੋਂ ਅਸੀਂ ਸਾਰੀ ਦੁਨੀਆ 'ਤੇ ਆਪਣੇ ਗੁਫਰ ਬਣਾ ਰਹੇ ਸਾਂ। 1999 ਤੋਂ ਬਣਾਉਣੇ ਸ਼ੁਰੂ ਨਹੀਂ ਹੋਏ, ਪਿਛਲੇ 300 ਸਾਲ ਤੋਂ ਅਸੀਂ ਗੁਫਰ ਬਣਾ ਰਹੇ ਹਾਂ, ਨਗਰ ਕੀਰਤਨ ਸਜਾ ਰਹੇ ਹਾਂ ਔਰ ਉਹਨਾਂ ਨਗਰ ਕੀਰਤਨਾਂ ਦੀ, ਉਹਨਾਂ ਗੁਰਪੁਰਬਾਂ ਦੀ ਸ਼ਾਨ ਅਲੌਕਿਕ ਸੀ। ਕਿਉਂ? ਕਿ ਉਹਨਾਂ ਗੁਰਪੁਰਬਾਂ ਦੇ ਉੱਤੇ, ਉਹਨਾਂ ਨਗਰ ਕੀਰਤਨਾਂ ਦੇ ਉੱਤੇ ਚਾਹੇ ਸਾਡੇ ਵੀਰ ਸ਼ਹੀਧਾਰੀ ਸਨ, ਚਾਹੇ ਅੰਮ੍ਰਿਤਧਾਰੀ ਸਨ, ਚਾਹੇ ਨਿਰਮਲੇ ਸਨ, ਚਾਹੇ ਉਦਾਸੀ ਸਨ, ਚਾਹੇ ਰਵਿਦਾਸੀ ਸਨ, ਨਾਮਧਾਰੀ ਸਨ ਜਾਂ ਨਿਰੰਕਾਰੀ ਸਨ, ਸਾਰੇ ਇਕੱਠੇ ਹੁੰਦੇ ਸਨ ਔਰ ਤੁਹਾਡੇ ਇਕੱਠ ਦਾ ਕਾਰਨ ਸੀਗਾ ਕਿ ਆਜ਼ਾਦੀ ਦੀ ਲਹਿਰ ਵਿੱਚ ਵੀ ਨਹਿਰੂ ਵਰਗਿਆਂ ਨੂੰ ਤੁਹਾਡੇ ਜੈਸਿਆਂ ਨਾਲ ਰਲ ਕੇ ਜੇਲ੍ਹ ਵਿੱਚ ਜਾਣਾ ਪਿਆ, ਕਿ ਇਹਨਾਂ 'ਚ ਇਕੱਠ ਹੈ। ਇਹ ਕੈਲੰਡਰ ਇੱਕ ਐਸਾ ਮੁੱਦਾ ਆਇਆ ਕਿ ਸਿੱਖ ਪੰਥ ਦੇ ਵਿੱਚ ਓਨਾ ਨੁਕਸਾਨ ਜਾਂ ਓਨਾ ਪਾੜ ਕਿਸੇ ਮੁੱਦੇ ਨੇ ਨਹੀਂ ਪਾਇਆ ਜਿੰਨਾ ਇਸ ਨੇ ਪਾਇਆ। ਸਾਡੇ ਗੁਰਦੁਆਰੇ ਆਪਸ ਪਾਠ ਗਏ, ਮੈਂ ਨਗਰ ਕੀਰਤਨ ਅੱਜ ਕੱਢਣਾ ਸਜਾਉਣਾ, ਦੂਜਾ ਕਹਿੰਦੇ ਮੈਂ 15 ਦਿਨ ਬਾਅਦ ਸਜਾਉਣਾ, ਅਸੀਂ ਗੁਰਪੁਰਬ ਅੱਜ ਮਨਾਉਣਾ, ਦੂਜਾ ਕਹਿੰਦੇ ਮੈਂ 10 ਦਿਨ ਪਹਿਲਾਂ ਮਨਾਉਣਾ। ਸੋ ਇਸ ਮੁੱਦੇ 'ਤੇ ਮੈਂ ਇਸੇ ਲਿਖਿਆ ਕਿ ਅਡਹਾਕ ਫੈਸਲਾ ਲੈਣ ਦਾ, ਪਹਿਲਾਂ ਵੀ ਅਡਹਾਕ ਫੈਸਲਾ ਲਿਆ ਗਿਆ, ਉਹਦਾ ਫਾਇਦਾ ਕੁੜੀ ਨਿਕਲਿਆ ਹੈਗਾ ਅਤੇ ਹੁਣ ਵੀ ਅਗਰ ਸਾਇੰਟੀਫਿਕ ਤਰੀਕੇ ਦੇ ਨਾਲ ਇਹਦਾ ਫੈਸਲਾ ਕੀਤਾ ਜਾਏ, ਉਹ ਹੋ ਸਕਦਾ ਕਿ ਸਾਇੰਟੀਫਿਕ ਤਰੀਕੇ ਨਾਲ ਚੱਲੋ ਤਾਂ ਤੁਸੀਂ ਕਿਸੇ ਚੰਗੇ ਤਰੀਕੇ ਨਤੀਜੇ 'ਤੇ ਪਹੁੰਚ ਜਾਓ, ਤਾਂ ਅਗਰ ਉਸ ਚੱਲੋਗੇ ਤਾਂ ਨਤੀਜੇ ਚੰਗੇ ਨਿਕਲਣਗੇ, ਚੰਗਾ ਕੈਲੰਡਰ ਬਣ ਜਾਏਗਾ। ਜਿਸ ਤੱਕ ਸੰਗਰਾਂਦਾਂ ਦਾ ਤੁਲਕ ਹੈ, ਉਹ ਮੈਂ ਫਿਰ ਦੱਸ ਰਿਹਾ ਕਿ ਜੋ ਪਹਿਲਾਂ ਦੱਸਿਆ ਸੀਗਾ ਕਿ ਦੇਸੀ ਮਹੀਨੇ ਦੇ ਵਿੱਚ ਤੁਹਾਡੀਆਂ ਸੰਗਰਾਂਦਾਂ ਜਿਹੜੀਆਂ ਨੇ ਉਹ 30-30 ਡਿਗਰੀ ਦੇ ਬਾਅਦ ਆਉਂਦੀਆਂ ਨੇ, ਉਹ ਫਿਕਸ ਨੇ, ਉਹ ਨਹੀਂ ਹਿੱਲਦੀਆਂ। ਦਿੱਕਤ ਇਹ ਪੈ ਰਹੀ ਹੈ ਕਿ ਤੁਹਾਡਾ ਕੈਲੰਡਰ ਜਿਹੜਾ ਅੰਗਰੇਜ਼ੀ ਕੈਲੰਡਰ ਹੈ ਉਹ ਕਿਉਂਕਿ ਸ਼ਿਫਟ ਕਰ ਰਿਹਾ, ਇਸ ਲਈ ਸੰਗਰਾਂਦਾਂ ਦੀਆਂ ਤਰੀਕਾਂ ਅਗਾਂ ਪਿਛਾਂ ਹੁੰਦੀਆਂ ਨੇ। ਦੂਜੀ ਗੱਲ, ਇਹ ਬੜਾ ਪ੍ਰਚਾਰ ਕੀਤਾ ਗਿਆ ਕਿ ਉਹ ਨਹੀਂ। ਮਹਾਰਾਜ ਜੀ, ਮੈਂ ਇਹ ਪੁੱਛਣਾ, ਕਿਸੇ ਕ੍ਰਿਸ਼ਨ ਨੂੰ ਜਾ ਕੇ ਪੁੱਛ ਲਓ, ਮਹਾਰਾਜ ਜੀ ਮੈਂ ਕਿਸੇ ਕ੍ਰਿਸ਼ਨ ਨੂੰ ਜਾ ਕੇ ਪੁੱਛ ਲਓ ਕਿ ਵੀ ਸੰਨ 1918 ਚੱਲ ਰਿਹਾ ਹੈਗਾ, 19 ਵਿੱਚ ਜਾਂ 20 ਵਿੱਚ ਈਸਟਰ ਕਦੋਂ ਆਉਣਾ, 99% ਨਹੀਂ ਦੱਸਣਗੇ। ਸੋ ਇਹ ਕਹਿਣਾ ਕਿ ਕੈਲੰਡਰ ਦੀ ਸਾਨੂੰ ਤਰੀਕ ਦਾ ਨਹੀਂ ਪਤਾ ਹੈਗਾ, ਇਹ ਤਾਂ ਤੁਹਾਨੂੰ ਕੈਲੰਡਰ ਵੇਖ ਕੇ ਪਤਾ ਲੱਗੇਗਾ, ਉੱਥੇ ਤੁਹਾਨੂੰ ਕੈਲੰਡਰ ਵੇਖਣਾ ਪਵੇਗਾ ਕਿ ਜਿਹੜੀ ਐਤਕੀ ਵਿਸਾਖੀ ਹੈ ਜਾਂ ਸਾਉਣ ਦਾ ਮਹੀਨਾ ਜਾਂ ਭਾਦਰੋਂ ਦਾ ਮਹੀਨਾ ਕਿਹੜੀ ਤਰੀਕ ਨੂੰ ਆਉਣਾ ਹੈ, ਇਹ ਤੁਹਾਨੂੰ ਕੈਲੰਡਰ ਵੇਖ ਕੇ ਪਤਾ ਲੱਗੇਗਾ। ਜਿਹੜਾ ਕਹਿੰਦੇ ਨਾ ਮੈਂ ਫਿਕਸ ਕਰ ਦਿੱਤਾ ਹੈ ਔਰ 6-6 ਮਹੀਨੇ ਬਣ ਦਿੱਤੇ ਨੇ, ਤੁਹਾਡੀ ਜਾਣਕਾਰੀ ਵਾਸਤੇ ਦੱਸਿਆ, ਇਸ ਤੋਂ ਪਹਿਲਾਂ 2 ਕੈਲੰਡਰ ਬਣ ਚੁੱਕੇ ਨੇ। ਜਿਹੜਾ ਸਾਕਾ ਕੈਲੰਡਰ ਬਣਿਆ
ਅਸਲ ਵਿੱਚ ਇਹ ਸਾਰਾ ਜਿਹੜਾ ਕੈਲੰਡਰ ਹੈ ਉਹ ਉਸੇ ਦੀ ਨਕਲ ਹੈਗੀ। ਸਾਕਾ ਕੈਲੰਡਰ ਵਿੱਚ ਹੀ ਇਹ ਪ੍ਰੋਵੀਜ਼ਨ ਹੈਗਾ ਕਿ ਵੀ ਪਹਿਲੇ ਪੰਜ ਮਹੀਨੇ ਜਿਹੜੇ ਨੇ ਉਹ ਕੱਚੀਆਂ ਦਿਨਾਂ ਦੇ ਨੇ, ਬਾਕੀ ਸੱਤ ਮਹੀਨੇ ਜਿਹੜੇ ਨੇ ਉੱਤਰੀਆਂ ਦਿਨਾਂ ਦੇ ਨੇ। ਜਿਹੜਾ ਸਾਇੰਟਿਸਟਾਂ ਨੇ ਬਣਾਇਆ ਸ਼ੁਰੂ ਵਿੱਚ ਕੈਲੰਡਰ, ਇਹ ਪ੍ਰੋਵੀਜ਼ਨ ਉਹਦੇ ਵਿੱਚ ਹੈ। ਔਰ ਉਸ ਤੋਂ ਵੀ ਪਹਿਲਾਂ ਸੰਨ 1912-13 ਦੇ ਕਰੀਬ ਇਰਾਨੀਅਨ ਕੈਲੰਡਰ ਬਣਿਆ, ਉਹਨਾਂ ਦਾ ਪ੍ਰੋਵੀਜ਼ਨ ਇਹੀ ਹੈ ਕਿ ਪਹਿਲੇ 6 ਮਹੀਨੇ ਉਹਨਾਂ ਨੇ ਇਕੱਤੀਆਂ ਦਿਨ ਦੇ ਰੱਖੇ ਨੇ, ਬਾਕੀ 5 ਮਹੀਨੇ ਜਿਹੜੇ ਨੇ 30 ਦਿਨ ਰੱਖੇ ਨੇ, ਲਾਸਟ ਮਹੀਨੇ ਜਿਹੜਾ 29 ਦਿਨ ਰੱਖਿਆ। ਸੋ ਉਹ ਕਹਿਣਾ ਮੈਂ ਸਿੰਪਲੀਫਾਈ ਕਰਤਾ, ਸਿੰਪਲੀਫਾਈ ਕਰਨ ਵਾਲੇ ਇਹ ਕੈਲੰਡਰ ਪਹਿਲਾਂ 2 ਆਲਰੇਡੀ ਬਣੇ ਨੇ। ਔਰ ਅਜੀਬ ਗੱਲ ਇਹ ਵੇ ਕਿ ਕੈਲੰਡਰ, ਮੈਂ ਫਿਰ ਤੁਹਾਨੂੰ ਦੱਸਦਾ, ਕੈਲੰਡਰ ਜਿੰਨੇ ਬਣਦੇ ਨੇ, ਅਸੀਂ ਸਾਰੇ ਸਿਆਣੇ ਇੱਥੇ ਬੈਠੇ ਹੈਗੇ ਹਾਂ, ਜਿਵੇਂ ਕਿਸੇ ਸੜਕ 'ਤੇ ਮਾਈਲਸਟੋਨ ਲਾਉਣੇ ਹੋਣ ਨਾ, ਤਾਂ ਅਸੀਂ ਪਹਿਲਾਂ ਕਹਿੰਦੇ ਹਾਂ ਕਿ ਵੀ 0 ਕਿੱਥੇ ਰੱਖੀਏ ਜਿੱਥੋਂ ਸਾਰਾ ਗਿਣਤੀ ਕਰਨੀ ਹੈ। ਅਤੇ ਪੁਰਾਣੇ ਤਾਂ ਜ਼ਮਾਨਾ ਇਹ ਹੁੰਦਾ ਸੀਗਾ ਕਿ ਵੀ ਜਿੱਥੇ ਕਿਤੇ ਘੰਟਾ ਘਰ ਹੈਗਾ ਸ਼ਹਿਰ ਵਿੱਚ, ਉੱਥੋਂ 0 ਸ਼ੁਰੂ ਕਰ ਲਓ, ਜਾਂ ਜਿੱਥੇ ਕੁਛ ਰੇਲਵੇ ਸਟੇਸ਼ਨ ਉੱਥੋਂ 0 ਸ਼ੁਰੂ ਕਰ ਲਓ, ਅਤੇ ਅੱਗੋਂ ਗਿਣਤੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਸਾਕਾ ਕੈਲੰਡਰ ਨੇ ਆਪਣੀ ਗਿਣਤੀ ਜਿਹੜੀ ਹੈ ਉਹ ਇਕੁਇਨੋਕਸ ਤੋਂ ਸ਼ੁਰੂ ਕੀਤੀ ਹੈ ਕਿ ਇਕੁਇਨੋਕਸ ਤੋਂ ਅਗਲਾ ਦਿਨ ਜਿਹੜਾ ਉਹ ਉਹਨਾਂ ਦੀ ਪਹਿਲੀ ਚੇਤ ਹੈਗਾ। ਇਸੇ ਤਰ੍ਹਾਂ ਹੀ ਜਿਹੜਾ ਇਰਾਨੀਅਨ ਕੈਲੰਡਰ ਹੈ ਉਹ ਇਕੁਇਨੋਕਸ ਵਾਲੇ ਦਿਨ ਸ਼ੁਰੂ ਹੁੰਦਾ ਹੈ। ਜਿੰਨੇ ਵੀ ਕੈਲੰਡਰ ਨੇ, ਵਿਕਰਮੀ ਕੈਲੰਡਰ ਹੈ ਤਾਂ ਉਹਦੇ ਬਾਰੇ ਕਿਹਾ ਜਾਂਦਾ ਕਿ ਜੀ ਇਹਦਾ ਨਾਮ ਵਿਕਰਮੀ ਇਸ ਲਈ ਪਿਆ ਕਿ ਉਸ ਦਿਨ ਮਹਾਰਾਜਾ ਵਿਕਰਮਾਦਿੱਤਿਆ ਆਪਣੀ ਗੱਦੀ 'ਤੇ ਬੈਠਾ, ਉਹਦਾ ਰਾਜ ਚੱਲਿਆ। ਠੀਕ, ਮੈਂ ਪੁੱਛਣਾ ਕਿ ਉਹ ਕਹਿੰਦੇ ਜੀ ਮੈਂ ਆਪਣਾ ਪਹਿਲੀ ਚੇਤਰ 14 ਮਾਰਚ ਨੂੰ ਰੱਖ ਲਿਆ। ਗੱਲ ਤਾਂ ਇਹ ਕੋਈ 14 ਮਾਰਚ ਨੂੰ ਪਹਿਲੀ ਚੇਤਰ ਕਹਿਣ ਲੱਗ ਪਿਆ, ਨਹੀਂ ਤਾਂ ਮੈਥੋਂ ਕੋਈ ਵੀ ਜਿੰਨੇ ਕੈਲੰਡਰ ਦੁਨੀਆਂ ਦੇ ਨੇ ਸਾਰੇ ਇੰਡੀਪੈਂਡੈਂਟ ਨੇ, ਉਹ ਕਿਸੇ ਡਿਪੈਂਡ ਨਹੀਂ ਕਰਦਾ ਕਿ ਮੈਂ ਫਲਾਣੀ ਤਰੀਕ ਨੂੰ ਆਪਣਾ ਕੈਲੰਡਰ ਸ਼ੁਰੂ ਕਰ ਰਿਹਾ। ਪਰ ਅਜੀਬ ਗੱਲ ਹੈ ਕਿ ਅਸੀਂ ਜਿਹੜਾ ਨਾਨਕਸ਼ਾਹੀ ਕੈਲੰਡਰ ਬਣਾਇਆ ਪੁਰੇਵਾਲ ਨੇ, ਆਹੋ ਜੀ ਮੇਰੀ 14 ਮਾਰਚ ਨੂੰ ਪਹਿਲੀ ਚੇਤਰ ਹੈਗੀ ਹੈ, 14 ਅਪ੍ਰੈਲ ਨੂੰ ਪਹਿਲੀ ਵਿਸਾਖ ਹੈਗੀ ਹੈ, ਅਤੇ ਵੀ ਫਿਰ ਤੈਨੂੰ ਵਿਸਾਖ ਵਿਸੂ ਕਹਿਣ ਦੀ ਲੋੜ ਕੌਣ ਕਹੋ ਜੀ, ਮੇਰਾ ਸਾਲ ਜਿਹੜਾ 13 ਮਾਰਚ ਨੂੰ 14 ਮਾਰਚ ਅਪ੍ਰੈਲ ਨੂੰ ਸ਼ੁਰੂ ਹੋ ਰਿਹਾ। 100% ਗੁਲਾਮ ਕਿਹਾ ਜਾਂਦਾ ਜੀ ਤੁਸੀਂ ਉਹ ਵਿਕਰਮੀ ਕੈਲੰਡਰ 'ਤੇ ਚੱਲ ਰਹੇ ਹੋ। ਮੈਂ ਕਹਿੰਦਾ ਵੀ ਤੂੰ ਸਿੱਧੇ ਜਿਹੜਾ ਉਹ ਕ੍ਰਿਸ਼ਨ ਕੈਲੰਡਰ ਲਾਗੂ ਕਰ ਦਿੱਤਾ ਗਿਆ, ਗੁਰੂ ਗੋਬਿੰਦ ਕੈਲੰਡਰ ਲਾਗੂ ਕਰਤਾ। ਫਿਰ ਸਾਰੇ ਕੈਲੰਡਰਾਂ ਦੀ ਆਪਣੀ ਵੱਖਰੀ ਵੱਖਰੀ ਪਰਸਨੈਲਿਟੀ ਹੈਗੀ ਹੈ, ਉਹਨਾਂ ਦੇ ਵੱਖੋ ਵੱਖਰੇ ਲਾਅ ਹੈਗੇ ਨੇ ਕਿ ਸਾਡਾ ਲੀਪ ਈਅਰ ਦਾ ਮਹੀਨਾ ਕਦੋਂ ਲੱਗਣਾ ਅਤੇ ਕਦੋਂ ਨਹੀਂ ਲੱਗਣਾ। ਪੁਰੇਵਾਲ ਕੈਲੰਡਰ ਕਹਿੰਦਾ ਅਜੀ ਜਦੋਂ ਗੁਰਗੋਰੀ 'ਚ ਲੱਗੇਗਾ ਉਦੋਂ ਸਾਡਾ ਵੀ ਲੱਗ ਜਾਏਗਾ। ਫਿਰ ਹਰ ਇੱਕ ਕੈਲੰਡਰ ਦੇ ਵਿੱਚ ਸੋਧ ਕਰਨ ਵਾਸਤੇ, ਕਿਉਂਕਿ ਦੁਨੀਆ ਦੇ ਸਾਰੇ ਚੱਕਰ ਦੇ ਵਿੱਚ ਹਾਲੇ ਤੱਕ ਕੋਈ ਐਸੀ ਘੜੀ ਨਹੀਂ ਬਣੀ ਜਿਹੜੀ ਦੱਸ ਸਕੇ ਕਿ ਲਓ ਜੀ ਆ ਪੂਰਾ ਸਾਲ ਜਿਹੜਾ ਚੱਕਰ ਹੈ ਉਹ ਮੇਰੀ ਘੜੀ ਦੇ ਸਾਹਮਣੇ ਸਰ ਇੰਨੇ ਘੰਟੇ 'ਚ ਹੋ ਜਾਂਦਾ। ਪਰਮਾਤਮਾ ਦੀ ਖੇਡ ਐਸੀ ਹੈ ਕਿ ਚਾਹੇ ਉਹ ਚੰਦਰਮਾ ਦੀ ਚਾਲ ਹੈ ਚਾਹੇ ਸੂਰਜ ਦੀ ਚਾਲ ਹੈ, ਉਹ ਸਾਡੀ ਕਿਸੇ ਵੀ ਘੜੀ ਦੇ ਨਾਲ ਪੂਰੀ ਨਹੀਂ ਬੈਠਦੀ। ਕੁਰੈਕਸ਼ਨਾਂ ਲਾਉਣੀਆਂ ਪੈਂਦੀਆਂ ਨੇ ਕੈਲੰਡਰਾਂ ਦੇ ਵਿੱਚ, ਕਿਸੇ ਵਿੱਚ 100 ਸਾਲ ਬਾਅਦ ਲਾਉਣੀ ਪਏਗੀ, ਕਿਸੇ ਵਿੱਚ 200 ਸਾਲ ਬਾਅਦ ਲਾਉਣੀ ਪਵੇਗੀ ਲੱਗੇਗੀ। ਔਰ ਹਰ ਇੱਕ ਕੈਲੰਡਰ ਨੇ ਸੋਧ ਲਾਉਣ ਦੇ ਆਪਣੇ ਵੱਖਰੇ ਵੱਖਰੇ ਫਾਰਮੂਲੇ ਬਣਾਏ ਨੇ। ਜਿਹੜਾ ਨਾਨਕਸ਼ਾਹੀ ਕੈਲੰਡਰ ਪੁਰੇਵਾਲ ਦਾ ਉਹ ਕਹਿੰਦਾ ਅਸੀਂ ਜਦੋਂ ਵੀ ਗਰਗੋਰੀਅਨ ਕੈਲੰਡਰ 'ਚ ਕੁਰੈਕਸ਼ਨ ਲੱਗੇਗੀ ਮੇਰੇ 'ਚੋਂ ਲੱਗ ਜਾਏਗੀ, ਅਤੇ ਫਿਰ ਸਿੱਧੀ ਕਹੋ ਵੀ ਅਸੀਂ ਗਰਗੋਰੀਅਨ ਕੈਲੰਡਰ 'ਤੇ ਚੱਲ ਰਹੇ ਹੈਗੇ, ਫਿਰ ਨਾਨਕਸ਼ਾਹੀ ਕੈਲੰਡਰ ਬਣਾਉਣ ਦੀ ਲੋੜ ਹੀ ਨਹੀਂ। ਕੁਰੈਕਸ਼ਨ ਵੀ ਉਸੇ 'ਤੇ ਲੱਗਣੀ ਹੈ, ਤਰੀਖਾਂ ਵੀ ਉਸੇ 'ਚ ਚੱਲਣੀਆਂ ਨੇ, ਅਤੇ ਫਿਰ ਕਹੋ ਜੀ ਗੁਰਗੋਰੀਅਨ ਕੈਲੰਡਰ ਡਰਾਓ, ਫਿਰ ਨਾਨਕਸ਼ਾਹੀ ਕੈਲੰਡਰ ਬਣਾਉਣ ਦੀ ਲੋੜ ਹੀ ਨਹੀਂ ਹੈਗੀ। ਸੋ ਬਜ਼ੁਰਗੋ ਗੱਲ ਇਹ ਵੇ ਕਿ ਕੈਲੰਡਰ ਜਿਹੜੇ ਨੇ ਉਹ ਇੰਡੀਪੈਂਡੈਂਟ ਹੁੰਦੇ ਨੇ, ਇਹ ਇੰਡੀਪੈਂਡੈਂਟ ਨਹੀਂ ਹੈਗਾ। 100% ਜਿਹੜਾ ਉਹ ਡਿਪੈਂਡ ਕਰਦਾ ਗਰਗੋਰੀਅਨ ਕੈਲੰਡਰ ਦੇ ਉੱਤੇ। ਨੰਬਰ 2 ਜਿਹੜਾ ਇਹ ਭੁਲੇਖਾ ਪਾਇਆ, ਮੈਂ ਬੜੀ ਸਿੰਪਲੀਫਾਈ ਕਰ ਦਿੱਤਾ, 6 ਮਹੀਨੇ ਇਕੱਤੀਆਂ ਦੇ ਨੇ, 5 ਮਹੀਨੇ 30 ਦੇ ਨੇ, ਸਮਥਿੰਗ ਲਈ ਦੈਟ। ਉਹ ਤਾਂ ਕੈਲੰਡਰ ਆਲਰੇਡੀ 2 ਪਹਿਲਾਂ ਬਣੇ ਨੇ, ਔਰ ਹਿੰਦੁਸਤਾਨ ਦੇ ਸਾਇੰਟਿਸਟਾਂ ਨੇ ਸਾਕਾ ਕੈਲੰਡਰ ਸਹੀ ਬਣਾਇਆ ਹੈ। ਪਰ ਅਜੀਬ ਗੱਲ ਹੈ ਕਿ ਸਾਕਾ ਕੈਲੰਡਰ ਗਰਗੋਰੀਅਨ 'ਤੇ ਡਿਪੈਂਡੈਂਟ ਨਹੀਂ, ਤੁਹਾਡਾ ਕੈਲੰਡਰ 100% ਗਰਗੋਰੀਅਨ 'ਤੇ ਗੁਲਾਮ ਹੈ। ਹੋਰ ਕੋਈ ਕਿਸ ਦਾ ਕੋਈ ਸਵਾਲ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨਵਾਦ ਅਤੇ ਤੁਹਾਡਾ ਵੀ। ਅਤੇ ਜੇ ਕਿਸੇ ਮੇਰੇ ਵੀਰ ਨੂੰ ਹੋਰ ਕੋਈ ਸਵਾਲ ਹੈ ਉਹ ਪੁੱਛ ਸਕਦੇ ਨੇ। ਅਤੇ ਕਰਨ ਸਾਹਿਬ ਵਿਦ ਡਿਊ ਰਿਸਪੈਕਟ, ਆਮ ਤੌਰ 'ਤੇ ਇਹ ਕਿਹਾ ਜਾਂਦਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦਿਵਾਲੀ ਵਾਲੇ ਦਿਨ ਹਰਿਮੰਦਰ ਸਾਹਿਬ ਨਹੀਂ ਸੀ ਪਹੁੰਚੇ, ਲੇਕਿਨ ਅਸੀਂ ਜਦੋਂ ਵੀ ਬੰਦੀ ਛੋੜ ਦਿਵਸ ਮਨਾਉਂਦੇ ਹਾਂ ਉਹ ਦਿਵਾਲੀ ਵਾਲੇ ਦਿਨ ਹੀ ਮਨਾਉਂਦੇ ਹਾਂ। ਕਿਸੇ ਵੀ ਹਿਸਟੋਰੀਕਲ ਕਿਤਾਬ ਦੇ ਵਿੱਚ ਆਲਮੋਸਟ ਇਹ ਡੇਟ ਫਿਕਸ ਹੈ ਨਹੀਂ ਕਿਤੇ ਵੀ। ਹਰੇਕ ਹਿਸਟੋਰੀਅਨ ਨੇ, ਚਾਹੇ ਉਹ ਗੁਪਤਾ ਜੀ ਨੇ, ਚਾਹੇ ਉਹ ਜਾਤ ਨੂੰ ਸਰਕਾਰ ਨੇ, ਜਾਂ ਹੋਰ ਵੀ ਜਿਹੜੇ ਹਿਸਟੋਰੀਅਨ ਹੋਏ ਇੰਡੀਅਨ ਦੇ, ਉਹ ਉਹਨਾਂ ਨੇ ਡਿਫਰੈਂਟ ਡੇਟਸ ਦਿੱਤੀਆਂ ਨੇ। ਸਿਰਫ ਇੱਕ ਡੇਟ ਫਿਕਸ ਆ ਜਿਹੜੀ ਆ ਗੁਰੂ ਗੁਸਾਖੀਆਂ ਦੇ ਵਿੱਚ, ਪਟਵਈਆਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਫਲਾਣੇ ਫਲਾਣੇ ਦਿਨ, ਬਕਾਇਦਾ ਮੇਰੇ ਕੋਲ ਡਿਟੇਲ ਤਾਂ ਇਸ ਵੇਲੇ ਹੈ ਨਹੀਂ, ਲੇਕਿਨ ਉਹ ਗੁਰੂ ਗੁਸਾਖੀਆਂ ਪਟਵੀਆਂ ਦੇ ਵਿੱਚ ਸ਼ਾਇਦ ਤੁਸੀਂ ਪੜ੍ਹੀ ਹੋਵੇਗੀ। ਉਹਦੇ ਵਿੱਚ ਦਿਵਾਲੀ ਦਾ ਜ਼ਿਕਰ ਫਿਰ ਵੀ ਨਹੀਂ ਆਉਂਦਾ। ਜਿਹੜੇ ਗੁਰੂ ਪਾਤਸ਼ਾਹ ਦੇ ਸੇਵਕ ਸਨ ਹਰੀ ਰਾਮ ਜੀ, ਉਹਨਾਂ ਨੇ ਉਹ ਲਿਖਿਆ ਬਗੈਰ ਭੱਟਾ ਨੇ ਕਿ ਜਦੋਂ ਉਹ ਉੱਥੋਂ ਰਿਲੀਜ਼ ਹੁੰਦੇ ਨੇ ਅਤੇ ਉਹ ਉਹਨਾਂ ਨੇ ਦੀਪਮਾਲਾ ਕੀਤੀ ਹਰੀ ਰਾਮ ਜੀ ਨੇ। ਫਿਰ ਉੱਥੋਂ ਇਹ ਵੀ ਕਿਹਾ ਜਾਂਦਾ, ਹਿਸਟੋਰੀਅਨ ਦੱਸਦੇ ਨੇ ਵੀ ਉਹ ਕਲਾਨੌਰ ਆਏ ਨੇ, ਕਲਾਨੌਰ ਤੋਂ ਬਾਅਦ ਫਿਰ ਉਹ ਇੱਥੇ ਗਏ ਨੇ, ਉੱਥੇ ਵੀ ਜਦੋਂ ਹਰਿਮੰਦਰ ਸਾਹਿਬ ਜਾਂਦੇ ਨੇ ਉਦੋਂ ਵੀ ਦੀਪਮਾਲਾ ਹੁੰਦੀ ਆ। ਕਿ ਇਹ ਵਾਕਿਆ ਹੀ ਦਿਵਾਲੀ ਦੇ ਨਾਲ ਵਾ, ਇਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਦੱਸੋ। ਇਹਨਾਂ ਸਵਾਲ ਬੇਲਾ ਵਾਜਿਬ ਕੀਤਾ ਹੈਗਾ, ਮੈਂ ਇਸ ਲਈ ਪਹਿਲਾਂ ਗੱਲ ਕੀਤੀ ਸੀਗੀ ਕਿ ਸਾਡੀਆਂ ਕੁਝ ਇਤਿਹਾਸਕ ਤਰੀਖਾਂ ਦੇ ਉੱਤੇ ਸਾਡੇ ਇਤਿਹਾਸਕਾਰ ਸਹਿਮਤ ਨਹੀਂ, ਔਰ ਉਹਨਾਂ ਦਾ ਫੈਸਲਾ ਇਤਿਹਾਸਕਾਰ ਕਰ ਸਕਦੇ ਨੇ। ਬਾਕੀ ਜਿਸ ਤੱਕ ਦਿਵਾਲੀ ਵਾਲੇ ਦਿਨ ਗੁਰੂ ਸਾਹਿਬ ਉੱਥੇ ਪਹੁੰਚੇ ਨੇ ਅਤੇ ਕਈ ਕਹਿੰਦੇ ਕਿ ਦਿਵਾਲੀ ਵਾਲੇ ਦਿਨ ਉੱਥੋਂ ਰਿਲੀਜ਼ ਹੋਏ ਨੇ, ਜਿੱਥੋਂ ਤੱਕ ਮੇਰੀ ਜਾਣਕਾਰੀ ਦਾ ਤਲਕ ਹੈ ਕਿ ਅੱਜ ਤੋਂ ਕੁਛ ਸਾਲ ਪਹਿਲਾਂ, 40 ਸਾਲ ਪਹਿਲਾਂ ਸਮਝ ਲਓ, ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਜਿਹੜਾ ਗੁਰਦੁਆਰਾ ਹੈਗਾ ਉੱਥੇ ਬੰਦੀ ਛੋੜ ਦਿਵਸ ਦਿਵਾਲੀ ਤੋਂ ਪਹਿਲਾਂ ਜਿਹੜੀ ਮੱਸਿਆ ਆਉਂਦੀ ਹੈ, ਮੈਂ ਕਿਹਾ ਇੱਕ ਮਹੀਨਾ ਪਹਿਲਾਂ, ਉਦੋਂ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਸੀ। ਜਦੋਂ ਗੁਰੂ ਸਾਹਿਬ, ਹੁਣ ਉਦੋਂ ਉਹਨਾਂ ਦਿਨਾਂ ਵਿੱਚ ਨਾ ਤਾਂ ਕੋਈ ਹੈਲੀਕਾਪਟਰ ਸਨ, ਨਾ ਕੋਈ ਪਰੇਡ ਸਨ, ਅਤੇ ਸਮਝੋ ਕਿ ਵੀ ਉਸੇ ਦਿਨ ਗੁਰੂ ਸਾਹਿਬ ਇੱਥੇ ਪਹੁੰਚ ਗਏ, ਨਹੀਂ ਪਹੁੰਚੇ, ਰਸਤੇ ਵਿੱਚ ਟਕਾ ਕਰਦੇ ਕਰਦੇ ਪਹੁੰਚੇ ਨੇ, ਔਰ ਫਿਰ ਕਹਿੰਦੇ ਜਿੱਦਣ ਅੰਮ੍ਰਿਤਸਰ ਪਹੁੰਚੇ ਨੇ ਉਦਨ ਵੀ ਦੀਪਮਾਲਾ ਹੋਈ ਹੈ। ਔਰ ਕਿਉਂਕਿ ਦੀਪਮਾਲਾ ਹੋਈ ਹਿੰਦੁਸਤਾਨ ਸਾਰੇ ਵਿੱਚ ਹੁੰਦੀ ਹੈ, ਤੋ ਇੱਕ ਕਿਸਮ ਦੀ ਰਵਾਇਤ ਬਣ ਗਈ ਦੀਪਮਾਲਾ ਦੀ। ਹੁਣ ਉਸ ਨੂੰ ਬੰਦੀ ਛੋੜ ਦਿਵਸ ਦਾ ਨਾਂ ਦੇ ਦਿੱਤਾ ਗਿਆ ਹੈ ਹੁਣ ਇਸ ਕੈਲੰਡਰ ਦੇ ਵਿੱਚ। ਸੋ ਮੈਂ ਇਸੇ ਲਈ ਬੇਨਤੀ ਕੀਤੀ ਸੀ ਪਹਿਲਾਂ ਵੀ ਅਤੇ ਹੁਣ ਵੀ ਕਿ ਜਿੰਨਾ ਵੀ ਤਰੀਖਾਂ ਦੇ ਉੱਤੇ ਮਤਭੇਦ ਨੇ ਉਹਨਾਂ ਦਾ ਫੈਸਲਾ ਇਤਿਹਾਸਕਾਰ ਦਾ, ਮੈਂ ਕਿਹਾ ਕਿ ਕਮੇਟੀ ਬਣਨੀ ਚਾਹੀਦੀ ਹੈ, ਉਹ ਬੈਠ ਕੇ ਫੈਸਲਾ ਕਰ ਸਕਦੇ ਨੇ ਕਿ ਵੀ ਵਾਕਿਆ ਗੁਰੂ ਸਾਹਿਬ ਦਾ ਬੰਦੀ ਛੋੜ ਦਿਵਸ ਦਿਵਾਲੀ ਵਾਲੇ ਦਿਨ ਦਾ ਹੈ, ਜਾਂ ਕਿ ਜਿਹੜਾ ਰਵਾਇਤਨ ਗਵਾਲੀਅਰ ਦੇ ਕਿਲ੍ਹੇ ਵਿੱਚ ਉਸ ਤੋਂ ਇੱਕ ਮਹੀਨਾ ਪਹਿਲਾਂ ਮਨਾਇਆ ਜਾਂਦਾ ਸੀਗਾ ਉਸ ਦਿਨ ਹੋਣਾ ਚਾਹੀਦਾ। ਇਹਦਾ ਫੈਸਲਾ ਜਿਹੜਾ ਉਹ ਸਿਰਫ ਇਤਿਹਾਸਕਾਰ ਕਰ ਸਕਦੇ ਨੇ, ਮੈਂ ਨਹੀਂ ਕਰ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਨ ਸਾਹਿਬ ਆਪ ਜੀ ਦਾ ਬਹੁਤ ਵਿਸ਼ੇਸ਼ ਤੌਰ 'ਤੇ ਧੰਨਵਾਦ। ਜੋ ਕੈਲੰਡਰ 'ਤੇ ਆਪਾਂ ਮੁੱਦੇ 'ਤੇ ਗੱਲ ਕਰਦੇ ਸੀ ਤੁਸੀਂ, ਕਿਉਂਕਿ ਜਦੋਂ ਕਿਸੇ ਚੀਜ਼ ਦਾ ਬਹਾਅ ਚੱਲ ਰਿਹਾ ਹੋਵੇ ਦਰਿਆ ਵਾਂਗੂ, ਉਹਦੇ ਮੂਹਰੇ ਖੜ੍ਹ ਕੇ ਆਪਣਾ ਸਟੈਂਡ ਪ੍ਰਤੱਖ ਅਤੇ ਸਪੱਸ਼ਟ ਕਰਕੇ ਖੜ੍ਹਨਾ, ਇਹ ਵੀ ਬਹੁਤ ਵੱਡੀ ਦਲੇਰੀ ਦੀ ਗੱਲ ਹੈ। ਤੁਹਾਨੂੰ ਬਹੁਤ ਧੰਨਵਾਦ। ਅਸੀਂ ਧੰਨਵਾਦ ਤਾਂ ਵੀ ਕਰਦੇ ਹਾਂ ਕਿਉਂਕਿ ਪਿਛਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੁੰਦਾ ਹੈ, ਜਿਵੇਂ ਤੁਸੀਂ
ਅੱਜ ਡੇਟਾਂ ਡਿਸਕ੍ਰਾਈਬ ਕੀਤੀਆਂ ਨੇ ਕਿਵੇਂ ਮੀਟਿੰਗਾਂ ਹੋਈਆਂ। ਜੇ ਤੁਸੀਂ ਗੱਲ ਕੀਤੀ ਸੀ ਨਾ ਕਿ ਅੱਜ ਜਿੰਨੇ ਬੈਠੇ ਨੇ ਇਹਨਾਂ ਨੂੰ ਪੁੱਛ ਲਓ ਚੇਤ ਮਾਘ ਕੀ ਆ, ਕਿੰਨੇ ਦਿਨ ਆ। ਜਿਹੜੇ ਇੰਡੀਆ ਦੇ ਵਿੱਚ ਇੱਕ ਤਕੜੇ ਪ੍ਰਚਾਰਕ, ਉਹਨਾਂ ਨੇ ਮੈਨੂੰ ਫੋਨ 'ਤੇ ਗੱਲ ਹੋਈ ਅਤੇ ਮੈਨੂੰ ਕਹਿੰਦੇ ਤੁਸੀਂ ਤਾਂ ਇੱਕ ਜਗ੍ਹਾ ਬੈਠੇ ਹੋ, ਤੁਹਾਨੂੰ ਕੋਈ ਚੈਲੇਂਜ ਨਹੀਂ ਹੈ। ਅਸੀਂ ਲੋਕਾਂ ਵਿੱਚ ਵਿਚਰਦੇ ਹਾਂ, ਸਾਨੂੰ ਬੜੀ ਪਰੇਸ਼ਾਨੀ ਆਉਂਦੀ ਆ, ਮਾਘ ਕਦੋਂ, ਸੰਗਰਾਂਦ ਕਦੋਂ, ਕਿਹੜਾ ਦਿਨ ਕਿੱਥੇ ਆ। ਜਿਹੜੀ ਯੰਗ ਆ, ਯੂਥ ਆ, ਉਹ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਰਹੀ। ਅਤੇ ਨੌਜਵਾਨਾਂ ਨੂੰ ਜੋੜਨ ਵਾਸਤੇ ਇਹ ਜ਼ਰੂਰੀ ਆ ਕਿ ਜਿਹੜਾ ਪਰਿਵਾਰ ਨੇ ਕੈਲੰਡਰ ਬਣਾਇਆ, ਅਸੀਂ ਉਹ ਸਪੋਰਟ ਕਰੀਏ। ਅਤੇ ਮੈਂ ਉਹਨਾਂ ਸਿੰਪਲ ਜਿਹਾ ਸਵਾਲ ਪੁੱਛਿਆ ਸੀ ਵੀ ਜੇ ਅੱਜ ਆਪਾਂ 12 ਮਾਹਾਂ ਜਿਹੜੇ ਮਹੀਨੇ ਨੇ ਆਪਣੀ ਨਵੀਂ ਜਨਰੇਸ਼ਨ ਸਮਝਾਉਣ ਦਾ ਅਸਮਰੱਥ ਹਾਂ ਕਿ ਉਹਨਾਂ ਸਮਝਾ ਨਹੀਂ ਸਕਦੇ ਵੀ ਕਿਹੜੀਆਂ ਡੇਟਾਂ ਨੇ, ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਦੇਸੀ ਮਹੀਨਾ, ਸਾਨੂੰ ਪਤਾ ਹੀ ਨਹੀਂ ਗਾ। ਅਤੇ ਜਿੰਨੀ ਤੁਸੀਂ ਜਿਹਨਾਂ ਨੂੰ ਅੱਜ ਜੰਗ ਯੂਥ ਕਹਿ ਰਹੇ ਹੋ, ਬੱਚੇ ਨਵੀਂ ਪੀੜ੍ਹੀ ਆ, ਜੇ ਤੁਸੀਂ ਪਰਸੈਂਟੇਜ ਕੱਢ ਕੇ ਦੇਖੋ, ਤੁਸੀਂ ਪੁੱਛ ਕੇ ਦੇਖਿਓ ਵੀ ਜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਲਿਖੇ ਹੋਏ ਨੇ ਅੰਗ, ਵੀ ਉਹ ਕਿੰਨੇ ਕੁ ਬੱਚੇ ਪੜ੍ਹ ਸਕਦੇ ਆ। ਕਹਿੰਦੇ ਹਾਂ ਇਹ ਤਾਂ ਗੱਲ ਹੈ, ਇਹ ਵੀ ਗੱਲ ਸੱਚਾਈ ਆ। ਮੈਂ ਕਿਹਾ ਵੀ ਤੁਸੀਂ ਫਿਰ ਮੰਨਦੇ ਹੋ ਫਿਰ ਆਉਣ ਵਾਲੇ ਸਮੇਂ ਦੀ ਸਹੂਲਤ ਨੂੰ ਮੁੱਖ ਰੱਖਦੇ, ਆਪਾਂ ਅੰਗ ਵੀ ਦੂਜੇ ਨੰਬਰ ਲਿਖਾਂਗੇ ਮਹਾਰਾਜ ਦੇ। ਅਤੇ ਉਹ ਚੰਗੇ ਨਾਮੀ ਸੱਜਣ ਨੇ, ਕਹਿੰਦੇ ਇਹ ਕਦੇ ਸੋਚਿਆ ਹੀ ਨਹੀਂ ਹੈਗਾ। ਸੋ ਜਿਹੜੀ ਗੱਲ ਕਰਨ ਸਾਹਿਬ ਨੇ ਕੀਤੀ ਹੈ ਨਾ ਕਿ ਜਿਵੇਂ ਘੰਟਾ ਘਰ ਇੱਕ 0.0 ਮਿਥਿਆ ਜਾਂਦਾ, ਮੇਰੇ ਹਿਸਾਬ ਨਾਲ ਤੁਹਾਡਾ ਹੀ ਵਿਸ਼ੇਸ਼ ਧੰਨਵਾਦ ਤਾਂ ਵੀ ਕਰਦੇ ਹਾਂ ਵੀ ਜਿਵੇਂ ਕੱਲ੍ਹ ਗੱਲ ਕੀਤੀ ਸੀ ਪੂਰੇ ਕਾ ਕੀਆ ਸਭ ਕੁਛ ਪੂਰਾ, ਜਦੋਂ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਦੇ 12 ਮਹੀਨਿਆਂ ਦੇ ਨਾਲ ਜੁੜੇ ਹੋਏ ਹਾਂ, ਉਦੋਂ ਤੱਕ ਹੀ ਸਾਡੀ ਸੁਤੰਤਰਤਾ, ਉਹੀ ਸਾਡੀ ਆਜ਼ਾਦੀ ਆ, ਉਹੀ ਸਾਡੀ ਸ਼ਰਧਾ ਅਤੇ ਉਹੀ ਸਾਡੀ ਪ੍ਰਾਪਤੀ ਆ। ਜਿੱਦਣ ਸਾਨੂੰ ਕੋਈ ਵੀ ਆਉਣ ਵਾਲੇ ਸਮੇਂ ਵਿੱਚ ਬੰਦਾ ਉਂਗਲੀ ਫੜ ਕੇ ਤੋਰ ਕੇ ਲੈ ਗਿਆ ਨਾ ਜੀ, ਉਹ ਸਮੇਂ ਵਿੱਚ ਉਹ ਸੀ, ਕਿਉਂਕਿ ਦਸਾਂ ਸਰੂਪਾਂ ਦਾ ਆਪਾਂ ਸਮਾਂ ਪੜ੍ਹੀਏ, ਉਹਨਾਂ ਨੇ ਕਿਸੇ ਵੀ ਚੀਜ਼ ਨੂੰ ਨਹੀਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਇਹਨੂੰ ਮੋਡੀਫਾਈ ਕਰ ਲਿਓ। ਜੇ ਕਿਹਾ ਤਾਂ ਇੱਕੋ ਇੱਕ ਕਿਹਾ ਉਹ ਸ਼ਸਤਰ ਮਾਲਾ ਦੇ ਵਿੱਚ, ਜਦੋਂ ਸਾਰੇ ਸ਼ਸਤਰਾਂ ਨਾਲ ਲੈ ਕੇ ਸਤਿਗੁਰਾਂ ਨੇ ਨਮਸਕਾਰ ਕੀਤੀ ਕਿ ਮੇਰੇ ਪੀਰ ਨੇ, ਉਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਹੋਰ ਵੀ ਜਿੰਨੇ ਆਉਣ ਵਾਲੇ ਸਮੇਂ ਵਿੱਚ ਵੀ ਸ਼ਸਤਰ ਹੋਣਗੇ ਉਹਨਾਂ ਨੂੰ ਵੀ ਮੇਰੀ ਨਮਸਕਾਰ ਆ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਆ ਵੀ ਜੋ ਗੁਰੂ ਸਾਹਿਬ ਸਾਨੂੰ ਕਰਕੇ ਦੇ ਗਏ ਅਸੀਂ ਉਹਨੂੰ ਸਾਂਭੀ ਰੱਖੀਏ, ਬਹੁਤ ਵੱਡਾ ਖਜ਼ਾਨਾ ਆਪਣੇ ਕੋਲ। ਸੋ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਾਹਿਬ ਮਾਲਟਨ ਵੱਲੋਂ ਸਮੁੱਚੀ ਸੰਗਤ ਸੱਜਣ ਬੈਠੇ ਨੇ, ਤੁਹਾਡਾ ਕਰਨਲ ਸਾਹਿਬ ਵਿਸ਼ੇਸ਼ ਤੌਰ 'ਤੇ ਧੰਨਵਾਦ, ਵਾਹਿਗੁਰੂ ਤੁਹਾਨੂੰ ਸਿੱਧ ਜਾਵੀ ਬਖਸ਼ਣ, ਅਤੇ ਜਿੰਨਾ ਹੋ ਸਕਿਆ ਅਸੀਂ ਜ਼ਰੂਰ ਇਸ ਚੀਜ਼ ਨੇ ਤੁਹਾਡੇ ਨਾਲ ਮੁੱਢ ਨਾ ਮੁੱਢ ਲਾ ਕੇ ਖੜਾਂਗੇ। ਅਤੇ ਇਹਦੇ ਵਿੱਚ ਵੀ ਮੈਂ ਦੇਖਦਾ ਜਿਹੜਾ ਇਹਨਾਂ ਨੇ ਗੁਰਪੁਰਬ ਦਰਪਣ ਬਣਾਇਆ ਵਾ, ਅਤੇ ਇਹ ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਸਰ ਭੁਪਿੰਦਰ ਸਿੰਘ ਬੈਠੇ ਨੇ, ਇਹਨਾਂ ਨੇ ਆਪਣੇ ਵੱਲੋਂ ਸਾਰਾ ਛਾਪ ਕੇ ਵੰਡਣ ਦੀ ਸੇਵਾ ਲਈ ਆ। ਸੋ ਉਮੀਦ ਹੈ, ਅਪੀਲ ਹੈ ਕਿ ਜਿੰਨੀਆਂ ਬਾਕੀ ਵੀ ਸੰਪਰਦਾਵਾਂ ਨੇ ਇਹ ਇੱਕ ਬਹੁਤ ਵੱਡੇ ਸੰਘਰਸ਼ ਨੂੰ, ਕਿਉਂਕਿ ਆਏ ਦਿਨ ਕੋਈ ਨਾ ਕੋਈ ਆਪਾਂ ਨਵਾਂ ਸੰਘਰਸ਼ ਫੇਸ ਕਰਨਾ ਪੈ ਰਿਹਾ, ਉਹਦੇ ਵਿੱਚ ਸਹਿਯੋਗ ਦੇਣ। ਸੋ ਸਾਰਿਆਂ ਧੰਨਵਾਦ, ਹੋਈਆਂ ਭੁੱਲਾਂ ਦੀ ਮਾਫ਼ੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਹ ਛੱਕ ਦਿਓ ਜੀ। ਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੇ ਗੁਰੂ ਰੂਪ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਅਤਿ ਸਤਿਕਾਰਯੋਗ ਕਰਨਲ ਸੁਰਜੀਤ ਸਿੰਘ ਜੀ ਨਿਸ਼ਾਨ, ਉਹਨਾਂ ਨੇ ਜੋ ਬੜਾ ਇੱਕ ਪੇਚੀਦਾ ਜਿਹਾ ਮਸਲਾ ਹੈਗਾ ਇਹ, ਔਰ ਜੋ ਕੌਮ ਦੇ ਵਿੱਚ ਦੁਫੇੜ ਪਾਉਣ ਵਾਸਤੇ ਬੜੇ ਤਰੀਕੇ ਨਾਲ ਸੋਚੀ ਸਮਝੀ ਸਾਜਿਸ਼ ਦੇ ਤਹਿਤ ਇਹ ਐਸਾ ਇੱਕ ਸਿੰਘ ਦਾ ਤਕੜਾ ਗੱਡ ਦਿੱਤਾ ਹੈ, ਜਿਵੇਂ ਉਹਨਾਂ ਨੇ ਵੀ ਇਹ ਜਦੋਂ ਜ਼ਿਕਰ ਕੀਤਾ ਹੈ ਕਿ ਕਿਸੇ ਵੀ ਹੋਰ ਮਸਲੇ 'ਤੇ ਸ਼ਾਇਦ ਕੌਮ ਇੰਨੀ ਦੁਫਾੜ ਨਹੀਂ ਹੋਈ, ਪਰ ਚੂੰਕਿ ਇਹਨੂੰ ਸਾਡੀ ਮਾਨਸਿਕਤਾ ਦੇ ਨਾਲ ਜੋੜ ਕਰਕੇ, ਸਾਡੀ ਜਿਹੜੀ ਸਿੱਖ ਸਾਇਕੀ ਦੇ ਨਾਲ ਜੋੜ ਕਰਕੇ ਇੰਨੇ ਸੁਚੱਜੇ ਜਿਹੇ ਰੂਪ ਵਿੱਚ ਉਹਨਾਂ ਨੇ ਆਪਣੇ ਵੱਲੋਂ ਪੇਸ਼ ਕੀਤਾ
ਕਿ ਜਿਸ ਵੀ ਬੰਦੇ ਦੇ ਮੂਹਰੇ ਰੱਖਿਆ ਜਾਵੇ ਉਹ ਨਿਸ਼ਚੈ ਹੀ ਇਹ ਗੱਲ ਕਹਿਣ ਨੂੰ ਤਿਆਰ ਹੋ ਜਾਂਦਾ ਕਿ ਨਹੀਂ ਜੀ, ਸਾਡੀ ਵੱਖਰੀ ਪਛਾਣ ਵਾਸਤੇ ਇਹ ਬਹੁਤ ਜ਼ਰੂਰੀ ਹੈ। ਸੋ ਜਿਵੇਂ ਕਰਨਲ ਸਾਹਿਬ ਨੇ ਬੜੇ ਹੀ ਵਿਸਥਾਰ ਸਹਿਤ ਚਾਨਣਾ ਪਾਇਆ, ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਜੀਤ ਸਿੰਘ ਹੋਰਾਂ ਨੇ ਉਹਨਾਂ ਨੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਦਿਆਂ ਸੰਦੇਸ਼ ਦਿੱਤਾ ਹੈ। ਸੋ ਹੁਣ ਕੁਝ ਕਹਿਣ ਲਈ ਬਾਕੀ ਤਾਂ ਨਹੀਂ ਹੈ, ਪਰ ਜਿਵੇਂ ਆਰੰਭ ਵਿੱਚ ਬੇਨਤੀ ਕੀਤੀ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਜੋ ਵੀ ਚੀਜ਼ ਸਾਡੀ ਸੁਤੰਤਰ ਪਛਾਣ ਵਾਸਤੇ, ਸਾਡੀ ਅਡਰੀ ਹਸਤੀ ਵਾਸਤੇ, ਸਿੱਖ ਦੇ ਨਿਆਰੇਪਣ ਵਾਸਤੇ ਚਾਹੀਦੀ ਸੀ, ਉਹ ਨਿਸ਼ਚੈ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰ ਦਿੱਤੀ। ਸਾਡਾ ਮੂਲ ਮੰਤਰ ਜੁਦਾ, ਸਾਡਾ ਪ੍ਰਸ਼ਾਦ ਜੁਦਾ, ਸਾਡਾ ਮੱਥਾ ਟੇਕਣ ਦਾ ਢੰਗ ਜੁਦਾ, ਸਾਡਾ ਨਿਤਨੇਮ ਜੁਦਾ, ਸਾਡਾ ਬੋਲਾ ਜੁਦਾ, ਸਾਡਾ ਜਕਾਰਾ ਜੁਦਾ, ਸਾਡਾ ਮਿਲਣ ਵੇਲੇ ਜੋ ਆਪਾਂ ਇੱਕ ਦੂਜੇ ਨੂੰ ਗ੍ਰੀਟਿੰਗਸ ਦਿੰਦੇ ਹਾਂ ਉਹ ਜੁਦਾ, ਭਾਵ ਕਿ ਜਿਹੜੀ ਜਿਹੜੀ ਚੀਜ਼ ਵੀ ਸਿੱਖ ਦੇ ਨਿਆਰੇਪਣ ਵਾਸਤੇ ਚਾਹੀਦੀ ਸੀ ਉਹ ਸਤਿਗੁਰ ਸੱਚੇ ਪਾਤਸ਼ਾਹ ਨੇ ਝੋਲੀ ਪਾਈ ਹੈ। ਔਰ ਕਿਉਂਕਿ ਸਮੇਂ ਉੱਪਰ ਕਿਸੇ ਧਰਮ ਦਾ ਕੋਈ ਅਧਿਕਾਰ ਨਹੀਂ, ਸਮਾਂ ਇੱਕ ਸੁਤੰਤਰ ਕੁਦਰਤ ਦੀ ਦੇਣ ਹੈ, ਕੁਦਰਤ ਦੇ ਅਸੂਲ ਮੁਤਾਬਕ ਸੂਰਜ ਚੜ੍ਹਦਾ ਛਿਪ ਜਾਂਦਾ, ਚੰਦਰਮਾ ਆਉਂਦਾ ਚਲੇ ਜਾਂਦਾ, ਕਿਉਂਕਿ ਸਤਿਗੁਰੂ ਜੀ ਨੇ ਕੁਦਰਤ ਨੂੰ ਕਿਸੇ ਧਰਮ ਦੇ ਦਾਇਰੇ ਵਿੱਚ ਨਹੀਂ ਬੰਨਿਆ। ਔਰ ਜਾਂ ਫਿਰ ਆਪਾਂ ਨੂੰ ਇੱਕ ਚੀਜ਼ ਜ਼ਰੂਰ ਮੰਨਣੀ ਪਵੇਗੀ ਕਿ ਜਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਕੈਲੰਡਰ ਬਣਾਉਣ ਦੇ ਸਮਰੱਥ ਨਹੀਂ ਸਨ। ਜੇ ਅਨੰਦਪੁਰ ਸਾਹਿਬ ਇੰਨੇ ਵਿਦਵਾਨ ਪੰਡਿਤ ਲਾ ਕੇ ਵਿਦਿਆਧਰ ਸਾਗਰ ਗ੍ਰੰਥ ਦਾ ਜ਼ਿਕਰ ਆਪਾਂ ਕਰਦੇ ਹਾਂ ਕਿ ਚਲੋ ਅਨਫੋਰਚੂਨੇਟਲੀ ਹਾਲਾਤ ਇੱਦਾਂ ਦੇ ਬਣੇ ਸਾਡੇ ਵਿੱਚ ਨਹੀਂ ਰਿਹਾ ਖਜ਼ਾਨਾ, ਉਹ ਜੇ ਐਡਾ ਵੱਡਾ ਸਾਹਿਤ ਵੱਖੋ ਵੱਖਰੇ ਧਰਮਾਂ ਦੇ ਪੰਡਿਤ ਲੋਕ ਲਿਆ ਕੇ ਰਚ ਸਕਦੇ ਸਨ ਤਾਂ ਕੀ ਸੂਰਜ ਵਿਗਿਆਨੀ ਜਾਂ ਪੰਡਿਤ ਉਸ ਵੇਲੇ ਹੈ ਨਹੀਂ ਸੀ ਜਿਨ੍ਹਾਂ ਨੂੰ ਸੇਵਾ ਫਲ ਦੇ ਕੇ ਕੋਈ ਨਵਾਂ ਕੈਲੰਡਰ ਆਜ਼ਾਦ ਕਰ ਦਿੱਤਾ ਜਾਂਦਾ। ਕਿਉਂਕਿ ਇਸ ਮਸਲੇ ਦੇ ਨਾਲ ਜੁੜੇ ਹੋਣ ਕਰਕੇ ਸਵਾਲ ਕਈ ਵਾਰ ਕੀਤਾ, ਪਰ ਮੈਨੂੰ ਅਜੇ ਤੱਕ ਜਵਾਬ ਕਿਤੇ ਮਿਲ ਨਹੀਂ ਸਕਿਆ। ਆਪ ਜੀ ਵਿੱਚ ਕੋਈ ਸੱਜਣ ਹੋਵੇ ਤਾਂ ਜ਼ਰੂਰ ਆਪਾਂ ਉਹਦੇ ਬਾਰੇ ਵੀ ਸਾਂਝੀ ਕਰ ਸਕਦੇ ਹਾਂ ਗੱਲ ਕਿ ਜੇ ਸਤਿਗੁਰੂ ਜੀ ਨੇ ਜਾਂ ਫਿਰ ਲੋੜ ਨਹੀਂ ਸਮਝੀ, ਜ਼ਰੂਰਤ ਨਹੀਂ ਸੀ, ਕਿਉਂਕਿ ਸਾਨੂੰ ਨਿਆਰਾਪਣ ਦੇਣ ਲਈ ਉਹਨਾਂ ਨੇ ਸਾਰੀਆਂ ਚੀਜ਼ਾਂ ਸਾਡੀ ਝੋਲੀ ਪਾ ਦਿੱਤੀਆਂ। ਅਤੇ ਫਿਰ ਦੂਸਰੀ ਗੱਲ ਇਹ ਕਿ ਜੇ 1999 ਤੱਕ 1469 ਤੋਂ ਲੈ ਕੇ 530 ਸਾਲਾਂ ਵਿੱਚ ਅਸੀਂ ਨਿਆਰੇ ਨਹੀਂ ਹੋਏ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਰਬੰਸ ਵਾਰਨਾ, ਪੰਥ ਵਸੇ ਮੈਂ ਉਜੜਾਂ ਦੀ ਜੋ ਖੇਡ ਰਚੀ ਹੈ, ਫਿਰ ਉਹਦੀ ਕਿੱਥੇ ਕੁ ਆਪਾਂ ਉਹਦਾ ਸਤਿਕਾਰ ਸਾਡੇ ਹਿਰਦਿਆਂ ਵਿੱਚ ਹੈ। ਬਾਪੂ ਜੀ ਨੇ ਵੀ ਇੱਕ ਜ਼ਿਕਰ ਕੀਤਾ ਸੀ, ਬਹੁਤ ਸੋਹਣਾ ਇਹਨਾਂ ਨੇ ਜਵਾਬ ਦਿੱਤਾ, ਪਰ ਗੱਲ ਤਾਂ ਫਿਰ ਉਹੀ ਹੈ ਕਿ ਜਦੋਂ ਅੰਗਰੇਜ਼ੀ ਨੂੰ ਅਤੇ ਦੇਸੀ ਨੂੰ ਇਕੱਠੇ ਕਰਦੇ ਹਾਂ, ਲੋਕਾਂ ਦਾ ਜਾਂ ਰਵਾਇਤੀ ਜਾਂ ਬਿਕਰਮੀ ਜਾਂ ਜਦੋਂ ਚੇਤ ਚੜ੍ਹਦਾ ਪਹਿਲਾਂ ਲੋਕਾਂ ਦਾ 15 ਮਾਰਚ ਨੂੰ ਚੜ੍ਹੇਗਾ, ਸਾਡਾ 14 ਦਾ, ਅਸੀਂ ਟਿੰਡ 'ਚ ਕੰਨ ਆਪਣਾ ਜੁਦਾ ਹੀ ਪਸਾ ਲੈਣਾ ਵੀ ਉਹਦਾ ਹੋਵੇ। ਵੀ ਜਦ ਬਾਕੀ ਸੂਰਜ ਦੀ ਗਤੀ ਨਾਲ ਜਦੋਂ ਚੇਤ 15 ਮਾਰਚ ਨੂੰ ਚੜ੍ਹ ਰਿਹਾ ਤਾਂ ਸਿੱਖਾਂ ਦਾ 14 ਨੂੰ ਕਿਉਂ ਚੜ੍ਹ ਰਿਹਾ, ਜਾਂ ਸਾਡਾ ਕੋਈ ਤਾਂ ਜਵਾਬ ਹੋਵੇ। ਦਿਵਾਲੀ ਦੀ ਗੱਲ ਹੈ ਹੁਣ, ਕਿਉਂਕਿ ਕਈ ਵਾਰ ਅਸੀਂ ਇੰਨੇ ਫਨੈਟਿਕ ਹੋ ਜਾਂਦੇ ਹਾਂ ਵੀ ਸੂਰਜ ਵੀ ਹਿੰਦੂਆਂ ਦਾ ਜੀ, ਹਵਾ ਦੇਵਤਾ ਵੀ ਹਿੰਦੂਆਂ ਦਾ, ਵੀ ਸਾਡਾ ਹੈ ਕੀ, ਵੀ ਸਾਡਾ ਠੁਣ ਠੁਣ ਗੋਪਾਲ ਜਾਂ ਆਪਾਂ ਸਿਰਫ ਰੱਫੜ ਹੀ ਪਾਉਣਾ, ਜਾਂ ਤਾਂ ਫਿਰ ਸੂਰਜ ਨੂੰ ਆਪਾਂ ਉਹਦੀ ਜਿਹੜੀ ਧਰਤ ਆਪਣੇ ਰੋਸ਼ਨੀ ਆ ਉਹਦੇ ਬਾਹਰ ਨਿਕਲਣ ਲੱਗੇ ਅੱਖਾਂ 'ਤੇ ਪੱਟੀ ਬੰਨ ਲਈਏ, ਭਾਈ ਇਹਨੂੰ ਦੇਵਤਾ ਮੰਨਦੇ, ਅਸੀਂ ਸੂਰਜ ਨੂੰ ਨਹੀਂ ਮੰਨਦੇ, ਉਹਦੀਆਂ ਸਾਰੀਆਂ ਕੁਦਰਤ ਦੀਆਂ ਜੋ ਹੈ ਆਪਾਂ ਉਹ ਵੀ ਵਰਤ ਰਹੇ ਹਾਂ ਸਭ ਕੁਛ, ਕਿਉਂਕਿ ਹੈ ਕੁਦਰਤ, ਕੁਦਰਤ ਹਰ ਧਰਮ ਲਈ ਹੈ, ਹਰ ਮਨੁੱਖ ਲਈ ਹੈ, ਕਿਉਂਕਿ ਉਹਨੂੰ ਕੁਦਰਤ ਦੀਆਂ ਚੀਜ਼ਾਂ ਨੂੰ ਕਿਸੇ ਧਰਮ ਦੇ ਦਾਇਰੇ ਵਿੱਚ ਇੱਕ ਕਿਸਮ ਦਾ ਬੰਨ ਦੇਣਾ ਉਸੇ ਅਧੀਨ ਹੀ, ਕਿਉਂਕਿ ਅੱਗੇ ਇੰਨੇ ਸਾਲਾਂ ਦੇ ਗੁਰਪੁਰਬ ਵੀ ਮਨਾਏ ਜਾਂਦੇ ਰਹੇ, ਸੰਗਰਾਂਦਾਂ ਵੀ ਮਨਾਈ ਜਾਂਦੀਆਂ ਰਹੀਆਂ। ਹੁਣ ਜਿੱਦਾਂ ਗੁਰਮੁਖ ਪਿਆਰਿਆਂ ਨੇ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਹੋਣਾ ਨੇ ਜ਼ਿਕਰ ਕੀਤਾ ਬੰਦੀ ਛੋੜ ਦਿਵਸ ਦਾ, ਮੇਰਾ ਖਿਆਲ ਕੁਝ ਕੁ ਸਾਲ ਹੀ ਹੋਏ ਆ, ਕਿਉਂਕਿ ਮੇਰੀ ਸੁਰਤ, ਮੇਰੀ ਤਕਰੀਬਨ 48 ਸਾਲ ਦੀ ਉਮਰ ਆ, ਤਕਰੀਬਨ ਇਸੇ 25-30-25 ਸਾਲ ਦੇ ਜਦੋਂ ਸੀ ਉਦੋਂ ਬੰਦੀ ਛੋੜ ਦਿਵਸ ਮੈਂ ਨਹੀਂ ਸੀ ਸੁਣਦਾ ਹੁੰਦਾ, ਕਮ ਸੇ ਕਮ ਉਦੋਂ ਦਿਵਾਲੀ ਚੱਲਦੀ ਹੁੰਦੀ ਸੀ। ਔਰ ਅਸੀਂ ਇਹ ਕਿਉਂਕਿ ਦਿਵਾਲੀਆਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਹਿੰਦੂ ਧਰਮ ਨਾਲ ਸੰਬੰਧ ਹੈ, ਅਸੀਂ ਨਿਆਰੇ ਹਾਂ ਜੀ, ਮਨਾਉਣਾ ਵੀ ਹੈ, ਪਰ ਅਸੀਂ ਬੰਦੀ ਛੋੜ ਦਿਵਸ ਮਨਾ ਲਿਆ, ਭਾਵੇਂ ਉਹਦੀ ਰਲਦੀ ਨਹੀਂ ਆ, ਇਤਿਹਾਸਕ ਜਿਹੜੀ ਹੈਗੀ ਪ੍ਰੋੜਤਾ ਨਹੀਂ ਹੁੰਦੀ, ਤਰੀਕਾਂ 'ਚ ਫਰਕ ਹੈ। ਸੰਗਰਾਂਦ ਹੈ ਜੀ ਉਹ, ਕਿਉਂਕਿ ਉਹ ਸੰਗਰਾਂਦੀ ਕਹਿੰਦੇ ਅਸੀਂ ਸੰਗਰਾਂਦ ਨਹੀਂ ਮਨਾਉਣੀ ਜੀ, ਕਿਉਂਕਿ ਕਈ ਵਾਰ ਇੰਨਾ ਕੁ ਫਨੈਟਿਕ ਪੁਣਾ ਅਸੀਂ ਆਪਣੇ ਧਰਮ 'ਚ ਬਾੜ ਦਿੱਤਾ ਕਿ ਹੁਣ ਆ ਤਾਂ ਇੱਥੇ ਤੱਕ ਹੋ ਗਿਆ ਸਿੱਖ ਦੇ ਕੋਲੋਂ ਸਿੱਖ ਲੈ ਕੇ ਖਾਣ ਨੂੰ ਤਿਆਰ ਨਹੀਂ, ਇਹਦਾ ਅੰਤ ਕਿੱਥੇ ਕੁ ਤੱਕ ਹੈ। ਜੇ ਥੋੜ੍ਹਾ ਜਿਹਾ ਦੀਰਘ ਵਿਚਾਰ ਆਪਾਂ ਆਪਣੇ ਮਨ ਵਿੱਚ ਕਰੀਏ, ਆਪਾਂ ਚਿੰਤਨ ਕਰੀਏ,
ਕਿਉਂਕਿ ਸਿੱਖ ਧਰਮ ਐਡਾ ਵਿਸ਼ਾਲ ਧਰਮ ਬਣਾਇਆ ਸੀ, ਅਸੀਂ ਉਹਨੂੰ ਇੰਨਾ ਸੰਕੀਰਣਤਾ ਦੇ ਵਿੱਚ ਜਕੜਦੇ ਇੱਥੇ ਤੱਕ ਪਹੁੰਚ ਗਏ ਆਪਾਂ, ਕੁਦਰਤ ਦੀਆਂ ਦਿੱਤੀਆਂ ਚੀਜ਼ਾਂ ਨੂੰ ਵੀ ਇੱਕ ਇੱਕ ਧਰਮ ਦੇ ਨਾਲ ਜੋੜ ਕੇ ਉਹਦੀ ਜਿਹੜੀ ਹੈਗੀ ਆ ਚਾਲ ਨੂੰ ਜਾਂ ਹੋਰ ਨੂੰ ਉਹਨੂੰ ਵੀ ਆਪਣੇ ਧਰਮ ਉੱਪਰ ਹਾਵੀ ਕਰ ਦਿੱਤਾ। ਹਾਂ, ਹੋਣਾ ਚਾਹੀਦਾ ਕੈਲੰਡਰ, ਇਹਦੇ ਵਿੱਚ ਕੋਈ ਮੁਨਕਰ ਨਹੀਂ, ਪਰ ਜਿੱਦਾਂ ਹੋਣਾ ਚਾਹੀਦਾ ਉਹ ਕਰਨਲ ਸਾਹਿਬ ਨੇ ਦੱਸਿਆ ਕਿ ਬੇਰਣ ਵਿੱਚ ਬਾਂਹ ਤਾਂ ਨਹੀਂ ਹੈ, ਜੇ 300 ਸਾਲ ਚੱਲ ਸਕਦਾ ਹੈ ਤਾਂ 325 ਸਾਲ ਵੀ ਚੱਲ ਸਕਦਾ ਸੀ, 310 ਸਾਲ ਵੀ ਕੰਮ ਹੋਰ ਚੱਲ ਸਕਦਾ ਸੀ ਅਗਲੇ ਆਉਣ ਵਾਲੇ 10-15, ਕਿਉਂਕਿ ਕੁਛ ਸ਼ੁਗਲ ਵਾਲੀ ਗੱਲ ਤਾਂ ਹੈ ਨਹੀਂ, ਆਉਣ ਵਾਲੀਆਂ ਜਨਰੇਸ਼ਨਸ ਦੇ ਜਿਹੜੀ ਹੈਗੀ ਆ ਉਹਦੇ ਆਸਥਾ ਦਾ ਸਵਾਲ ਹੈ। ਹੋਣਾ ਚਾਹੀਦਾ, ਜੇ ਕੌਮ ਚਾਹੁੰਦੀ ਹੈ ਤਾਂ ਨਿਸ਼ਚੇ ਬਣਾਓ, ਜਮ ਜਮ ਬਣਾਓ, ਜੀ ਸਦ ਕੇ ਬਣਾਓ, ਪਰ ਉਹਦੇ ਵਿੱਚ ਕੌਮ ਨੂੰ ਨਾਲ ਲਾਓ। ਹੁਣ 5 ਤਖ਼ਤ ਮੰਨਦੇ ਹਾਂ, ਕੈਲੰਡਰ ਜਿਹੜਾ ਬਣਾਇਆ ਉਹਦੇ ਵਿੱਚੋਂ 2 ਤਖ਼ਤ ਜਿਹੜੇ ਸਿੱਧੇ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਨਾਲ ਸੰਬੰਧਿਤ ਨੇ, ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਉਹਨਾਂ ਨੇ ਚੈਲੰਜ ਕਰ ਦਿੱਤਾ, ਕਿਉਂਕਿ ਨਾ ਪਟਨਾ ਸਾਹਿਬ ਵਾਲੇ ਮੰਨਣ ਨੂੰ ਤਿਆਰ ਨੇ ਅਤੇ ਨਾ ਹਜ਼ੂਰ ਸਾਹਿਬ ਵਾਲੇ ਮੰਨਣ ਨੂੰ ਤਿਆਰ ਨੇ। ਹੁਣ ਤਖ਼ਤਾਂ ਦੇ ਵਿੱਚ ਵੀ ਦੁਫੇੜ ਪਾ ਦਿੱਤਾ, ਕਿਉਂਕਿ ਚਲੋ ਕਮ ਸੇ ਕਮ ਥੋੜ੍ਹੀ ਬਹੁਤੀ ਕੋਈ ਸਾਡੀ ਸ਼ਕਤੀ ਇਕੱਠੀ ਸੀ, ਉਸ ਨੂੰ ਵੀ ਜਿਹੜਾ ਹੈਗਾ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਤਹਿਤ ਸਾਡੇ ਬੈਠੇ ਆਕਾ ਜਿਹੜੇ ਹੈਗੇ ਆ ਕੌਮ ਦੇ ਭਵਿੱਖ ਨੂੰ ਨਜ਼ਰਅੰਦਾਜ਼ ਕਰਕੇ ਉਹ ਫੈਸਲੇ ਲਈ ਜਾ ਰਹੇ ਨੇ। ਸੋ ਜ਼ਰੂਰ ਬਣਨਾ ਚਾਹੀਦਾ, ਅਸੀਂ ਵਿਰੋਧੀ ਨਹੀਂ, ਪਰ ਨੈਚੁਰਲੀ ਜੇ ਬਣਨਾ ਚਾਹੀਦਾ ਅਤੇ ਜਿਹੜੇ ਇਤਰਾਜ਼ ਉਠਾਏ ਜਾਂਦੇ ਨੇ ਕਮ ਸੇ ਕਮ ਅਸੀਂ ਵੀ ਸਿੱਖੀ ਦਾ ਇੱਕ ਅੰਗ ਹਾਂ। ਅੱਜ ਨੇ ਤੁਸੀਂ ਬੈਠੇ ਹੋ, ਭਾਈ ਸਾਹਿਬ ਨੇ, ਕਰਨਲ ਸਾਹਿਬ ਨੇ, ਕਿ ਅਸੀਂ ਸਿੱਖ ਨਹੀਂ, ਸਾਡੇ ਸਵਾਲ ਦਾ ਜਵਾਬ ਵੀ ਮਿਲਣਾ ਚਾਹੀਦਾ। ਹਾਂ, ਵੱਖਰੀ ਗੱਲ ਹੈ ਜੇ ਨਹੀਂ ਮਿਲਣਾ ਚਾਹੀਦਾ ਤਾਂ ਫਿਰ ਉਹਦੇ ਲਈ ਵੀ ਸਪਸ਼ਟ ਕਰ ਦੇਣਾ ਚਾਹੀਦਾ, ਨਹੀਂ ਅਸੀਂ ਨਹੀਂ ਦੇਣਾ ਜੀ, ਕਿਉਂ ਨਹੀਂ ਦੇਣਾ, ਉਹਦੀ ਮਜਬੂਰੀ ਕੀ ਆ, ਉਹ ਵੀ ਫਿਰ ਸੰਗਤ ਸਾਹਮਣੇ ਆਉਣੀ ਚਾਹੀਦੀ ਆ। ਸੋ ਜਿਵੇਂ ਕਰਨਲ ਸਾਹਿਬ ਨੇ ਬੜੀ ਮਿਹਨਤ ਕਰਕੇ ਇਹਨਾਂ ਨੇ ਆਉਣ ਵਾਲੇ 85 ਸਾਲ ਦਾ ਜਿਹੜਾ ਹੈਗਾ ਹਾਲ ਦੀ ਘੜੀ ਇਹ ਬਣਾਇਆ ਸੀ, ਉਹ ਜਿਵੇਂ ਆਪ ਸਮੂਹ ਸੰਗਤਾਂ ਜਾਣਦੇ ਹੋ ਕਿ ਗੁਰਦੁਆਰਾ ਸਾਹਿਬ, ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵੱਲੋਂ ਸੰਤ ਬਾਬਾ ਸੇਵਾ ਸਿੰਘ ਜੀ, ਸੋ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਪੰਥ ਦਾ ਇੱਕ ਅੰਗ ਹੋਣ ਦੇ ਨਾਤੇ ਅਸੀਂ ਜਥਾ ਸ਼ਕਤ ਜਿੰਨਾ ਕੁ ਹਿੱਸਾ ਪਾ ਸਕਦੇ ਹਾਂ ਇਸ ਪ੍ਰੋਜੈਕਟ ਵਿੱਚ ਜਾਂ ਹੋਰ ਵੀ ਜਿਹੜੇ ਪੰਥਕ ਮਸਲੇ ਨੇ। ਸੋ ਸਮੇਂ ਸਮੇਂ ਉਹ ਜੋ ਵੀ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ੀ ਮਤ ਬੁੱਧ ਸਦਕਾ ਜਾਪਦਾ ਕਿ ਪੰਥ ਦੇ ਹਿੱਤ ਵਿੱਚ ਆ ਫੈਸਲੇ ਹਨ, ਉਹ ਆਪ ਸੰਗਤ ਦੇ ਸਹਿਯੋਗ ਨਾਲ ਉਸ ਸਥਾਨ ਤੋਂ ਲੈਂਦੇ ਨੇ। ਸੋ ਚਾਹੇ ਉਹ ਕੋਈ ਵੀ ਮਸਲੇ ਹੋਣ, ਮੌਜੂਦਾ ਹਾਲਾਤਾਂ ਦੇ ਹੋਣ, ਸੋ ਉਸੇ ਲੜੀ ਤਹਿਤ ਇਸ ਕੈਲੰਡਰ ਦੇ ਮਸਲੇ 'ਤੇ ਅਸੀਂ ਤਨ ਮਨ ਧਨ ਨਾਲ ਕਰਨਲ ਸਾਹਿਬ ਦੇ ਨਾਲ ਹਾਂ, ਕਿਉਂਕਿ ਬਹੁਤ ਵੱਡੀ ਖੁਸ਼ੀ ਦੀ ਗੱਲ ਸੀ, ਕਿਉਂਕਿ ਜੋ ਇੱਕ ਰਵਾਇਤੀ ਪੱਖ ਕਹਿ ਲਈਏ ਆਪਾਂ ਜਿਹੜੀ ਸੰਗਤ ਹੈਗੀ ਜਿਹਨਾਂ 'ਚ ਅਸੀਂ ਵੀ ਆਉਂਦੇ ਹਾਂ, ਮੇਰਾ ਖਿਆਲ ਮਜੋਰਿਟੀ ਜਿੰਨੇ ਆਪ ਜੀ ਬੈਠੇ ਹੋ ਬਹੁਤਾਤ ਵਿੱਚ ਜਿਹਨਾਂ ਨੂੰ ਰਵਾਇਤੀ ਸਿੱਖ ਕਿਹਾ ਜਾਂਦਾ, ਜਿਹੜੇ ਕਿ ਪੀੜ੍ਹੀ ਦਰ ਪੀੜ੍ਹੀ ਚੱਲੇ ਆਉਂਦੇ ਨੇ, ਪੁਰਾਤਨਤਾ ਦੇ ਨਾਲ ਜੁੜੇ ਨੇ, ਸੋ ਉਹਨਾਂ ਦੀ ਧਿਰ ਵੱਲੋਂ ਰੀਪ੍ਰੈਜੈਂਟੇਟਿਵ ਕਰਨਲ ਸਾਹਿਬ ਰਹੇ ਨੇ ਇਸ ਸਮੁੱਚੇ ਮਸਲੇ ਵਿੱਚ, ਔਰ ਬੜਾ ਨੇੜਿਓਂ ਹੋ ਕੇ ਉਹਨਾਂ ਨੇ ਇਸ ਸਮੁੱਚੀ ਕਾਰਵਾਈ ਨੂੰ ਦੇਖਿਆ, ਉਹਦੇ ਵਿੱਚ ਸ਼ਾਮਿਲ ਰਹੇ ਨੇ, ਔਰ ਜੋ ਜੋ ਜਿਸ ਜਿਸ ਤਰੀਕੇ ਨਾਲ ਬੜੀ ਕਾਹਲ ਵਿੱਚ ਫੈਸਲੇ ਲਏ ਔਰ ਬੜੇ ਬੇ ਜਿਹੜੇ ਹੈਗੇ ਆ ਕਹਿ ਲਈਏ ਕਿ ਜਿਹਦੇ ਨਾਲ ਪੰਥ 2 ਫਾੜ ਹੀ ਹੋਇਆ, ਕਿਉਂਕਿ ਇਹਦੇ ਵਿੱਚੋਂ ਕੋਈ ਅਜੇ ਤੱਕ ਇੰਝ ਨਹੀਂ ਕੋਈ ਕਹਿ ਸਕਦਾ ਵੀ ਹਾਂਜੀ ਜੀ ਇਹਦੇ ਵਿੱਚੋਂ ਕੁਛ ਲੱਭਿਆ ਹੋਵੇ। ਔਰ ਜਿਹੜੇ ਹਿੱਕ ਠੋਕ ਕੇ ਇਹਦੇ ਅਲੰਬਰਦਾਰ ਨੇ ਔਰ ਉਹਨਾਂ ਨਾਲ ਵੀ ਬਹਿ ਕੇ ਵਿਚਾਰ ਕਰਨ ਦਾ ਮੌਕਾ ਮਿਲਿਆ, ਅੰਦਰੂਨੀ ਜਿਹੜੀਆਂ ਵਿਸਥਾਰ ਨੇ ਜਾਂ ਜੋ ਕਰਨਲ ਸਾਹਿਬ ਨੇ ਦੱਸਿਆ ਨੇ ਉਹਨਾਂ ਬਾਰੇ ਉਹਨਾਂ ਨੂੰ ਵੀ ਨਹੀਂ ਪਤਾ। ਔਰ ਬਾਬਾ ਜੀ ਨੇ ਵੀ ਤਕਰੀਬਨ ਪਿਛਲੇ 8-10 ਸਾਲ ਤੋਂ ਲਗਾਤਾਰ ਅਮੈਰੀਕਾ ਵਿੱਚ ਗੁਰਮੁਖ ਪਿਆਰੇ ਹਨ, ਸੋ ਜਿਹੜੇ ਇਸ ਕੈਲੰਡਰ ਨੂੰ ਪੂਰਨ ਰੂਪ ਵਿੱਚ ਪ੍ਰਮੋਟ ਕਰਨ ਲਈ ਮੁੱਖ ਜ਼ਿੰਮੇਵਾਰ ਨੇ, ਉਹਨਾਂ ਦੇ ਮੂਹਰੇ ਹੱਥ ਜੋੜ ਜੋੜ ਕੇ ਬੇਨਤੀਆਂ ਕੀਤੀਆਂ ਕਿ ਸਵਾਸਾਂ ਦਾ ਤਾਂ ਕਿਸੇ ਦਾ ਕੋਈ ਭਰੋਸਾ ਨਹੀਂ, ਪਰ ਜੇ ਜੋ ਕੁਦਰਤ ਦਾ ਨਿਯਮ ਹੈ ਉਹਦੀ ਚੱਲਦੀ ਚਾਲ ਮੁਤਾਬਕ, ਕਿਉਂਕਿ ਪੁਰੇਵਾਲ ਸਾਹਿਬ ਦੀ ਸਤਿਗੁਰੂ ਕਰੇ ਉਮਰ ਲੰਬੀ ਹੋਵੇ, ਪਰ ਯੂ ਨੈਵਰ ਨੋ, ਔਰ ਉਹ ਜੇ ਉਹ ਇਸ ਪਰਦੇ ਤੋਂ ਪਾਸੇ ਹੋ ਜਾਂਦੇ ਨੇ ਤਾਂ ਉਹਦੇ ਤੋਂ ਬਾਅਦ ਕਿਸੇ ਕੋਲ ਇਸ ਮਸਲੇ ਦਾ ਹੱਲ ਨਹੀਂ। ਇਹ ਜੇ ਥੋੜ੍ਹਾ ਜਿਹਾ ਦੀਰਘ ਵਿਚਾਰ ਕਰਕੇ ਸੋਚ ਲਈਏ, ਕਿਉਂਕਿ ਇਹਨਾਂ ਵਿੱਚੋਂ ਜਿੰਨੇ ਸਪੋਰਟਰ ਨੇ ਉਹਨਾਂ ਨੂੰ ਇਹਦਾ ਕੱਖ ਨਹੀਂ ਪਤਾ, ਔਰ ਉਹਨਾਂ ਦੇ ਮੋਢੇ ਉੱਤੇ ਸਾਰੀ ਗੱਲ ਰੱਖੀ ਹੋਈ, ਜੇ ਉਹ ਅੱਜ ਕਿਸੇ ਹਾਲਾਤ ਕਾਰਨ ਉਹ ਪਰਦੇ ਤੋਂ ਪਾਸੇ ਹੋ ਜਾਂਦੇ ਨੇ, ਇਸ ਮਸਲੇ ਦਾ ਹੱਲ ਨਹੀਂ ਨਿਕਲਣਾ। ਹਾਂਜੀ, ਨਹੀਂ ਨਹੀਂ ਮੇਰੇ ਕਹਿਣ ਉਹ ਨਹੀਂ, ਤੁਸੀਂ ਗੱਲ ਗਲਤ ਸਮਝ ਰਹੇ ਹੋ, ਨਹੀਂ ਆਪਣੇ ਤਾਂ ਬਾਪੂ ਜੀ ਹੈਗੇ ਆ, ਮੈਂ ਕਹਿ ਤਾਂ ਨਹੀਂ ਰਿਹਾ, ਪਰ ਬਹਿ ਜੇ ਆਪਣੇ ਨੇ ਤਾਂ ਆਪਣਿਆਂ ਨਾਲ ਬਹਿ ਕਰ ਤਾਂ ਨਹੀਂ ਸਕਦੇ, ਕਿਉਂਕਿ ਉਹਨਾਂ ਨੂੰ ਬੇਨਤੀ ਕੀਤੀ ਅਮਰੀਕਾ ਵਾਲਿਆਂ ਨੂੰ ਵੀ ਕਿ ਤੁਸੀਂ ਪ੍ਰਮੋਟਰ ਹੋ, ਕਿਰਪਾ ਕਰੋ
ਜਿਹੜੇ ਇਤਰਾਜ਼ ਕਰ ਰਹੇ ਨੇ ਉਹਨਾਂ ਦੇ ਨਾਲ ਪੁਰੇਵਾਲ ਸਾਹਿਬ ਨੂੰ ਬਿਠਾ ਕੇ ਵਿਚਾਰ ਚਰਚਾ ਕਰਵਾਓ, ਸੰਵਾਦ ਰਚਾਓ। ਜਿਹੜੇ ਇੱਧਰਲੇ ਪੱਖ ਕਹਿੰਦਾ ਭਾਈ ਆਹ ਜਿਹੜੀਆਂ ਹੈਗੀਆਂ ਆ ਘਾਟਾਂ ਨੇ, ਉਹਨਾਂ ਨੂੰ ਰਲ ਮਿਲ ਕੇ ਬੈਠ ਕੇ ਹੱਲ ਕਰ ਲਓ। ਜੇ ਆਪਾਂ ਕਹੀਏ ਸਾਨੂੰ ਵੀ ਨਹੀਂ ਇਹਦੀਆਂ ਬਰੀਕੀਆਂ ਦਾ ਪਤਾ, ਜਿਹੜੀਆਂ ਚੂੰਕਿ ਕਰਨਲ ਸਾਹਿਬ ਵਰਗੇ ਹੋਰ ਵਿਦਵਾਨ ਕਰ ਸਕਦੇ ਨੇ। ਗੱਲ ਤਾਂ ਹੈ ਕਿ ਸਤਿਗੁਰੂ ਨੇ ਵੀ ਇਹ ਕਿਹਾ ਕਿ ਦੁਬਧਾ ਦੂਰ ਕਰੋ ਲਿਵ ਲਾਏ, ਹੁਣ ਬੈਠਣ ਤੋਂ ਕਿਉਂ ਭਾਜੂ ਨੇ ਇਹ ਸਮਝ ਤੋਂ ਪਰੇ, ਕਿਉਂਕਿ 8 ਸਾਲ ਹੋ ਗਏ ਨੇ ਉਹਨਾਂ ਦੇ ਜਿਹੜੇ, ਹੁਣ ਜੀ ਉਹ ਆ ਨਹੀਂ ਸਕਦੇ ਜੀ, ਉਹਨਾਂ ਦੀ ਉਮਰ ਦਾ ਸਿਹਤ ਨਹੀਂ ਇਜਾਜ਼ਤ ਦਿੰਦੀ, ਇਹ ਵੀ ਔਫਰ ਕੀਤੀ ਕਰਨਲ ਸਾਹਿਬ ਨੂੰ ਉੱਥੇ ਭੇਜ ਦਿੰਦੇ ਹਾਂ ਜਾਂ ਉਹਨਾਂ ਨੂੰ ਫਸਟ ਕਲਾਸ ਦਾ, ਜਿੱਦਾਂ ਵੀ ਹੈਗਾ ਵੀ ਆਪਾਂ ਇੱਕ ਕੌਮੀ ਤੌਰ 'ਤੇ, ਕਿਉਂਕਿ ਏਡਾ ਦੁਫੇੜ ਪਿਆ ਇਹਨੂੰ, ਆਪਾਂ ਕੌਮ ਦੀ ਵਾਸਤੇ ਕੌਮ ਦੀ ਖਾਤਰ ਆਪਾਂ ਰਲ ਮਿਲ ਕੇ ਬੈਠ ਕੇ ਨਜਿੱਠ ਲਈਏ, ਪਰ ਅਜੇ ਤੱਕ ਕਿਸੇ ਵੱਲੋਂ ਸੁਚਾਰੂ ਰੂਪ ਵਿੱਚ ਕੋਈ ਪੋਜ਼ੀਟਿਵ ਰਿਸਪੋਂਸ ਨਹੀਂ ਆਇਆ। ਕਿਉਂਕਿ ਬਾਕੀ ਮੈਂ ਪੁਰੇਵਾਲ ਸਾਹਿਬ ਦਾ ਬਾਪੂ ਜੀ ਵਿਰੋਧ ਨਹੀਂ ਕੀਤਾ, ਮੈਂ ਤਾਂ ਇਹ ਕਹਿ ਰਿਹਾ ਵੀ ਮਹਾਰਾਜ ਉਮਰ ਲੰਬੀ ਹੋਵੇ, ਪਰ ਜੇ ਉਹ ਪਾਸੇ ਹੋ ਜਾਂਦੇ ਨੇ ਤਾਂ ਕਿਉਂਕਿ ਕਿਸੇ ਇਹ ਮਸਲਾ ਹੱਲ ਨਹੀਂ ਹੋਣਾ, ਇਹ ਗੱਲ ਵੱਧ ਜਾਣੀ ਹੈ। ਔਰ ਇੱਦਾਂ ਹੀ ਜਨਰੇਸ਼ਨਸ ਤੱਕ ਆਉਣ ਵਾਲੀਆਂ ਪੀੜ੍ਹੀਆਂ ਲਈ ਜਿਹੜਾ ਹੈਗਾ ਇਹ ਹੱਥਾਂ ਦੇ ਬੀਜੇ ਉਹ ਅੱਖਾਂ ਨਾਲ ਵੀ ਨਹੀਂ ਚੋਗ ਹੋਣੇ, ਇਸ ਕਰਕੇ ਦੋਨੇ ਹੱਥ ਜੋੜ ਕੇ ਜਿਹੜਾ ਵੀ ਉੱਧਰਲੇ ਪਾਸੇ ਤੱਕ ਕੋਈ ਖਬਰ ਪਹੁੰਚਾ ਸਕਦਾ ਜਾਂ ਉਹਨਾਂ ਨੂੰ ਬੇਨਤੀ ਕਰ ਸਕਦਾ, ਕੌਮ ਦੇ ਵਾਸਤੇ ਇਸ ਮਸਲੇ ਦੇ ਹੱਲ ਨੂੰ ਮਿਲ ਬੈਠ ਕੇ ਕਰ ਲਿਆ ਜਾਵੇ। ਨਵਾਂ ਕੈਲੰਡਰ ਜਿਹੜਾ ਵੀ ਬਣਾਉਣਾ ਆਪਸੀ ਸਹਿਮਤੀ ਨਾਲ ਇੱਕ ਹਰ ਹਾਲਤ ਵਿੱਚ ਲਾਗੂ ਹੋ ਜਾਣਾ ਚਾਹੀਦਾ, ਕਿਉਂਕਿ ਉਸ ਕੈਲੰਡਰ ਦੇ ਆਉਣ ਤੋਂ ਬਿਨਾਂ ਹੱਲ ਵੀ ਕੋਈ ਨਹੀਂ। ਸੋ ਦੋਨੇ ਧਿਰਾਂ ਮਿਲ ਬੈਠ ਕੇ, ਕਿਉਂਕਿ ਇੱਧਰਲਾ ਪਾਸਾ ਬੈਠਣ ਨੂੰ ਤਿਆਰ ਹੈ, ਉਹਦੇ ਵਿੱਚੋਂ ਜਿਹੜੇ ਮੇਨ ਨੇ ਉਹ ਤੁਹਾਡੇ ਸਾਹਮਣੇ ਨੇ, ਦੂਜਾ ਪੱਖ ਜੇ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਰੋਲ ਨਿਭਾ ਸਕਦਾ ਹੈ, ਮਿਲ ਬਿਠਾ ਕੇ ਬੜੇ ਪਿਆਰ ਸਤਿਕਾਰ ਸੰਜੀਦਗੀ ਦੇ ਨਾਲ ਇਸ ਮਸਲੇ ਦਾ ਹੱਲ ਕੱਢਣ ਲਈ ਆਪਣੀ ਹਉਮੈ ਨੂੰ ਪਰੇ ਰੱਖ ਕੇ, ਅਤੇ ਡੈਫੀਨੇਟਲੀ ਇਹ ਯਤਨ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ। ਸੋ ਸਮਾਂ ਮੈਂ ਆਪ ਜੀ ਦਾ ਵਧੇਰੇ ਲੈ ਗਿਆ, ਦੋਨੇ ਹੱਥ ਜੋੜ ਕੇ ਤੁਹਾਡੇ ਚਰਨਾਂ 'ਤੇ ਸਿਰ ਰੱਖ ਕੇ ਖਿਮਾ ਦਾ ਜਾ ਚੁੱਕਾਂ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਛੋਟਾ ਜਿਹਾ ਹੋਰ ਭੁਲੇਖਾ ਦੂਰ ਕਰ ਦੇਣਾ ਚਾਹੁੰਦਾ ਕਿ ਜੇ ਇਹ ਕਿਹਾ ਜਾਂਦਾ ਹੈ ਕਿ ਅੰਗਰੇਜ਼ੀ ਕੈਲੰਡਰ ਅੰਗਰੇਜ਼ਾਂ ਦਾ ਅਤੇ ਬਿਕਰਮੀ ਕੈਲੰਡਰ ਹਿੰਦੂਆਂ ਦਾ ਅਤੇ ਸਿੱਖਾਂ ਦਾ ਕੈਲੰਡਰ ਕੋਈ ਨਹੀਂ, ਅਤੇ ਇਸ ਲਈ ਇਹ ਨਵਾਂ ਨਾਨਕਸ਼ਾਹੀ ਕੈਲੰਡਰ ਬਣਾਇਆ ਗਿਆ। ਪਹਿਲੀ ਗੱਲ ਤਾਂ ਇਹ ਵੇ ਕਿ ਕੋਈ ਵੀ ਵਿੱਦਿਆ ਅਤੇ ਕੋਈ ਵੀ ਕੈਲੰਡਰ ਕਿਸੇ ਧਰਮ ਦਾ ਨਹੀਂ ਹੁੰਦਾ। ਮੈਂ ਅੱਗੇ ਕਈ ਵਾਰੀ ਜ਼ਿਕਰ ਕਰਦਾ ਹੁੰਦਾ ਕਿ ਇਹ ਚਾਰ ਦੁਆਰੀ ਇਹ ਕਮਰਾ, ਇਹਦੇ ਵਿੱਚ ਅਗਰ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹਾਂ, ਸੰਗਤਾਂ ਆਉਂਦੀਆਂ ਨੇ, ਅਸੀਂ ਕਹਿ ਦਿੰਦੇ ਹਾਂ ਜੀ ਇਹ ਗੁਰਦੁਆਰਾ ਸਾਹਿਬ ਹੈ। ਅਤੇ ਜੇ ਇਸੀ ਚਾਰ ਦੁਆਰੀ ਦੇ ਵਿੱਚ ਮੂਰਤੀਆਂ ਰੱਖ ਕੇ ਗੀਤਾ ਦਾ ਪਾਠ ਜਾਂ ਪ੍ਰਚਾਰ ਹੋਵੇ ਤਾਂ ਉਹ ਕੀ ਕਹਿਣਗੇ ਜੇ ਮੰਦਰ ਹੈ। ਔਰ ਇਸੀ ਚਾਰ ਦੁਆਰੀ ਦੇ ਵਿੱਚ ਜੇ ਕ੍ਰਿਸਚਨ ਲੋਕ ਆਪਣੀਆਂ ਮੂਰਤੀਆਂ ਖੜੀਆਂ ਕਰਕੇ ਕ੍ਰਿਸਚੈਨਿਟੀ ਦਾ ਪ੍ਰਚਾਰ ਕਰਦੇ ਨੇ, ਅਸੀਂ ਕਹਿੰਦੇ ਜੀ ਇਹ ਚਰਚ ਹੈ। ਹੁਣ ਨਾ ਇਹ ਚਾਰ ਦੁਆਰੀ ਚਰਚ ਨਹੀਂ, ਇਹ ਚਾਰ ਦੁਆਰੀ ਗੁਰਦੁਆਰਾ ਨਹੀਂ, ਇਹ ਚਾਰ ਦੁਆਰੀ ਮੰਦਰ ਨਹੀਂ। ਡਿਪੈਂਡ ਕਰਦਾ ਕਿ ਇਹਨੂੰ ਚਾਰ ਦੁਆਰੀ ਨੂੰ ਕੌਣ ਵਰਤ ਰਿਹਾ, ਕਾਹਦੇ ਵਾਸਤੇ ਵਰਤ ਰਿਹਾ। ਇਸੇ ਤਰ੍ਹਾਂ ਹੀ ਜਿੰਨੇ ਵੀ ਕੈਲੰਡਰ ਨੇ, ਹੁਣ ਫਰਜ਼ ਕਰੋ ਬਿਕਰਮੀ ਕੈਲੰਡਰ ਹੈ, ਉਹਨੂੰ ਕਹਿ ਦੇਣਾ ਕਿ ਹਿੰਦੂਆਂ ਦਾ ਕੈਲੰਡਰ ਹੈ, ਉਹ ਗਲਤ ਗੱਲ ਹੈ। ਉਹਨੂੰ ਅਗਰ ਜਿਵੇਂ ਹੁਣ ਅੰਗਰੇਜ਼ੀ ਕੈਲੰਡਰ ਸਾਡਾ, ਅਗਰ ਕੈਨੇਡੀਅਨ ਗਵਰਨਮੈਂਟ ਉਹ ਤਾਂ ਆਪਣੀਆਂ ਛੁੱਟੀਆਂ ਡਿਕਲੇਅਰ ਕਰਕੇ ਬਣਾਉਂਦੀ ਹੈ ਅਤੇ ਅਸੀਂ ਕਹਿ ਦਿੰਦੇ ਹਾਂ ਇਹ ਜੀ ਇਹ ਕੈਨੇਡੀਅਨ ਕੈਲੰਡਰ ਹੈਗਾ। ਅਤੇ ਜੇ ਅਮਰੀਕਾ ਵਾਲੇ ਛਾਪਦੇ ਨੇ ਉਸੇ ਕੈਲੰਡਰ ਨੂੰ, 2018 ਵਾਲੇ ਨੂੰ ਆਪਣੀ ਛੁੱਟੀਆਂ ਕਹਿੰਦੇ ਅਮਰੀਕਾ ਗਵਰਨਮੈਂਟ ਦਾ ਕੈਲੰਡਰ ਹੈ। ਅਤੇ ਜੇ ਪੰਜਾਬ ਗਵਰਨਮੈਂਟ ਛਾਪਦੇ ਕਹਿੰਦੇ ਪੰਜਾਬ ਗਵਰਨਮੈਂਟ ਦਾ ਕੈਲੰਡਰ ਹੈ, ਉਹ ਕ੍ਰਿਸਚਨ ਕੈਲੰਡਰ ਨਹੀਂ। ਬਸ ਗੱਲ ਇਹ ਵੇ ਕਿ ਉਹਨੂੰ ਕੌਣ ਵਰਤ ਰਿਹਾ, ਕੈਲੰਡਰ ਦਾ ਨਾਂ ਉੱਥੋਂ ਚੱਲਦਾ। ਸੋ ਅਗਰ ਬਿਕਰਮੀ ਕੈਲੰਡਰ ਨੂੰ ਹਿੰਦੂ ਵੀਰ ਵਰਤਦੇ ਨੇ, ਉਹ ਆਪਣੀ ਜਨਮ ਅਸ਼ਟਮੀ ਰਾਮਨੌਮੀ ਦੇ ਸਭ ਮਨਾਉਂਦੇ ਨੇ, ਸਾਨੂੰ ਉਹ 'ਚ ਕੋਈ ਇਤਰਾਜ਼ ਨਹੀਂ। ਪਰ ਜੇ ਇੱਕ ਠੱਪਾ ਲਾ ਦੇਣਾ ਕਿ ਇਹ ਉਹਨਾਂ ਦਾ ਕੈਲੰਡਰ ਹੈ, ਉਹ ਗਲਤ ਗੱਲ ਹੈ, ਕਿਉਂਕਿ ਉਹ ਸਾਡੇ ਹਿੰਦੁਸਤਾਨ ਦਾ ਕੈਲੰਡਰ ਹੈ। ਔਰ ਬੇਸ਼ਕ ਗੱਲ ਹੈ, ਅਜੀਬ ਗੱਲ ਹੈ ਕਿ ਉਹ ਸਾਡੇ ਪੰਜਾਬ ਦੀ ਧਰਤੀ ਦਾ ਬਣਿਆ ਕੈਲੰਡਰ ਹੈ, ਜਿਹਨੂੰ ਹਿੰਦੁਸਤਾਨ ਦੇ ਸਾਰੇ ਧਰਮਾਂ ਨੇ ਅਪਣਾਇਆ।
ਚਾਹੇ ਬੁੱਧਿਸਟ ਸਨ ਉਹਨਾਂ ਨੂੰ ਵੀ ਅਪਣਾਇਆ, ਹਿੰਦੂਆਂ ਨੇ ਉਹਨਾਂ ਨੂੰ ਵੀ ਅਪਣਾਇਆ, ਅਤੇ ਜੇ ਸਿੱਖਾਂ ਨੇ ਅਪਣਾਇਆ ਤਾਂ ਉਹ ਦੇਖੋ ਹਰਜ ਵਾਲੀ ਗੱਲ ਨਹੀਂ ਹੈਗੀ ਕਿ ਜੇ ਹਿੰਦੂਆਂ ਬਈ ਉਹਨਾਂ ਦਾ ਕੋਈ ਠੱਪਾ ਨਹੀਂ ਲੱਗ ਗਿਆ। ਜੋ ਪਹਿਲਾਂ ਗੱਲ ਚੱਲੀ ਸੀਗੀ ਅਖੇ ਜੀ ਕੈਲੰਡਰ ਦੇ ਵਿੱਚ ਪੂਰਨਮਾਸ਼ੀਆਂ ਮੱਸੀਆਂ ਵਗੈਰਾ ਜਿਹੜੀਆਂ ਨੇ ਉਹ ਤਾਂ ਹਿੰਦੂਆਂ ਦੇ ਪੂਜਾ ਕਰਦੇ ਨੇ, ਉਹ ਮੈਂ ਵੀ ਪੂਜਾ ਕਰਦੇ ਨੇ, ਅਕਾਲ ਤਖ਼ਤ ਦੀ ਗੱਲ ਹੋਈ ਸੀਗੀ, ਮੈਂ ਪੂਜਾ ਕਰਦੇ ਨੇ ਉਹਨੂੰ ਮੁਬਾਰਕ, ਸਾਡਾ ਉਹਨਾਂ ਨਾਲ ਕੋਈ ਵਿਰੋਧ ਨਹੀਂ ਹੈਗਾ। ਪਰ ਮੈਨੂੰ ਇਹ ਦੱਸੋ ਕਿ ਕਿਹੜੇ ਗੁਰਦੁਆਰੇ ਜਾਂ ਕਿਹੜੇ ਸੰਤਾਂ ਦੇ ਡੇਰੇ ਦੇ ਉੱਤੇ ਜਾ ਕੇ ਮੱਸਿਆ ਨੂੰ ਜਾਂ ਸੰਗਰਾਂਦ ਨੂੰ ਜਾਂ ਪੂਰਨਮਾਸ਼ੀ ਨੂੰ ਸੂਰਜ ਦੀ ਜਾਂ ਧਰਮ ਪੂਜਾ ਹੁੰਦੀ ਹੈ? ਅਸੀਂ ਪੂਜਾ ਨਹੀਂ ਕਰਦੇ। ਅਤੇ ਜੇ ਅਸੀਂ ਕੀ ਹੈ ਕਿ ਕਿਉਂਕਿ ਉਹ ਪੂਜਾ ਕਰਦੇ ਤਾਂ ਅਸੀਂ ਮੱਸਿਆ ਵਾਲੇ ਦਿਨ ਗੁਰਦੁਆਰੇ ਨਾ ਜਾਈਏ, ਕਿਉਂਕਿ ਜੀ ਉਹ ਪੂਰਨਮਾਸ਼ੀ ਵਾਲੇ ਦਿਨ ਪੂਜਾ ਕਰਦੇ ਨੇ, ਅਸੀਂ ਪੂਜਾ ਮੱਸਿਆ ਉਹ ਪੂਰਨਮਾਸ਼ੀ ਵਾਲੇ ਗੁਰਦੁਆਰੇ ਨਾ ਜਾਈਏ। ਉਹ ਕਿਉਂਕਿ ਸੰਗਰਾਂਦ ਵਾਲੇ ਦਿਨ ਅਤੇ ਉਹ ਕ੍ਰਾਂਤੀ ਹੁੰਦੀ ਹੈ ਸੂਰਜ ਦੀ ਅਤੇ ਉਹਦੀ ਪੂਜਾ ਕਰਦੇ ਨੇ ਤਾਂ ਅਸੀਂ ਸੰਗਰਾਂਦ ਨਾ ਮਨਾਈਏ। ਵੀ ਅਸੀਂ ਆਪਣੇ ਹਿਸਾਬ ਨਾਲ ਚਾਹੇ ਸੰਗਰਾਂਦ ਹੈ ਚਾਹੇ ਪੂਰਨਮਾਸ਼ੀ ਜਾਂ ਮੱਸਿਆ, ਅਸੀਂ ਗੁਰਬਾਣੀ ਦਾ ਉਪਦੇਸ਼ ਲੈਣ ਜਾਂਦੇ ਹਾਂ, ਅਸੀਂ ਗੁਰਬਾਣੀ ਕੀਰਤਨ ਸੁਣਦੇ ਹਾਂ, ਅਸੀਂ ਆਪਣੇ ਇਤਿਹਾਸ ਨੂੰ ਦੁਹਰਾਉਂਦੇ ਹਾਂ। ਤਾਂ ਸਾਡੇ ਵਾਸਤੇ ਪੁੰਨਿਆ ਜਾਂ ਮੱਸਿਆ ਜਾਂ ਸੰਗਰਾਂਦ ਇਹ ਹਿੰਦੂਆਂ ਦੀਆਂ ਕਬਜ਼ਾ ਨਹੀਂ ਹੈਗਾ, ਉਹ ਆਪਣੇ ਤਰੀਕੇ ਨਾਲ ਮਨਾਈ ਜਾਣ, ਅਸੀਂ ਆਪਣੇ ਤਰੀਕੇ ਮਨਾ ਰਹੇ ਹਾਂ। ਸੋ ਇਸ ਲਈ ਨਾਵਾਂ ਦੇ ਭੁਲੇਖੇ 'ਚ ਨਹੀਂ ਪੈਣਾ ਚਾਹੀਦਾ ਜਿਹੜਾ ਕਿ ਸਾਨੂੰ ਆਮ ਪਾਇਆ ਗਿਆ ਕਿ ਜੀ ਆਹ ਹਿੰਦੂਆਂ ਦਾ ਕੈਲੰਡਰ ਹੈ ਅਤੇ ਆਹ ਮੁਸਲਮਾਨ ਦਾ ਕੈਲੰਡਰ ਜਾਂ ਕ੍ਰਿਸ਼ਨ ਦਾ ਕੈਲੰਡਰ ਹੈਗਾ। ਕਿਸੇ ਵੀ ਕੈਲੰਡਰ ਨੂੰ ਕਿਸੇ ਵੀ ਭਾਸ਼ਾ ਨੂੰ, ਹੁਣ ਕੱਲ੍ਹ ਨੂੰ ਕਹਿਣਗੇ ਜੀ ਗੁਰਬਾਣੀ ਨੂੰ ਹਿੰਦੀ 'ਚ ਨਹੀਂ ਲਿਖ ਸਕਦੇ ਜੀ, ਇਹ ਹਿੰਦੂਆਂ ਦੀ ਬਣ ਜਾਏਗੀ, ਗੁਰਬਾਣੀ ਗੁਰਬਾਣੀ ਰਹਿਣੀ ਹੈ, ਚਾਹੇ ਉਹਨੂੰ ਹਿੰਦੀ 'ਚ ਲਿਖ ਲਓ ਅਤੇ ਚਾਹੇ ਉਹਨੂੰ ਪੰਜਾਬੀ 'ਚ ਲਿਖ ਲਓ। ਸੋ ਮੈਂ ਇੰਨੇ ਸ਼ਬਦ ਕਹਿ ਕੇ ਕਿਵੇਂ ਕਰਨਾ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ।